ਤੁਸੀਂ ਦੇਖ ਰਹੇ ਹੋ ਪੰਜਾਬ ਪੋਡਕਾਸਟ। ਪੰਜਾਬ ਪੋਡਕਾਸਟ ਦੇ ਵਿੱਚ ਅੱਜ ਅਸੀਂ ਤੁਹਾਡੇ ਸਾਹਮਣੇ ਉਹ ਸਵਾਲ ਲੈ ਕੇ ਆਉਣੇ ਹਾਂ ਜਿਹੜੇ ਸਵਾਲ ਸਾਡੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਕਿਸੇ ਤਰ੍ਹਾਂ ਘਰ ਕਰੇ ਹੋਏ ਹੈ, ਕਿਉਂਕਿ ਜਿਹੜੇ ਚਾਰ ਦਹਾਕਿਆਂ ਤੋਂ ਬਾਅਦ ਪੈਦਾ ਹੋਏ ਹੈ ਅਤੇ ਉਹਨਾਂ ਦੇ ਮਨਾਂ ਦੇ ਅੰਦਰ ਅੱਜ ਖਾਸ ਕਰਕੇ ਜਿਹੜੇ ਵਿਦੇਸ਼ਾਂ ਵਿੱਚ ਆ ਕੇ ਬੈਠੇ ਬੱਚੇ ਨੇ, ਨੌਜਵਾਨ ਨੇ, ਉਹਨਾਂ ਦੇ ਮਨਾਂ ਦੇ ਅੰਦਰ ਇਹ ਸਵਾਲ ਘੁੰਮਦੇ ਨੇ। ਉਹ ਸਵਾਲਾਂ ਦੇ ਆਪਾਂ ਜਵਾਬ ਅੱਜ ਪੋਡਕਾਸਟ ਦੇ ਵਿੱਚ ਗੱਲਬਾਤ ਰਾਹੀਂ ਸੋਲਵ ਕਰਨ ਦੀ, ਉਹਨਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਨੇ ਸੁਰਿੰਦਰ ਸਿੰਘ ਜੀ, ਸਿੱਖ ਫਰੀਡਮ ਮੂਵਮੈਂਟ ਦੇ ਸਪੋਕਸਮੈਨ ਅਤੇ ਪੱਤਰਕਾਰ ਵੀਰ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ। ਹਾਂਜੀ ਭਾਈ ਸਾਹਿਬ, ਜਦੋਂ ਅਸੀਂ ਸ਼ਬਦ ਵਰਤਦੇ ਹਾਂ ਸਿੱਖ ਸੰਘਰਸ਼, ਸਿੱਖ ਸੰਘਰਸ਼, ਜਦੋਂ ਅਸੀਂ ਪੰਜ ਦਹਾਕਿਆਂ ਦੀ ਗੱਲਬਾਤ ਕਰੀਏ, ਤੁਸੀਂ ਪੰਜ ਦਹਾਕਿਆਂ ਦੇ ਸਿੱਖ ਸੰਘਰਸ਼ ਨੂੰ ਪਹਿਲਾਂ ਤਾਂ ਦੱਸੋ ਕਿਸ ਤਰ੍ਹਾਂ ਦੇਖਦੇ ਹੋ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਤੁਹਾਡਾ। ਅਤੇ ਸਿੱਖ ਸੰਘਰਸ਼, ਜਦੋਂ ਵੀ ਆਪਾਂ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਨਾ, ਤਾਂ ਸਾਡਾ ਸਭ ਤੋਂ ਪਹਿਲਾ ਕਾਰਜ ਹੈ ਕਿ ਜਿਵੇਂ ਬੱਚਾ ਦਾਖਲ ਹੁੰਦਾ ਸਕੂਲ ਦੇ ਵਿੱਚ, ਕੱਚੀ ਪਹਿਲੀ 'ਚ ਕਾਇਦਾ ਲੱਗਦਾ ਹੁੰਦਾ ਸੀ ਆਪਾਂ ਨੂੰ ਪੰਜਾਬੀ ਦਾ, ਊੜਾ ਆੜਾ। ਇਹ ਸਿੱਖ ਸੰਘਰਸ਼ ਜਿਹੜਾ ਹੈ ਨਾ 1978 ਤੋਂ ਲੈ ਕੇ, ਖਾਸ ਕਰਕੇ ਜਦੋਂ ਐਮਰਜੈਂਸੀ ਲੱਗੀ 1975 ਦੇ ਵਿੱਚ, ਉਦੋਂ ਤੋਂ ਲੈ ਕੇ 1992-93 ਤੱਕ ਦਾ ਜਿਹੜਾ ਸੰਘਰਸ਼ ਹੈ, ਉਹ ਕੱਚੀ ਦਾ ਕਾਇਦਾ ਅੱਜ ਦੇ ਨੌਜਵਾਨਾਂ ਲਈ। ਅਤੇ ਜਦੋਂ ਅਸੀਂ ਉਦੋਂ ਸ਼ੁਰੂਆਤ ਕੀਤੀ ਸੀ ਸਿੱਖ ਸੰਘਰਸ਼ ਦੇ ਵਿੱਚ, ਉਦੋਂ ਸਾਡੇ ਲਈ 1947 ਤੋਂ ਲੈ ਕੇ 1972-73 ਤੱਕ, 75 ਤੱਕ ਜੋ ਘਟਨਾਵਾਂ ਹੋਈਆਂ ਸਨ, ਉਹ ਸਾਡੇ ਲਈ ਉਦੋਂ ਕੱਚੀ ਦਾ ਕਾਇਦਾ ਸੀ। ਸੋ ਇਹ ਜੁੜਿਆ ਤਾਂ ਹੋਇਆ ਹੈ, ਆਪਸ 'ਚ ਕੋਰਸ ਨੇ ਇਹ। ਸੋ ਜੇ ਅਸੀਂ ਆਜ਼ਾਦੀ ਦੀ ਗੱਲ ਕਰਨੀ ਆ, ਇਸ ਸੰਘਰਸ਼ ਦੇ ਵਿੱਚ ਅਸੀਂ ਜੁੜੇ ਹੋਏ ਹਾਂ, ਤਾਂ ਮੈਨੂੰ ਲੱਗਦਾ ਅੱਜ ਜਿਹੜੇ ਵੀ ਨੌਜਵਾਨ ਨੇ, ਉਹਨਾਂ ਨੂੰ ਇਹ ਗੱਲ ਦੀ ਸਮਝ ਹੋਣੀ ਚਾਹੀਦੀ ਹੈ, ਠੀਕ ਹੈ ਨਾ, ਕਿ 1972-73 ਤੋਂ ਲੈ ਕੇ 1992-93 ਤੱਕ ਦੇ ਜਿਹੜੇ 20 ਸਾਲ ਨੇ, ਉਹ ਇਹਨੂੰ ਭਾਗਾਂ 'ਚ ਵੰਡ ਸਕਦੇ ਹਾਂ। ਅਤੇ 1992-93 ਤੋਂ ਲੈ ਕੇ ਜਿਹੜਾ ਮਤਲਬ ਹੁਣ ਤੱਕ ਦਾ ਸੰਘਰਸ਼ ਹੈ, ਇਹਦੇ 'ਤੇ ਵਿਚਾਰ ਵਟਾਂਦਰਾ ਹੋਣਾ ਜ਼ਰੂਰੀ ਹੈ, ਅਧਿਐਨ ਹੋਣਾ ਜ਼ਰੂਰੀ ਹੈ, ਇਹਦੇ 'ਤੇ ਤਾਂ ਥੀਸਿਸ ਲਿਖੇ ਜਾਣੇ ਚਾਹੀਦੇ ਸਨ, ਇਹਦੇ 'ਤੇ ਬਹੁਤ ਵੱਡੇ ਪੱਧਰ 'ਤੇ ਕੰਮ ਹੋਣ ਵਾਲਾ। ਅਤੇ ਦੱਸੋ ਵੀ ਜੇ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਸਮੇਂ ਦੀ ਗੱਲ ਕਰੀਏ, ਉਹ ਸਮੇਂ ਬਾਰੇ ਤੁਸੀਂ ਦੱਸੋ। ਬਿਲਕੁਲ, ਇਹ ਹੁਣ ਤੁਸੀਂ ਸ਼ੁਰੂਆਤ ਦੀ ਗੱਲ ਫੜ ਲਈ, ਕਿਉਂਕਿ ਅਸੀਂ ਪੰਜ ਦਹਾਕਿਆਂ ਦੀ ਜੇ ਗੱਲ ਕਰੀਏ ਨਾ, ਤਾਂ ਉਹ ਕੋਰਸ ਉੱਥੋਂ ਸਟਾਰਟ ਹੋਊਗਾ, ਆਰੰਭ ਉੱਥੋਂ ਹੋਣਾ ਚਾਹੀਦਾ। 1972-73 ਦੇ ਵਿੱਚ ਹੈ ਨਾ, ਅਨੰਦਪੁਰ ਸਾਹਿਬ ਇੱਕ ਮੀਟਿੰਗ ਹੋਈ ਸੀ। ਸਭ ਤੋਂ ਪਹਿਲਾਂ ਉਸ ਮੀਟਿੰਗ 'ਚ ਜਿਹੜੇ ਮਤੇ ਪਾਸ ਕੀਤੇ ਗਏ ਸੀ, ਉਹਨਾਂ ਨੂੰ ਅਨੰਦਪੁਰ ਦਾ ਮਤਾ ਕਿਹਾ ਗਿਆ ਜੀ, ਠੀਕ ਹੈ ਨਾ ਜੀ। ਅਤੇ ਉਸ ਨੂੰ ਮਾਂਜ ਸਵਾਰ ਕੇ ਸਰਦਾਰ ਕਪੂਰ ਸਿੰਘ ਹੋਰਾਂ ਨੇ ਇੱਕ ਪੇਜ ਦਾ, ਉਹ ਅਸੀਂ ਉਹਨੂੰ ਚਾਰਟਰ ਕਹਿ ਸਕਦੇ ਹਾਂ, ਅਸੀਂ ਅਨੰਦਪੁਰ ਸਾਹਿਬ ਦਾ ਉਹਨੂੰ ਚਾਰਟਰ ਕਹੀਏ, ਹੈ ਨਾ, ਮਤ ਹੈ ਤਾਂ ਰੈਸੋਲਿਊਸ਼ਨ ਹੈ, ਮਤਾ ਉਸ ਅਕਾਲੀ ਦਲ ਦੇ ਇਜਲਾਸ ਦੇ ਵਿੱਚ ਉਹ ਪਾਸ ਹੋਇਆ। ਕਿੱਥੇ ਹੋਇਆ ਸੀ? ਅਨੰਦਪੁਰ ਸਾਹਿਬ। ਅੱਛਾ, ਅਨੰਦਪੁਰ ਸਾਹਿਬ ਦਾ ਮਤਾ ਅਤੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਪਾਸ ਹੋਣ ਕਰਕੇ ਉਹਦਾ ਨਾਮ ਰੱਖਿਆ, ਤਾਂ ਹੀ ਅਨੰਦਪੁਰ, ਹੈ ਨਾ। ਪਹਿਲੇ ਉਹਦਾ ਨਾਮ ਵੈਸੇ ਕੀ ਰੱਖਿਆ ਸੀ? ਅਨੰਦਪੁਰ ਦਾ ਮਤਾ। ਅੱਛਾ, ਸਟਾਰਟਿੰਗ ਇਹੀ ਨਾਮ। ਹਾਂ, ਅਨੰਦਪੁਰ ਸਾਹਿਬ, ਉੱਥੇ ਇਜਲਾਸ ਹੋਇਆ ਅਤੇ ਉੱਥੇ ਮੀਟਿੰਗ ਹੋਈ, ਗੱਲਬਾਤ ਹੋਈ, ਅਤੇ ਉੱਥੇ ਉਹ ਪਾਸ ਹੋਏ। ਥੋੜੇ ਸ਼ਬਦਾਂ ਦੇ ਵਿੱਚ ਇਹ ਦੱਸ ਦਿਓ, ਅਨੰਦਪੁਰ ਸਾਹਿਬ ਦਾ ਮਤਾ ਹੈ ਕੀ ਹੈ? 1947 ਦੇ ਵਿੱਚ ਜਿਹੜੀਆਂ ਗੱਲਾਂ ਨੂੰ ਲੈ ਕੇ, ਜਿਹੜੇ ਖਦਸ਼ਿਆਂ ਨੂੰ ਲੈ ਕੇ ਸਿੱਖਾਂ ਨੇ ਹਿੰਦੂ ਲੀਡਰਸ਼ਿਪ ਦੀਆਂ ਗੱਲਾਂ ਦੇ ਵਿੱਚ ਆ ਕੇ ਜਾਂ ਉਹਨਾਂ ਦੇ ਅਧੀਨ ਉਹ ਵਾਰਤਾਲਾਪ ਤੋਂ ਬਾਅਦ ਇਹ ਫੈਸਲਾ ਲਿਆ ਸੀ, ਕਿਉਂਕਿ ਤਿੰਨ ਆਪਸ਼ਨਾਂ ਸੀ ਸਿੱਖਾਂ ਕੋਲ ਜੇ ਮੋਟੇ ਤੌਰ ਦੇ ਉੱਤੇ ਦੇਖੀਏ। ਪਹਿਲੀ ਆਪਸ਼ਨ ਸੀ ਖਾਲਸਾ ਰਾਜ, ਪੰਜਾਬ ਵੱਖਰਾ, ਇੰਡੀਪੈਂਡੈਂਟ ਕੰਟਰੀ ਸਿੱਖ ਲੈਂਦੇ, ਸਿੱਖਾਂ ਦਾ ਸੂਬਾ ਹੁੰਦਾ, ਕਿਉਂਕਿ ਮੁਸਲਿਮ ਲੀਗ ਨੇ ਅਤੇ ਮੁਸਲਮਾਨਾਂ ਨੇ ਪਾਕਿਸਤਾਨ ਦਾ ਫਾਰਮੂਲਾ ਜਿਹੜਾ ਪੇਸ਼ ਕੀਤਾ ਸੀ ਉਹ ਮਜ਼ਹਬ ਦੇ ਆਧਾਰ 'ਤੇ ਸੀ। ਭਾਰਤ ਇੱਕ ਸੂਡੋ ਸੈਕੂਲਰ ਸਟੇਟ ਦੇ ਤੌਰ ਦੇ ਉੱਤੇ ਸਾਹਮਣੇ ਆਇਆ, ਪਰ ਉਹਦੇ 'ਤੇ ਵੀ ਗੱਲ ਕਰਾਂਗੇ ਇਹਦੇ 'ਚ ਅੱਗੇ ਚੱਲ ਕੇ। ਅਤੇ ਸਿੱਖਾਂ ਕੋਲ ਇੱਕ ਆਪਸ਼ਨ ਸੀ, ਇਹ ਦੂਜੀ ਆਪਸ਼ਨ ਸੀ ਕਿ ਉਹ ਪਾਕਿਸਤਾਨ ਨਾਲ ਜਾਂਦੇ, ਕਿਉਂਕਿ ਵੱਡੀ ਗਿਣਤੀ ਸਿੱਖ ਸਨ ਜਿਹੜੇ ਉਹਨਾਂ ਸਿਆਲਕੋਟ, ਲਾਹੌਰ, ਲੈਂਦੇ ਪੰਜਾਬ ਵੱਲ, ਨਨਕਾਣਾ ਸਾਹਿਬ, ਜ਼ਮੀਨਾਂ ਵੀ ਵੱਡੀ ਗਿਣਤੀ 'ਚ ਵੱਧ ਉੱਧਰ ਸਨ, ਕਿਉਂਕਿ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਬਾਅਦ 'ਚ ਉਹਨਾਂ ਦੇ ਖਾਲਸਾ ਰਾਜ ਦੇ ਖਤਮ ਹੋਣ ਤੋਂ ਬਾਅਦ ਜਦੋਂ ਬ੍ਰਿਟਿਸ਼ਰ ਨੇ ਮਤਲਬ ਉਹਨੂੰ ਮਿਲਾਇਆ ਆਪਣੇ ਰਾਜ ਦੇ ਵਿੱਚ,
ਅਨੈਕਸ ਕੀਤਾ ਤਾਂ ਬਹੁਤ ਸਾਰੇ ਜਿਹੜੇ ਫੌਜ ਦੇ ਜਰਨੈਲ ਸੀ ਜਾਂ ਬੰਦੇ ਸੀ ਉਹਨਾਂ ਨੂੰ ਬ੍ਰਿਟਿਸ਼ਰਸ ਨੇ ਬ੍ਰਿਟਿਸ਼ ਆਰਮੀ ਦੇ ਵਿੱਚ ਥਾਂ ਦਿੱਤੀ, ਵੱਖਰੀਆਂ ਸਿੱਖ ਰੈਜੀਮੈਂਟ ਬਣਾਈਆਂ ਉਹਨਾਂ ਨੇ। ਉਹਨਾਂ 'ਚ ਜਦੋਂ ਉਹ ਕੁਛ ਵੀ ਕਰਦੇ ਸੀ ਜਾਂ ਉਹ ਮਤਲਬ ਕੋਈ ਬਹਾਦਰੀ ਕਰਦੇ ਸੀ ਤਾਂ ਉਹਨਾਂ ਨੂੰ ਉੱਧਰ 12 ਦੇ ਵਿੱਚ ਜਾਂ ਹੋਰ ਜ਼ਮੀਨਾਂ ਮਤਲਬ ਦਿੱਤੀਆਂ ਜਾਂਦੀਆਂ ਸੀ। ਤਾਂ ਹੀ ਜੇ ਆਪਾਂ ਅਧਿਐਨ ਕਰੀਏ ਨਾ 1947 14 ਅਗਸਤ ਦੀ ਰਾਤ ਤੱਕ ਸਿੱਖ ਸੀ ਜਿਹੜਾ ਪੰਜਾਬ ਦੀ 73% ਜ਼ਮੀਨ ਦਾ ਮਾਲਕ ਸੀ। 73% ਜਿਹੜੀ ਲੈਂਡ ਹੈ ਉਹ ਸਿੱਖਾਂ ਦੇ ਕੋਲ ਸੀ, ਜਿਹੜੀ ਖੇਤੀਬਾੜੀ ਵਾਲੀ ਭੂਏ ਆ ਉਹਦਾ ਮਾਲਕ ਸੀ। ਅਤੇ ਉਸ ਰਾਤ ਨੂੰ 12 ਵਜੇ ਤੋਂ ਬਾਅਦ 15 ਅਗਸਤ ਦੀ ਜਿਹੜੀ ਸਵੇਰ ਚੜ੍ਹਦੀ ਆ 1947 ਦੀ, ਸਿੱਖ ਜਿਹੜਾ ਹੈ ਉਹ 12.5% 'ਤੇ ਆ ਜਾਂਦਾ 73% ਤੋਂ, ਇੱਕੋ ਸਿਗਨੇਚਰ ਨਾਲ ਪੰਜਾਬ ਦੀ ਵੰਡ ਹੋ ਗਈ ਅਤੇ ਸਿੱਖਾਂ ਦੀ ਜ਼ਮੀਨ ਗਈ, ਸਿੱਖਾਂ ਦਾ ਕਤਲੇਆਮ ਹੋਇਆ ਸਾਰਾ ਕੁਛ। ਸੋ 3 ਆਪਸ਼ਨਾਂ ਸਨ, 3 ਆਪਸ਼ਨਾਂ ਦੇ ਵਿੱਚ ਕੰਮ ਤਾਂ ਇਹ ਕਰਨਾ ਚਾਹੀਦਾ ਸੀ ਸਿੱਖਾਂ ਨੂੰ ਕਿ ਉਹ ਖਾਲਿਸਤਾਨ ਲਈ ਜਾਂ ਪੰਜਾਬ ਦੀ ਜਿਹੜੀ ਵੱਖਰੀ ਸਟੇਟ ਦੀ ਆਪਸ਼ਨ 'ਤੇ ਅੜੇ ਰਹਿੰਦੇ, ਬਹੁਤ ਵੱਡੇ ਉਸ ਦੀ ਸੰਭਾਵਨਾ ਸੀ। ਸੋ ਉੱਥੇ ਜਿਹੜੀਆਂ ਹਿੰਦੂ ਲੀਡਰਸ਼ਿਪ ਦੀਆਂ ਚਾਲਾਂ ਸਨ ਜਾਂ ਅੰਗਰੇਜ਼ ਖੁਦ ਵੀ ਨਹੀਂ ਸੀ ਦੇਣਾ ਚਾਹੁੰਦੇ ਕਿਉਂਕਿ ਦੂਰ ਰਸੀ ਜਿਹੜੇ ਉਹਨਾਂ 'ਤੇ ਪ੍ਰਭਾਵ ਪੈਣੇ ਸਨ ਉਹ ਕਾਫੀ ਖਤਰਨਾਕ ਪੈਣੇ ਸਨ ਕਿਉਂਕਿ ਸਿੱਖ ਜਲਦੀ ਜਲਦੀ ਭੁੱਲਦੇ ਨਹੀਂ ਦੁਸ਼ਮਣੀ। 1849 'ਚ ਅੰਗਰੇਜ਼ੀ ਰਾਜ ਦੇ ਵਿੱਚ ਮਿਲਾਏ ਜਾਣ ਤੋਂ ਬਾਅਦ ਪੰਜਾਬ ਨੂੰ ਜ਼ੁਲਮ ਬਹੁਤ ਹੋਏ ਪੰਜਾਬ 'ਤੇ। ਸੋ ਉਹ ਜ਼ੁਲਮ ਕਿਤੇ ਲਿਖਤੀ ਰੂਪ 'ਚ ਸਾਨੂੰ ਕਿਤੇ ਕਿਤਾਬ ਦੇ ਵਿੱਚ ਜਾਂ ਹੋਰ ਕਿਤੇ ਨਹੀਂ ਮਿਲਦੇ, ਉਹ ਇੱਕ ਸਾਜਿਸ਼ ਦੇ ਤਹਿਤ ਖਤਮ ਕੀਤੇ ਗਏ। ਮਸਲਨ ਇਹ ਤਾਂ ਕਿਤੇ ਲਿਖਿਆ ਮਿਲਦਾ ਨਹੀਂ ਨਾ ਕਿ ਜਿਹੜਾ ਕਿਰਪਾਨ ਜਾਂ ਚਾਕੂ ਜਾਂ ਕੋਈ ਹਥਿਆਰ ਜਮ੍ਹਾਂ ਕਰਾਉਣ ਦੇ 2 ਆਨੇ ਦਿੱਤੇ ਜਾਂਦੇ ਸੀ, ਕਾਇਦਾ ਜਮ੍ਹਾਂ ਕਰਾਉਣ ਦੇ 5 ਆਨੇ ਦਿੱਤੇ ਜਾਂਦੇ ਸੀ, ਕਿਤੇ ਨਾ ਕਿਤੇ ਮੌਖਿਕ ਰੂਪ ਦੇ ਵਿੱਚ ਅੱਗੇ ਤੋਂ ਅੱਗੇ ਗੱਲ ਚੱਲੀ ਵੱਡਿਆਂ ਵਡੇਰਿਆਂ ਬਜ਼ੁਰਗਾਂ ਦੇ ਹੱਥ 'ਚ। ਸੋ ਸਾਨੂੰ ਲਿਖਤੀ ਰੂਪ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਖਤਮ ਕੀਤੀਆਂ ਗਈਆਂ, ਇੱਥੋਂ ਤੱਕ ਕਿ ਮਹਾਰਾਜਾ ਸਾਹਿਬ ਦੇ ਰਾਜ ਦਾ ਸਿੱਕਾ ਤੱਕ, ਸਿੱਖ ਐਮਪਾਇਰ ਦਾ ਸਿੱਕਾ ਤੱਕ ਨਹੀਂ, ਓਰੀਜਨਲ ਸਿੱਕਾ ਨਹੀਂ ਹੈਗਾ ਕਿਤੇ, ਹੈ ਨਾ, ਖਤਮ ਕੀਤਾ ਗਿਆ, ਤੋਪਾਂ ਤੱਕ ਢਾਲ ਦਿੱਤੀਆਂ ਗਈਆਂ। ਸੋ ਇਹ ਗੱਲਾਂ 'ਤੇ ਅਧਿਐਨ ਹੋਣਾ ਚਾਹੀਦਾ, ਇਹਨਾਂ 'ਤੇ ਗੱਲ ਹੋਣੀ ਚਾਹੀਦੀ ਆ। 3 ਆਪਸ਼ਨਾਂ ਦੇ ਵਿੱਚੋਂ ਜਦੋਂ ਇੱਕ ਸਾਜਿਸ਼ ਦੇ ਨਾਲ ਕੌਨਸਪੀਰੇਸੀ ਬਹੁਤ ਵੱਡੀ ਜਿਹੜੀ 1849 ਤੱਕ ਹੋਈ, 1839 ਤੋਂ ਲੈ ਕੇ 10 ਸਾਲ ਪੰਜਾਬ 'ਚ ਕਤਲੋਗਾਰਤ ਹੋਈ ਜਿਹੜੀ, ਉਹ ਵੀ ਸਿੱਖ ਐਮਪਾਇਰ ਦੇ ਜਿਹੜੇ ਸ਼ਾਹੀ ਮਹਿਲ ਸਨ ਉਹਨਾਂ ਦੇ ਵਿੱਚ, ਉਹੀ ਚੀਜ਼ ਅਸੀਂ ਦੇਖਦੇ ਹਾਂ ਕਿ 1945 ਤੋਂ ਲੈ ਕੇ 1950 ਤੱਕ ਚੱਲੀ ਜੀ। 5 ਸਾਲ ਬਹੁਤ ਇਹ ਅਸੀਂ ਦੁੱਖਦਾਈ ਕਹਿ ਸਕਦੇ ਹਾਂ ਕਿ ਸਿੱਖਾਂ ਨਾਲ ਧੋਖਾ ਹੋਇਆ, ਧੋਖਾ ਕੀਤਾ, ਮਿਲ ਕੇ ਹੋਇਆ, ਇਹ ਕੌਨਸਪੀਰੇਸੀ ਹੈ। ਸੋ ਕੌਨਸਪੀਰੇਸੀ ਦੇ ਵਿੱਚ ਕਿਹੜੇ ਕਿਹੜੇ ਲੋਕ ਜ਼ਿੰਮੇਵਾਰ ਸਮਝਦੇ, ਉਹਨਾਂ ਬਾਰੇ ਵੀ ਮਤਲਬ ਗੱਲਬਾਤ ਤਾਂ ਕਰਨੀ ਬਣਦੀ ਹੈ, ਆਪਾਂ ਕਰਾਂਗੇ ਉਹਦੇ ਬਾਰੇ। ਜਿਹੜਾ ਪੂਨਾ ਪੈਕਟ ਹੈ ਨਾ, ਉਹਦੇ 'ਤੇ ਆ ਕੇ ਸਾਰਾ ਕੁਛ ਖੁੱਲ੍ਹਦਾ, ਪਰ ਅਸੀਂ ਦੇਖਦੇ ਹਾਂ ਕਿ ਉੱਥੇ ਡਾਕਟਰ ਅੰਬੇਦਕਰ ਨੇ ਗਾਂਧੀ ਅੱਗੇ ਗੋਡੇ ਟੇਕੇ ਸੀ, ਪਰ ਅਸੀਂ ਦੇਖਦੇ ਹਾਂ ਕਿ ਜਿਹੜੇ ਨਹਿਰੂ ਅਤੇ ਗਾਂਧੀ ਨੇ ਸਿੱਖਾਂ ਨਾਲ ਵਾਅਦਾ ਕੀਤਾ ਕਿ ਤੁਸੀਂ ਜੇ ਹਿੰਦੁਸਤਾਨ ਦੇ ਨਾਲ ਜਾਂ ਭਾਰਤ ਦੇ ਨਾਲ ਤੁਸੀਂ ਸ਼ਾਮਿਲ ਹੁੰਦੇ ਹੋ, ਨਾਲ ਆਉਂਦੇ ਹੋ, ਸਾਡੇ ਡੱਕਾ ਸੁੱਟਦੇ ਹੋ, ਤਾਂ ਉੱਤਰੀ ਭਾਰਤ ਦੇ ਵਿੱਚ ਤੁਹਾਨੂੰ ਇੱਕ ਅਜਿਹੀ ਖੁਦ ਮੁਖਤਿਆਰ ਸਟੇਟ ਖਿੱਤਾ ਦਿੱਤਾ ਜਾਊਗਾ ਜਿੱਥੇ ਤੁਸੀਂ ਆਪਣੇ ਧਰਮ ਦੀ, ਆਪਣੀ ਰਾਜਨੀਤੀ ਦੀ, ਆਪਣੀ ਪੂਰੀ ਆਜ਼ਾਦੀ ਦਾ ਨਿਗਮ ਮਾਣ ਸਕਦੇ ਹੋ, ਮਿਲਦੇ ਨੇ ਹਾਂ। ਸੋ ਇਹ ਵਫਾ ਨਹੀਂ ਹੋਏ 1947 'ਚ, ਪਰ ਇਹ ਤਾਂ ਅਧਿਐਨ ਹੁੰਦਾ ਕਿ ਅੰਗਰੇਜ਼ ਅਤੇ ਹਿੰਦੂ ਤਵੀ ਲੀਡਰਸ਼ਿਪ ਅਤੇ ਮੁਸਲਿਮ ਲੀਡਰਸ਼ਿਪ ਇਸ ਗੱਲ 'ਤੇ ਉਸ ਵੇਲੇ ਸਹਿਮਤ ਸਨ, ਤਾਂ ਇਹ ਐਲਾਨ ਕੀਤਾ ਸੀ ਨਹਿਰੂ ਅਤੇ ਗਾਂਧੀ ਨੇ। ਉਹ ਵੀ ਚਾਹੁੰਦੇ ਸੀ ਕਿ ਮੁਸਲਮਾਨਾਂ ਅਤੇ ਹਿੰਦੂਆਂ ਦਰਮਿਆਨ ਇੱਕ ਬਫਰ ਸਟੇਟ ਹੋਵੇ, ਨਹਿਰੂ ਅਤੇ ਗਾਂਧੀ ਵੀ ਚਾਹੁੰਦੇ ਸੀ ਜੀ। ਇਹ ਉਸੇ ਤੋਂ ਬਾਅਦ ਇਹ ਸਟੇਟਮੈਂਟ ਆਈ ਨਾ ਉਹਨਾਂ ਦੇ, ਪਰ ਜਦੋਂ ਉਹਨਾਂ ਨੇ ਦੇਖਿਆ ਕਿ 1947 'ਚ ਤਾਂ ਸਿੱਖ ਵੀਕ ਬਹੁਤ ਹੋ ਗਏ, ਵੀਕ ਇੱਕ ਰਾਤ 'ਚ ਵੀਕ ਹੋ ਗਏ, ਪਰ ਉਹ 15 ਦਿਨ ਪਹਿਲਾਂ ਜਿਹੜਾ ਕਤਲੇਆਮ ਸ਼ੁਰੂ ਹੋਇਆ ਸੀ, 15 ਦਿਨ ਬਾਅਦ 1 ਮਹੀਨਾ ਜਿਹੜਾ ਕਤਲੇਆਮ ਹੋਇਆ, ਉਹਦੇ 'ਚ ਜ਼ਮੀਨਾਂ ਗਈਆਂ। ਜ਼ਮੀਨ ਨੂੰ ਕਿਸਾਨ ਪਿਆਰ ਬਹੁਤ ਕਰਦਾ, ਜ਼ਮੀਨ ਅਣਖ ਦਾ ਇੱਕ ਮੁੱਦਾ ਹੁੰਦਾ, ਪੱਗ ਨੂੰ, ਜ਼ਮੀਨ ਨੂੰ ਆਪਣੀ ਪੱਗ ਹੀ ਸਮਝਦਾ ਕਿਸਾਨ ਆ ਜਿਹੜਾ,
ਮਾਂ ਸਮਝਦਾ ਆਪਣੀ। ਅੱਗੇ ਤਾਂ ਸਤਿਕਾਰ ਬਹੁਤ ਸੀ ਉਸ ਵੇਲੇ ਜਦੋਂ ਇਹ ਸਾਰਾ ਕੁਛ ਹੋਇਆ। ਅਤੇ ਦੂਜਾ ਧਰਮ, ਅਤੇ ਇਹ ਚੀਜ਼ਾਂ ਕਹੀਆਂ, ਅਤੇ ਨਾਲ ਜਿਹੜਾ ਕਤਲੇਆਮ ਹੋਇਆ ਨਾ, ਉਹ ਪਲੈਨਡ ਸੀਗਾ, ਉਹ ਗਿਣ ਮਿਥ ਕੇ ਕੀਤਾ ਗਿਆ ਪਲੈਨ। ਉਦੋਂ ਸਾਰਾ ਕੁਛ ਜਿਹੜਾ 1 ਮਿਲੀਅਨ ਸਿੱਖਾਂ ਦਾ ਕਤਲੇਆਮ ਹੋਇਆ, ਬੀਬੀਆਂ ਦਾ, ਬੱਚਿਆਂ ਦਾ, ਬਜ਼ੁਰਗਾਂ ਦਾ, ਨੌਜਵਾਨਾਂ ਦਾ ਬਲਾਤਕਾਰ ਹੋਏ, ਅਤੇ ਉਹ ਇੱਕ ਮਹੀਨੇ ਦੀ ਇੱਕ ਅਜਿਹੀ ਪੀੜ ਸੀ ਉਹ, ਵੀ ਆਪਾਂ 84 ਨੂੰ ਹੁਣ ਤੱਕ ਯਾਦ ਕਰਦੇ ਹਾਂ। ਅਤੇ ਜੋ ਕੁਛ ਨਵੰਬਰ 84 'ਚ ਹੋਇਆ, ਜਾਂ ਜੂਨ 1984 'ਚ ਹੋਇਆ, ਜਾਂ ਉਸ ਤੋਂ ਬਾਅਦ ਝੂਠੇ ਪੁਲਿਸ ਮੁਕਾਬਲਿਆਂ 'ਚ ਹੋਇਆ, ਜਾਂ ਥਾਣਿਆਂ 'ਚ ਤਸ਼ੱਦਦ ਹੋਇਆ, ਇਹ ਤਸ਼ੱਦਦ ਦਾ ਦੌਰ ਹੁੰਦਾ, ਐਵੇਂ ਨਹੀਂ ਹੁੰਦਾ। ਕੋਈ ਲਾਗਡਾਟ ਨਹੀਂ ਹੁੰਦੀ ਕਿਸੇ ਪੁਲਿਸ ਅਫਸਰ ਦੀ ਕਿਸੇ ਸਿੰਘ ਨਾਲ ਜਾਂ ਕਿਸੇ ਸੰਘਰਸ਼ ਕਰ ਰਹੇ ਯੋਧੇ ਨਾਲ। ਇਹ ਫੀਡ ਕੀਤਾ ਜਾਂਦਾ ਉੱਪਰੋਂ ਤਾਕਤ ਇੱਕ ਫੀਡ ਕਰਦੀ ਆ ਉਹਨਾਂ ਨੂੰ, ਤਰੱਕੀ ਦਿੰਦੀ ਆ, ਉਹਨੂੰ ਸਸਪੈਂਡ ਕਰਨ ਦੀ ਧਮਕੀ ਦਿੰਦੀ ਆ, ਲਾਲਚ ਵੀ ਦਿੰਦੀ ਆ, ਡਰਾਬੇ ਵੀ ਦਿੰਦੀ ਆ, ਉਹਦੇ 'ਚ ਫਿਰ ਆ ਜਾਂਦੇ ਨੇ ਉਹ, ਜਿਵੇਂ ਅੱਜ ਕੱਲ੍ਹ ਵੀ ਚੱਲਦੇ ਪਏ ਕਿ ਸੋ ਉਹਨਾਂ ਨੂੰ ਵਰਤਿਆ ਜਾਂਦਾ, ਵਰਤ ਕੇ ਉਹਨਾਂ ਨੂੰ ਯੂਜ਼ ਐਂਡ ਥਰੂ ਕੇ ਥਰੋ ਕੀਤਾ। 1944-45 ਦੇ ਵਿੱਚ RSS ਦੀਆਂ ਸ਼ਾਖਾਵਾਂ ਸੀ ਜਿਹੜੀਆਂ, ਮਤਲਬ ਅਸੀਂ ਦੇਖਦੇ ਹਾਂ ਕਿ ਆਪਣੇ ਲਾਹੌਰ ਦੇ ਵਿੱਚ ਜਾਂ ਹੋਰ ਉਹਨਾਂ ਖੇਤਰਾਂ ਦੇ ਵਿੱਚ ਜਿੱਥੇ ਸਿੱਖ ਜਾਂ ਹਿੰਦੂ ਬਹੁਗਿਣਤੀ ਸਨ, ਉਹਨਾਂ ਦੇ ਵਿੱਚ ਉਹਨਾਂ ਨੇ ਸ਼ਾਖਾਵਾਂ ਲਾਉਣੀਆਂ ਸ਼ੁਰੂ ਕੀਤੀਆਂ, ਉਹਨਾਂ ਨੂੰ ਹਥਿਆਰ ਵੰਡਣੇ ਸ਼ੁਰੂ ਕੀਤੇ, ਅਤੇ ਉਹਨਾਂ ਨੂੰ ਫੀਡ ਕੀਤਾ ਕਿ ਇਹ ਜਿਹੜੀ ਜ਼ਮੀਨ ਆ, ਇਹ ਹਿੱਸਾ, ਇਹ ਪਾਕਿਸਤਾਨ 'ਚ ਨਹੀਂ ਜਾਊਗਾ, ਕੁਛ ਵੀ ਹੋ ਜਾਵੇ, ਵੀ ਤੁਸੀਂ ਡਟੇ ਰਹੋ। ਉਹਨਾਂ ਨੂੰ ਇਸ ਦੂਜੇ ਪਾਸੇ ਮੁਸਲਮਾਨਾਂ ਦੇ ਵਿੱਚ ਉਸ ਗੱਲ ਦਾ ਦੀਆਂ ਖਬਰਾਂ ਵੀ ਪਹੁੰਚਾਈਆਂ ਗਈਆਂ ਕਿ ਸਿੱਖ ਅਤੇ ਹਿੰਦੂ ਤਾਂ ਜਥੇਬੰਦ ਹੋ ਰਹੇ ਨੇ, ਠੀਕ ਹੈ ਨਾ। ਥੋੜ੍ਹੀ ਦੇਰ ਬਾਅਦ ਜਦੋਂ ਹਾਲਾਤ ਸਪੱਸ਼ਟ ਹੋਣੇ ਸ਼ੁਰੂ ਹੋਏ, ਹਿੰਦੂਆਂ ਨੂੰ ਉੱਥੋਂ ਛੱਡ ਕੇ ਚਲੇ ਜਾਣ ਲਈ ਕਿਹਾ। ਹਿੰਦੂ ਕੋਲ ਨਾ ਤਾਂ ਜ਼ਮੀਨ ਹੁੰਦੀ ਸੀ, ਦੁਕਾਨਦਾਰੀ ਹੁੰਦੀ ਸੀ, ਕੈਸ਼ ਹੁੰਦਾ ਸੀ, ਨਗਦੀ ਹੁੰਦੀ ਸੀ, ਉਹ ਆਪਣੀ ਗੱਠੜੀ ਬੰਨ੍ਹਦੇ ਸੀ, ਚੁੱਪ ਕਰਕੇ ਆ ਜਾਂਦੇ ਸੀ। ਸਿੱਖ ਜ਼ਮੀਨ ਛੱਡ ਕੇ ਆ ਨਹੀਂ ਸੀ ਸਕਦਾ, ਵੱਡੀਆਂ ਜ਼ਮੀਨਾਂ ਦੇ ਮਾਲਕ ਸੀ, ਸੋ ਉਹ ਡਟੇ ਰਹੇ। ਐਸੇ ਕਰਕੇ ਉਹਨਾਂ ਦਾ ਨੁਕਸਾਨ ਵੀ ਜ਼ਿਆਦਾ ਹੋਇਆ, ਘਰ ਦੇ ਘਰ ਤਬਾਹ ਹੋ ਗਏ, ਖਤਮ ਹੋ ਗਏ, ਪਤਾ ਨਹੀਂ ਲੱਗਿਆ ਹਾਲੇ ਤੱਕ। ਹੁਣ ਤਾਂ ਸਾਲ ਹੀ 75 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ, ਕੀ ਪਤਾ ਲੱਗਣਾ। ਸੋ ਇਹ ਇੱਕ ਪੀੜ ਹੁੰਦੀ ਆ ਆਪਣੇ ਘਰ ਦਾ, ਕੋਈ ਵੈਸੇ ਹੀ ਜੀ ਕੋਈ ਚਲਿਆ ਜਾਵੇ ਨਾ ਆਪਣੀ ਉਮਰ ਪੂਰੀ ਕਰਨ ਤੋਂ ਬਾਅਦ ਵੀ, ਉਹ ਵੀ ਸਾਨੂੰ 7-8 ਸਾਲ ਭੁੱਲਦਾ ਨਹੀਂ ਹੈਗਾ। ਜਿਹੜੀ ਇਹ ਚੀਜ਼ ਹੈਗੀ ਹੈ, ਤੁਸੀਂ 1947 ਦੀ ਗੱਲ ਕਰਦੇ ਹੋ, 1947 ਤੋਂ 1972 ਤੱਕ ਇਹ ਚੱਲਦੀ ਆ ਰਹੀ ਹੈ, 1972 ਤੋਂ ਬਾਅਦ ਜਦੋਂ ਐਮਰਜੈਂਸੀ ਲੱਗਦੀ ਨਹੀਂ। ਉਹਦੇ 'ਚ ਇੱਕ ਗੱਲ ਹੋਰ ਹੈ, ਹੁਣ ਇਹ ਪਲੈਨ ਕਿਉਂ ਕੀਤਾ ਗਿਆ, ਹੁਣ ਸਾਡੇ ਪੋਟੈਂਸ਼ੀਅਲ ਦਾ ਹਿੰਦੂ ਤਾਂ ਵੀ ਲੀਡਰਸ਼ਿਪ ਨੂੰ ਵੀ ਪਤਾ, ਅੰਗਰੇਜ਼ ਨੂੰ ਵੀ ਪਤਾ, ਕਿਉਂਕਿ ਜਿਹੜੀਆਂ ਹਿੰਦੂ ਰਿਆਸਤਾਂ ਦੇ ਜਿਹੜੇ ਫੌਜੀ ਸੀ ਬ੍ਰਿਟਿਸ਼ ਫੌਜ ਵੱਲੋਂ ਚਿੱਲਿਆਂਵਾਲੇ ਦੀ ਲੜਾਈ 'ਚ ਲੜੇ, ਸਭਰਾਉਂ ਦੀ ਲੜਾਈ 'ਚ ਲੜੇ, ਉਹ ਹੱਥ ਦੇਖ ਚੁੱਕੇ ਸੀ, ਠੀਕ ਹੈ ਨਾ। ਗਦਰ ਲਹਿਰ ਦੀ ਜਿਹੜੀ ਸੰਭਾਵਨਾ ਸੀ ਉਹਦੇ ਬਾਰੇ ਉਹ ਸਟੱਡੀ ਕਰ ਚੁੱਕੇ ਸੀ, ਅਧਿਐਨ ਕਰ ਚੁੱਕੇ ਸਨ। ਇਹ ਸ਼ਕਤੀ ਸਾਡੇ ਆਪਣੇ ਲੀਡਰਾਂ ਨੂੰ ਨਹੀਂ ਪਤਾ ਸੀ, ਸਾਡੇ ਵਿੱਚ ਇੰਨੀ ਸ਼ਕਤੀ, ਇੰਨੀ ਪਾਵਰ ਹੈਗੀ ਹੈ, ਜਿਹੜੇ ਦੂਜੇ ਲੋਕਾਂ ਨੂੰ ਤਾਂ ਪਤਾ ਲੱਗ ਗਿਆ ਸੀ। ਨਹੀਂ ਪਤਾ ਸੀ ਨਾ ਉਹਨਾਂ ਨੂੰ, ਪਤਾ ਸੀ ਤਾਂ ਹੀ ਤਾਂ ਉਹ ਹਿੰਦੁਸਤਾਨ 'ਚ ਸ਼ਾਮਲ ਹੋਏ ਭਾਰਤ 'ਚ, ਕਿ ਅਸੀਂ ਤਾਂ ਇਹਨਾਂ 'ਤੇ ਧੌਣ 'ਤੇ ਗੋਡਾ ਰੱਖ ਕੇ ਅਸੀਂ ਮਤਲਬ ਆਪਣੀ ਗੱਲ ਮਨਾ ਲਾਂਗੇ ਜੇ ਇਹਨਾਂ ਨੇ ਤੰਗ ਕੀਤਾ ਸਾਨੂੰ। ਫਿਰ ਗਾਂਧੀ ਨੇ ਇਹ ਗੱਲ ਕਹੀ ਵੀ ਸੀ ਕਿ ਜੇ ਅਸੀਂ ਇਹ ਵਾਅਦਾ ਵਫਾ ਨਾ ਕੀਤਾ ਤਾਂ ਤੁਸੀਂ ਫਿਰ ਆਪਣੀ ਤਲਵਾਰ ਦੀ ਵਰਤੋਂ ਕਰ ਸਕਦੇ ਹੋ, ਠੀਕ ਹੈ ਨਾ। ਫਿਰ ਅਜਿਹਾ ਕੀ ਹੋ ਗਿਆ ਵੀ ਚਲੋ। ਸੋ ਜਿਹੜਾ ਇਹ ਕਤਲੇਆਮ ਹੋਇਆ ਨਾ, ਇਹ ਚੀਜ਼ ਮੈਂ ਉਹਦੀ ਵਾਰ ਵਾਰ ਗੱਲ ਕਰਦਾ, ਇਸ ਨੇ ਜਿਹੜੀ ਸੰਭਾਵਨਾ ਸੀ ਨਾ ਸਿੱਖ ਰਾਜ ਲਈ ਹਥਿਆਰਬੰਦ ਸੰਘਰਸ਼ ਦੀ, 1947 'ਚ ਹਥਿਆਰਬੰਦ ਲੜਾਈ ਹੋਣੀ ਸੀ, ਉਹਦੇ 'ਤੇ ਪਾਣੀ ਫੇਰਤਾ। ਉਹਦੇ 'ਚ ਕੀ ਹੈ ਕਿ ਦਰਦ ਜਿਹੜਾ ਸੀ ਰਾਸ਼ਟਰੀਵਾਦਤਾ ਦੇ ਵਿੱਚ ਕਨਵਰਟ ਹੋ ਗਿਆ, ਮੁਸਲਮਾਨਾਂ ਪ੍ਰਤੀ ਨਫ਼ਰਤ ਪੈਦਾ ਹੋ ਗਈ। ਪਟਿਆਲੇ ਵਾਲੇ ਰਾਜੇ ਨੇ ਜੋ ਕੀਤਾ, ਗੱਡੀਆਂ ਭਰ ਭਰ ਮੁਸਲਮਾਨਾਂ ਦੀਆਂ ਕਤਲ ਕਰਵਾ ਕੇ ਉੱਥੇ ਭੇਜੀਆਂ, ਉੱਧਰੋਂ ਫਿਰ ਉਹ ਗੁੱਸੇ 'ਚ ਆਉਂਦੇ ਸੀ, ਫਿਰ ਉਹਨਾਂ ਨੇ ਉਹ ਰਿਟੈਲੀਏਟ ਕੀਤਾ, ਉਹਦਾ ਬਦਲਾ ਲੈਣਾ ਸ਼ੁਰੂ ਕੀਤਾ, ਠੀਕ ਹੈ ਨਾ। ਉਹਦੇ 'ਚ ਕੀ ਹੈ ਕਿ ਉਹ ਜਿਹੜੀ ਹਥਿਆਰਬੰਦ ਸੰਘਰਸ਼ ਦੀ ਪੋਟੈਂਸ਼ੀਅਲ ਸੀ ਸਿੱਖਾਂ ਦੇ ਵਿੱਚ ਉਸ ਵੇਲੇ, ਜਿਹੜਾ ਅਸੀਂ ਸੰਘਰਸ਼ ਦੇਖਦੇ ਹਾਂ ਨਾ 1984 ਤੋਂ ਲੈ ਕੇ, ਜੂਨ 1984 ਤੋਂ ਲੈ ਕੇ ਅਕਾਲ ਤਖ਼ਤ ਢਾਏ ਜਾਣ ਤੋਂ ਬਾਅਦ 1992-93 ਤੱਕ ਚੱਲਦਾ, ਉਹ ਸੰਘਰਸ਼ ਤਾਂ ਉਸ ਵੇਲੇ ਤਾਂ ਜਿਹੜੀ ਭਾਰਤ ਦੀ ਫੌਜ ਸੀ ਉਹ ਸੰਗਠਿਤ ਨਹੀਂ ਸੀ ਜੀ, ਨਾ ਪਾਕਿਸਤਾਨ ਦੀ ਫੌਜ ਸੰਗਠਿਤ ਸੀ, ਨਾ ਪੁਲਿਸ ਸੰਗਠਿਤ ਸੀ। ਜੇ ਉਹ ਕਤਲੇਆਮ ਨਾ ਕਰਵਾਉਂਦੇ ਤਾਂ ਖਾਲਸਾ ਰਾਜ ਪ੍ਰਤੀ ਜਿਹੜੀ ਬਣੀ ਹੋਈ ਸੀ ਨਾ, ਰਾਜ ਕਰੇਗਾ ਖਾਲਸਾ ਰੋਜ਼ ਧਾਰਨਾ ਬਣੀ ਹੋਈ ਸੀ, 1800 1849 ਤੋਂ ਲੈ ਕੇ ਲਗਾਤਾਰ ਪੜ੍ਹਿਆ ਜਾਂਦਾ ਸੀ, ਤਾਂ ਉਹ
ਚੀਜ਼ ਨੇ ਇੱਕਦਮ ਭਾਂਬੜ ਬਣ ਕੇ ਪਤਾ ਨਹੀਂ ਸੀ ਲੱਗਣਾ ਕਿੰਨੇ ਏਰੀਏ ਤੱਕ ਸਿੱਖਾਂ ਨੇ ਕਬਜ਼ਾ ਕਰ ਲੈਣਾ ਸੀ, ਕਿਉਂ ਉਹ ਸਾਰਾ ਹੁਣ ਕਬਾਇਲੀਆਂ ਨੇ ਦੱਬਿਆ, ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਨੇ ਇਹ, ਠੀਕ ਹੈ ਨਾ, ਮਕਬੂਜ਼ਾ ਕਸ਼ਮੀਰ ਕਹਿੰਦੇ ਨੇ, ਉਹ ਕਬਾਇਲੀਆਂ ਨੇ ਦੱਬਿਆ, ਕਿੰਨੀ ਗਿਣਤੀ ਸੀ ਉਹਨਾਂ ਦੀ, 400-500 ਬੰਦੇ ਨੇ ਦੱਬ ਲਿਆ, ਠੀਕ ਹੈ ਨਾ, ਭਾਰਤ ਦੀ ਫੌਜ ਸੰਗਠਿਤ ਨਹੀਂ ਸੀ, ਉਹ ਉਹਨਾਂ ਤੋਂ ਛਡਾ ਨਹੀਂ ਸਕੀ ਹੈਗੀ। ਅਤੇ ਤੁਸੀਂ ਦੇਖੋ ਵੀ ਸਿੱਖ ਫੌਜ ਜਾਂ ਨਿਹੰਗ ਫੌਜਾਂ ਆਪਣੇ ਆਪ ਦੇ ਵਿੱਚ ਕਿੰਨੀਆਂ ਸੰਗਠਿਤ ਸਨ। ਸੋ ਜੇ ਉਹ ਉਹ ਉੱਥੇ ਨਾ ਕਰਦੇ ਉਹ ਕਤਲੇਆਮ, ਤਾਂ ਜਿਹੜੀ ਬ੍ਰਿਟਿਸ਼ ਆਰਮੀ ਦੇ ਵਿੱਚ ਸਿੱਖ ਫੌਜ ਸੀ ਉਸ ਵੇਲੇ ਵੱਡੀ ਗਿਣਤੀ ਸੀ, 12% ਤੋਂ ਉੱਪਰ ਸੀ ਸਿੱਖਾਂ ਦੀ ਗਿਣਤੀ ਪੂਰੀ ਬਰਤਾਨਵੀ ਫੌਜ ਦੇ ਵਿੱਚ, ਜਿਹੜੀ ਭਾਰਤ ਦੇ ਵਿੱਚ ਤਾਇਨਾਤ ਸੀ, ਅੱਜ ਤਾਂ 2% ਵੀ ਨਹੀਂ ਹੈਗੀ। ਸੋ ਉਸ ਨੇ ਤੁਰੰਤ ਪਲਟ ਕੇ ਉਹ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਕਬਜ਼ਾ ਕਰਨਾ ਸੀ। ਸੋ ਇਹ ਇਹ ਇੱਕ ਪੱਖ ਹੈ, ਇਹਦੇ 'ਤੇ ਕਦੇ ਵੀ ਚਰਚਾ ਨਹੀਂ ਹੋਈ ਕਿ 1947 ਦੇ ਵਿੱਚ ਜੇ ਉਹ ਕੁਛ ਵੀ ਨਾ ਕਰਦੇ, ਜੇ ਕਤਲੇਆਮ ਨਾ ਕਰਵਾਉਂਦੇ, ਇਹ ਬੜਾ ਪਲੈਨ ਦੇ ਨਾਲ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ। ਸੋ ਇਹ ਇਹ ਉਹਦਾ ਪਿਛੋਕੜ ਆ ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਦਾ। 1947 ਤੋਂ ਬਾਅਦ ਜਦੋਂ 1950 ਦੇ ਵਿੱਚ ਸੰਵਿਧਾਨ ਲਾਗੂ ਹੁੰਦਾ, ਵੈਸੇ ਤਾਂ ਉਹ ਜਿਹੜੀ ਚਿੱਠੀ ਕੱਢਦੇ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਨ ਵਾਲੀ ਜਾਂ ਹੋਰ, ਸ਼ੁਰੂਆਤ ਤਾਂ ਉੱਥੋਂ ਹੀ ਹੋ ਜਾਂਦੀ ਹੈ। ਸੋ ਅੱਗੇ ਵੱਧਦੇ ਨੇ ਤਾਂ ਬਾਕੀ ਸਟੇਟਾਂ ਭਾਸ਼ਾ ਦੇ ਆਧਾਰ 'ਤੇ ਬਣ ਜਾਂਦੀਆਂ ਨੇ, ਅਤੇ ਉਹ ਪੰਜਾਬ ਨੂੰ ਭਾਸ਼ਾ ਦੇ ਆਧਾਰ 'ਤੇ ਨਹੀਂ ਉਸ ਤਰੀਕੇ ਨਾਲ, ਉਹਦੇ ਲਈ ਵੀ ਸਾਨੂੰ ਸੰਘਰਸ਼ ਕਰਨਾ ਪਿਆ। ਸ਼ੁਰੂਆਤ ਤਾਂ ਉੱਥੋਂ ਹੀ ਹੋ ਗਈ ਸੀ 1955 ਦੇ ਵਿੱਚ, 54-55 ਦੇ ਵਿੱਚ, ਜਿਹੜਾ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਅਤੇ ਫੌਜ ਐਂਟਰ ਕਰਦੀ ਹੈ, ਉਹਦੀ ਬੁਨਿਆਦ ਉਹ ਮੀਟਿੰਗ ਹੈ ਜਦੋਂ ਸਿੱਖ ਲੀਡਰਾਂ ਨੇ ਇਹ ਮਹਿਸੂਸ ਕੀਤਾ ਕਿ ਜੋ ਸਾਡੇ ਨਾਲ ਵਾਅਦੇ ਕੀਤੇ ਗਏ ਸਨ ਉਹ ਵਫਾ ਨਹੀਂ ਹੋਏ, ਅਤੇ ਆਓ ਆਪਾਂ ਪਲੈਨ ਕਰਦੇ ਹਾਂ ਆਪਾਂ ਅੱਗੇ ਐਕਸ਼ਨ ਕੀ ਲੈਣਾ, ਅੱਗੇ ਕਾਰਵਾਈ ਕੀ ਕਰਨੀ ਆ। ਮਹਿਜ਼ 4-5 ਸਾਲ, 6-7 ਸਾਲ ਹੁੰਦੇ ਨੇ 1947 ਨੂੰ ਟ੍ਰਾਂਸਫਰ ਆਫ ਪਾਵਰ ਨੂੰ, ਅਤੇ ਉਹਨਾਂ ਦੇ ਵਿੱਚ ਇੰਨੇ ਕਤਲੇਆਮ ਤੋਂ ਬਾਅਦ ਸਿੱਖ ਲੀਡਰ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਸੀ, ਇਹ ਪੋਜ਼ਿਟਿਵਿਟੀ ਹੈ, ਇਹ ਹਾਂ ਪੱਖੀ ਗੱਲ ਹੈ ਇੱਕ। ਸੋ ਉੱਥੇ ਪੁਲਿਸ ਗਈ, ਉੱਥੇ 32-33 ਸਿੱਖ ਵੀ ਸ਼ਹੀਦ ਹੋਏ ਉੱਥੇ ਜਿਹੜੀ ਗੋਲੀ ਚੱਲੀ, ਪਰ ਪੱਕੇ ਤੌਰ ਦੇ ਉੱਤੇ 11 ਸਿੱਖਾਂ ਦਾ ਜਿਹੜਾ ਹੈ ਉਹ ਸਾਨੂੰ ਸਬੂਤ ਮਿਲਦੇ ਨੇ, ਪਰ 32-33 ਸਿੱਖਾਂ ਦੀ ਸ਼ਹਾਦਤ ਹੁੰਦੀ ਹੈ। 350-400 ਸਿੱਖਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਅਤੇ ਬਾਕੀਆਂ ਨੂੰ ਗ੍ਰਿਫਤਾਰ ਕਰਕੇ ਤੁਰੰਤ ਮਤਲਬ ਰਿਹਾਅ ਕੀਤਾ ਜਾਂਦਾ। ਸੋ ਉੱਥੇ ਪ੍ਰੈਸ਼ਰ ਪਾਇਆ ਜਾਂਦਾ, ਉਦੋਂ ਦਰਬਾਰ ਸਾਹਿਬ 'ਤੇ ਕਬਜ਼ਾ ਕੀਤਾ ਸੀ ਪੁਲਿਸ ਨੇ। 55 ਦੀ ਗੱਲ ਹੈ ਨਾ ਜੀ, ਜੁਲਾਈ 4 ਜੁਲਾਈ 1955 ਦੀ ਗੱਲ ਹੈ। ਅੱਗੇ ਆਪਾਂ ਦੇਖਦੇ ਹਾਂ ਕਿ ਪੰਜਾਬੀ ਸੂਬੇ ਦਾ ਮੋਰਚਾ ਲੱਗਦਾ, ਪੰਜਾਬੀ ਸੂਬੇ ਦਾ ਮੋਰਚਾ ਲੱਗਦਾ, ਪੰਜਾਬੀ ਸੂਬਾ ਬਣਦਾ, ਪੰਜਾਬੀ ਸੂਬਾ ਬਣਨ ਦੇ ਬਾਅਦ ਵੀ ਜਿਹੜਾ ਹੈ ਅਸੀਂ ਦੇਖਦੇ ਹਾਂ ਕਿ ਉਸ ਤਰੀਕੇ ਨਾਲ ਭਾਸ਼ਾ ਨੂੰ ਲਾਗੂ ਨਹੀਂ ਕੀਤਾ ਗਿਆ, ਭਾਸ਼ਾ ਨੂੰ ਉਸ ਤਰੀਕੇ ਨਾਲ ਸਤਿਕਾਰ ਨਹੀਂ ਮਿਲਿਆ। ਉਸ ਜੋ ਜਜ਼ਬੇ ਨਾਲ, ਜੋ ਮਨ ਦੇ ਵਿੱਚ ਵਲਵਲੇ ਸਨ ਲੈ ਕੇ ਉਹ ਸੰਘਰਸ਼ ਲੜਿਆ ਸੀ ਉਹ ਨਹੀਂ ਬਣਿਆ। ਕਾਰਨ ਕੀ ਮੰਨਦੇ? ਪੰਜਾਬ ਨੂੰ ਖਤਮ ਕਰਨਾ, ਸਿੱਖਾਂ ਦੇ ਵਿੱਚ ਜਿਹੜੀ ਰਾਜ ਕਰਨ ਦੀ ਸਪਿਰਿਟ ਆ ਉਹਨੂੰ ਖਤਮ ਕਰਨਾ, ਉਸਨੂੰ ਛੋਟੇ ਛੋਟੇ ਸੰਘਰਸ਼ਾਂ ਦੇ ਵਿੱਚ ਤਬਦੀਲ ਕਰਨਾ, ਵੱਡੇ ਸੰਘਰਸ਼ ਤੋਂ ਛੋਟੇ ਸੰਘਰਸ਼ ਦੇ ਵਿੱਚ ਲੈ ਕੇ ਆਉਣਾ। ਜਿਹੜੇ ਟ੍ਰੈਪ ਦੇ ਵਿੱਚ ਫਸਾਉਣਾ ਚਾਹੁੰਦੀ ਸੀ ਸਾਡੇ ਲੀਡਰ ਜਾਂ ਰਾਜਨੀਤਿਕ ਜਿਹੜੇ ਬਣੇ ਹੋਏ ਸੀਗੇ ਆਗੂ ਆਪਣੇ ਆਪ ਨੂੰ ਬਣੇ ਸੀ, ਉਸ ਟ੍ਰੈਪ ਦਾ ਹਿੱਸਾ ਬਣੇ। ਤੁਸੀਂ ਇਹ ਪੂਰਾ ਪਲੈਨਿੰਗ ਦੇ ਨਾਲ ਹੋਇਆ ਨਾ, ਇੱਕ ਪਾਸੇ ਤਾਂ ਪਲੈਨਿੰਗ ਚੱਲ ਰਹੀ, ਇੱਕ ਪਾਸੇ ਸਿਰਫ ਜਜ਼ਬਾ, ਜੋਸ਼ ਹੈ, ਸ਼ਰਧਾ, ਆਸਥਾ ਆਪਣੇ ਈਸਟ ਦੇ ਪ੍ਰਤੀ, ਆਪਣੇ ਗੁਰੂ ਦੇ ਪ੍ਰਤੀ, ਉਹ ਉਹ ਵਲਵਲਾ ਇੱਕ ਪਾਸੇ ਤਾਂ ਧੱਕਾ ਪੂਰਾ, ਮਤਲਬ ਜਜ਼ਬੇ ਦਾ ਪੂਰਾ ਉਹ ਸਿਰ ਚੜ੍ਹ ਕੇ ਬੋਲ ਰਿਹਾ। ਉਹ ਉਹ ਚੀਜ਼ ਤੋਂ ਡਰਦਾ ਵੀ ਆ ਸਿਸਟਮ, ਉਹ ਕਹਿੰਦਾ ਵੀ ਇਹ ਪਲੈਨਿੰਗ ਦੇ ਬਾਵਜੂਦ, ਸਾਡੀ ਪਲੈਨਿੰਗ ਦੇ ਬਾਵਜੂਦ ਇਹਨਾਂ ਦਾ ਜੋਸ਼ ਖਤਮ ਨਹੀਂ ਹੁੰਦਾ ਹੈਗਾ, ਤਾਂ ਹੀ ਅਸੀਂ ਉਹ ਅੱਗੇ ਫਿਰ ਬਹੁਤ ਵਿਆਪਕ ਪੱਧਰ ਦੇ ਉੱਤੇ ਜਿਹੜੀ ਪਲੈਨਿੰਗ ਹੈ ਉਸਨੂੰ ਉਹਨਾਂ ਨੂੰ 70-80 ਸਾਲ ਤਾਂ ਲੱਗੇ ਇੱਥੇ ਤੱਕ ਪਹੁੰਚਣ ਲਈ, ਮਤਲਬ 1984 ਤੋਂ ਬਾਅਦ ਹੁਣ ਤੱਕ ਤਾਂ ਸਿੱਧੇ 40 ਸਾਲ ਹੋ ਗਏ ਹੈ ਨਾ, ਕਿ ਤੋਪਾਂ ਨਾਲ, ਗੋਲਿਆਂ ਨਾਲ, ਟੈਂਕਾਂ ਨਾਲ, ਗੋਲੀਆਂ ਨਾਲ ਤਾਂ ਮਾਰ ਕੇ ਅਸੀਂ ਦੇਖ ਲਿਆ, ਨਹੀਂ ਮਰਦੇ ਹੈਗੇ। ਪਰ ਅੱਜ ਇੱਕ ਜਿਹੜੀ ਵਾਰ ਚਲਾਈ ਗਈ ਹੈ, ਜਿਵੇਂ ਤੁਸੀਂ ਸਾਰਾ ਕੁਛ ਦੇਖਿਆ ਲਿਟਰੇਚਰ ਦੇ ਰਾਹੀਂ, ਸਾਨੂੰ ਆਪਣਾ ਸਾਡਾ ਲਿਟਰੇਚਰ ਖਤਮ ਕੀਤਾ ਗਿਆ, ਖਤਮ ਕੀਤਾ ਜਾ ਰਿਹਾ। ਅੱਜ ਦੀ ਵਾਰ ਜਿਹੜੀ ਹੈ ਉਹ ਇੱਕ ਹੋਰ ਤਰੀਕੇ ਦੀ ਚੱਲਦੀ ਪਈ ਹੈ। ਪਰ ਆਪਾਂ ਗੱਲਬਾਤ ਕਰਦੇ ਹਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਸਮੇਂ ਕਾਲ ਦੀਆਂ ਜਿਹੜੀਆਂ ਘਟਨਾਵਾਂ ਨੇ, ਤੁਹਾਡੇ ਕੁਝ ਨਿੱਜੀ ਤਜਰਬੇ, ਕਿਉਂਕਿ ਤੁਸੀਂ ਉਸ ਮੂਵਮੈਂਟ ਦੇ ਵਿੱਚ ਵੀ ਰਹੇ ਹੋ, ਦੱਸੋਗੇ ਪਲੀਜ਼?
ਦੇਖੋ ਇਹ ਜਿਹੜੇ ਧੋਖੇ ਹੋਏ ਜੋ ਗੱਲਾਂ ਹੋਈਆਂ 1975 ਦੇ ਵਿੱਚ ਐਮਰਜੈਂਸੀ ਲੱਗੀ, ਐਮਰਜੈਂਸੀ ਦੇ ਵਿੱਚ ਕੀ ਆ ਹੁਣ ਪੋਲੀਟੀਕਲ ਪਾਵਰਸ ਨੇ ਅਤੇ ਪੋਲੀਟੀਕਲ ਪਾਰਟੀਆਂ ਨੇ, ਸਟੇਟਾਂ ਦੀਆਂ ਨੇ, ਸੈਂਟਰ 'ਚ ਇੰਦਰਾ ਗਾਂਧੀ ਹੈ, ਸਟੇਟਾਂ ਦੀਆਂ ਪਾਰਟੀਆਂ ਨੇ ਇੰਦਰਾ ਗਾਂਧੀ ਦੇ ਵਿਰੁੱਧ ਹੋਈਆਂ ਨੇ, ਖੜੀਆਂ ਹੋਈਆਂ ਨੇ, ਸਥਾਨਕ ਖੇਤਰੀ ਪਾਰਟੀਆਂ ਬਣਦੀਆਂ ਨੇ, ਪੰਜਾਬ 'ਚ ਅਕਾਲੀ ਦਲ ਹੈ। ਅਕਾਲੀ ਦਲ ਦੇ ਉਸ ਐਮਰਜੈਂਸੀ ਦੇ ਖਿਲਾਫ਼ ਮੋਰਚਾ ਲਾਉਣ ਤੋਂ ਪਹਿਲਾਂ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਨੇ ਮੋਰਚਾ ਲਾਇਆ, ਦਮਦਮੀ ਟਕਸਾਲ ਆ। ਦਮਦਮੀ ਟਕਸਾਲ ਸਿਰਫ ਇੱਕ ਧਾਰਮਿਕ ਪ੍ਰਚਾਰ ਦੀ ਟਕਸਾਲ ਹੈ ਜਥੇਬੰਦੀ ਸਿੱਖਾਂ ਦੀ ਮੰਨੀ ਜਾਂਦੀ ਹੈ। ਸੋ ਉਹਨਾਂ ਨੇ ਸਭ ਤੋਂ ਪਹਿਲਾਂ ਰਾਜਨੀਤਿਕ ਤੌਰ ਦੇ ਉੱਤੇ ਜਿਹੜਾ ਜ਼ੁਲਮ ਕੀਤਾ ਜਾ ਰਿਹਾ ਸੀ ਉਸ ਦੀ ਵਿਰੋਧਤਾ ਉਹਨਾਂ ਨੇ ਕੀਤੀ ਇੱਕ ਧਾਰਮਿਕ ਸੰਸਥਾ ਹੋਣ ਦੇ ਬਾਵਜੂਦ। ਸੋ ਉੱਥੋਂ ਦੇਖਿਆ ਕਿ ਸਿੱਖਾਂ ਦੀ ਜਿਹੜੀ ਸਮੁੱਚੀ ਮੈਂ ਕਹਾਂਗਾ ਕਿ ਸਪੋਰਟ ਆ ਉਹਨੂੰ ਮਿਲਣੀ ਸ਼ੁਰੂ ਹੋ ਗਈ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਨੂੰ। ਇਹ ਗੱਲ ਅਕਾਲੀ ਦਲ ਨੂੰ ਚੁਭਣੀ ਸੀ, ਉੱਥੋਂ ਅਕਾਲੀ ਦਲ ਨੂੰ ਲੱਗਿਆ ਕਿ ਸਾਡੀ ਜਿਹੜੀ ਸਿਆਸੀ ਪ੍ਰਭੂ ਸੱਤਾ ਪੰਜਾਬ ਦੇ ਉੱਤੋਂ ਉਹ ਚੈਲੰਜ ਹੋ ਗਿਆ। ਹਾਲਾਂਕਿ ਉਹਨਾਂ ਨੇ ਕੀਤਾ ਨਹੀਂ ਸੀ, ਉਹਨਾਂ ਨੇ ਤਾਂ ਆਪਣਾ ਫਰਜ਼ ਪਹਿਚਾਣਿਆ ਕਿ ਗੁਰੂ ਦੇ ਸਿੰਘ ਵਜੋਂ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਨੇ ਉਹ ਮੋਰਚਾ ਸ਼ੁਰੂ ਕੀਤਾ, ਥਾਂ ਥਾਂ ਦੇ ਉੱਤੇ ਜਲੂਸ ਕੱਢੇ ਕੇਂਦਰ ਸਰਕਾਰ ਦੇ ਅਤੇ ਲੋਕਾਂ 'ਚ ਪ੍ਰਚਾਰ ਕੀਤਾ, ਚੈਲੰਜ ਕੀਤਾ ਉਹਨੂੰ ਕਿ ਤੁਸੀਂ ਚਾਰ ਬੰਦੇ ਇਕੱਠੇ ਹੋਣ 'ਤੇ ਪਾਬੰਦੀ ਲਾਈ ਆ, ਅਸੀਂ ਦੇਖੋ ਨਗਰ ਕੀਰਤਨ ਕੱਢਦੇ ਹਾਂ, ਸਿੱਖਾਂ ਨੂੰ ਨਸ਼ੇ ਛੱਡੋ ਕੋੜ ਵੱਢੋ ਦੀ ਉਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਉਦੋਂ, ਅਤੇ ਹੋਰ ਜਿਹੜੀਆਂ ਪਾਬੰਦੀਆਂ ਲਾਈਆਂ ਸਨ ਸਰਕਾਰ ਨੇ। ਉਹ ਜਿਹੜੀ ਹਮਾਇਤ ਮਿਲੀ ਉਸ ਨੂੰ ਲਹਿਰ ਨੂੰ, ਉਹਦੇ 'ਚ ਫਿਰ ਅਕਾਲੀ ਦਲ ਸ਼ਾਮਿਲ ਹੋ ਗਿਆ ਅਤੇ ਅਕਾਲੀ ਦਲ ਸ਼ਾਮਿਲ ਹੋ ਗਿਆ। ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸੀ, ਜਨਰਲ ਸੈਕਟਰੀ ਸੀ, ਵਰਕਿੰਗ ਕਮੇਟੀ ਸੀ, ਇਹ ਸਾਰੇ ਲੋਕਾਂ ਨੇ ਫਿਰ ਬਿਆਨ ਦੇਣੇ ਸ਼ੁਰੂ ਕੀਤੇ। ਬਿਆਨ ਦੇਣੇ ਸ਼ੁਰੂ ਕੀਤੇ, ਮੈਂ ਦੱਸਦਾ ਜਿਹੜੇ JP ਮੂਵਮੈਂਟ ਆ ਉੱਥੋਂ ਸ਼ੁਰੂ ਹੋਈ ਆ। ਉੱਥੋਂ ਉਹਨਾਂ ਨੇ ਲੱਗਿਆ ਵੀ ਯਾਰ ਇਹ ਲੋਕਾਂ ਨੇ, ਕਿਉਂਕਿ ਕੋਈ ਵੀ ਲਹਿਰ ਆ ਨਾ ਜਦੋਂ ਉਹ ਪੰਜਾਬ ਤੋਂ ਸ਼ੁਰੂ ਹੋਈ ਹੈ, ਜੇ ਐਮਰਜੈਂਸੀ ਦੇ ਖਿਲਾਫ਼ ਬਗਾਵਤ ਦੀ ਮੁਹਿੰਮ ਵੀ ਸ਼ੁਰੂ ਹੋਈ ਆ ਪੰਜਾਬ ਤੋਂ ਸ਼ੁਰੂ ਹੋਈ ਆ, ਜਦੋਂ ਕੋਈ ਬਦਲਾਅ ਜਾਂ ਤਬਦੀਲੀ ਦੀ ਗੱਲ ਹੁੰਦੀ ਆ ਪੰਜਾਬ ਤੋਂ ਹੁੰਦੀ ਹੈ। ਕਿਉਂ ਸਾਰੇ ਆਰੀਆ ਸਮਾਜੀ ਵੀ ਪੰਜਾਬ 'ਚ ਆ ਕੇ ਕਾਮਯਾਬ ਹੋਏ, ਸਿੰਘ ਸਭਾ ਵੀ ਪੰਜਾਬ ਤੋਂ ਸ਼ੁਰੂ ਹੋਈ, ਸਾਰਾ ਕੁਛ ਹੀ ਪੰਜਾਬ ਤੋਂ ਸ਼ੁਰੂ ਹੁੰਦਾ, ਅਤੇ ਜਿਹੜਾ ਗੁਰੂ ਨਾਨਕ ਬਾਬਾ ਜੀ ਦਾ ਇਨਕਲਾਬ ਵੀ ਪੰਜਾਬ ਤੋਂ ਹੀ ਸ਼ੁਰੂ ਹੁੰਦਾ, ਖਾਲਸੇ ਦੀ ਸਿਰਜਣਾ ਵੀ ਪੰਜਾਬ ਤੋਂ ਹੋਈ, ਜਿਹੜੇ ਵੇਦ ਨੇ ਕਹਿੰਦੇ ਨੇ ਪੰਜਾਬ 'ਚ ਲਿਖੇ ਗਏ, ਜਿਹੜਾ ਸਾਰਾ ਕੁਛ ਉਹ ਜਦੋਂ JP ਮੂਵਮੈਂਟ ਚੱਲੀ ਹੈ ਉਹਨਾਂ ਨੇ ਪੰਜਾਬ ਤੋਂ ਦੇਖ ਕੇ, ਉੱਥੇ ਬਿਹਾਰ ਦੇ ਵਿੱਚ, ਉੱਧਰ ਬੰਗਾਲ ਦੇ ਵਿੱਚ, ਸਾਰਾ ਉੱਧਰੋਂ ਜਾਰਜ ਫਰਨਾਂਡੇ ਸੀ, ਚੰਦਰ ਸ਼ੇਖਰ ਸੀ, ਇਹ ਵਾਜਪਾਈ ਹੁਣੀ ਸਾਰੇ ਫਿਰ ਸ਼ੁਰੂ ਹੋ ਗਏ। ਜਿਹੜਾ ਆਪਾਂ ਅਨੰਦਪੁਰ ਸਾਹਿਬ ਮਤੇ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਇੱਕ ਕਲੌਜ ਹੈ ਵੀ ਰਾਜਾਂ ਨੂੰ ਵੱਧ ਅਧਿਕਾਰ ਦੇਣੇ ਆ। ਮੇਰਾ ਖਿਆਲ ਹੈ ਵੀ ਉਹ ਤਾਂ ਇਸੇ ਗੱਲ ਤੋਂ ਡਰਦੇ ਹੋਣੇ ਵੀ ਇਕੱਲੇ ਪੰਜਾਬ ਤੋਂ ਹੀ, ਬਾਕੀ ਨੂੰ ਤਾਂ ਅਧਿਕਾਰ ਸ਼ਾਇਦ ਉਹ ਦੇ ਦਿੰਦੇ। ਇੱਕ ਧਾਰਾ 356 ਜੀ ਸੰਵਿਧਾਨ 'ਚ, ਉਹ ਰਾਸ਼ਟਰਪਤੀ ਨੂੰ ਅਤੇ ਇੱਕ ਜਿਹੜਾ ਸਿਸਟਮ ਹੈ ਨਾ ਵਰਕ ਕਰਦਾ ਉਹਨੂੰ ਇਹ ਅਖਤਿਆਰ ਦਿੰਦੀ ਹੈ ਵੀ ਜਦੋਂ ਤੁਹਾਨੂੰ ਲੱਗੇ ਕਿ ਕਿਸੇ ਸਟੇਟ ਦੇ ਵਿੱਚ ਉਹ ਬੜੀ ਖਤਰਨਾਕ ਧਾਰਾ ਵੀ ਹਾਲਾਤ ਠੀਕ ਨਹੀਂ ਤਾਂ ਤੁਸੀਂ ਉੱਥੇ ਰਾਸ਼ਟਰਪਤੀ ਰਾਜ ਲਾਗੂ ਕਰ ਸਕਦੇ ਹੋ। ਪੰਜਾਬ ਦੇ ਵਿੱਚ, ਹੋਰ ਕਸ਼ਮੀਰ 'ਚ, ਹੋਰ ਵੱਖ ਵੱਖ ਸਟੇਟਾਂ 'ਚ ਉਹ ਧਾਰਾ ਦੀ ਵਾਰ ਵਾਰ ਦੁਰਵਰਤੋਂ ਹੋਈ ਅਤੇ ਉਹਨਾਂ ਨੇ ਉੱਥੇ ਰਾਸ਼ਟਰਪਤੀ ਰਾਜ ਲਾਗੂ ਕੀਤੇ, ਉੱਥੋਂ ਦੇ ਲੋਕਾਂ 'ਤੇ ਜ਼ੁਲਮ ਕੀਤੇ, ਉੱਥੋਂ ਦੇ ਜਿਹੜੇ ਲੀਡਰ ਸੀ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ। ਸੋ ਉਹ ਜਿਹੜੀ ਅਨੰਦਪੁਰ ਸਾਹਿਬ ਦੇ ਮਤੇ 'ਚ ਗੱਲ ਸੀ ਕਿ ਸੂਬਿਆਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਨੇ, ਸੂਬੇ ਖੁਦ ਮੁਖਤਿਆਰ ਹੋਣੇ ਚਾਹੀਦੇ ਨੇ, ਸੋ ਉਹਦਾ ਜ਼ਿਕਰ ਸੀ ਉਹਦੇ 'ਚ ਵਾਰ ਵਾਰ, ਹੈ ਨਾ। ਇਹ ਸਭ ਤੋਂ ਵੱਡੀ ਗੱਲ ਸੀ ਜਿਹੜੀ ਸਿਰਫ ਪੰਜਾਬ ਦੇ ਸਿੱਖਾਂ ਲਈ ਨਹੀਂ, ਪੰਜਾਬ ਦੇ ਹਿੰਦੂਆਂ ਲਈ ਨਹੀਂ, ਪੂਰੇ ਭਾਰਤ ਲਈ ਇਹ ਬੈਨੀਫਿਟ ਸੀ ਇਹਦਾ। ਪਰ ਉਹ ਡਰਦੇ ਤਾਂ ਪੰਜਾਬ ਤੋਂ ਸੀ ਜ਼ਿਆਦਾਤਰ, ਕਿਉਂਕਿ ਪੰਜਾਬ ਦੇਖੋ ਅੱਜ ਵੀ ਮਤਲਬ ਇੱਕ ਅਮੀਰ ਸੂਬਾ ਹੈ। ਪੰਜਾਬੀ ਅੱਜ ਵੀ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ ਕਿ ਸਿਰ ਉੱਚਾ ਕਰਨ ਦੀ ਹਿੰਮਤ ਹੈ ਉਹਨਾਂ 'ਚ, ਛਾਤੀ ਗੜਾ ਕੇ ਤੁਰਨ ਦੀ ਹੈ ਉਹਨਾਂ 'ਚ, ਗੱਲਬਾਤ ਬਾਕੀ ਸਟੇਟਾਂ 'ਚ ਨਹੀਂ ਹੈ। ਇੱਕੋ ਟਾਈਮ ਦੇ ਉੱਤੇ ਤੁਸੀਂ ਪੰਜਾਬ ਦੇ ਬੰਦੇ ਨੂੰ ਦੇਖ ਲਓ ਅਤੇ ਦੂਜੇ ਪਾਸੇ ਉੜੀਸਾ ਅਤੇ ਬਿਹਾਰ ਦੇ ਵਿੱਚ ਕੁਛ ਇਲਾਕੇ ਇਹੋ ਜਿਹੇ ਨੇ ਜਿੱਥੇ ਇੱਕ ਔਰਤ ਚੌਲਾਂ ਦੀ ਪਲੇਟ ਲਈ ਆਪਣਾ ਜਿਸਮ ਵੇਚ ਦਿੰਦੀ ਹੈ, ਅਤੇ ਪੰਜਾਬ ਦੇ ਵਿੱਚ ਮੜਕ ਹੈਗੀ ਹੈ। ਪਰ ਇਹ ਮੜਕ ਭੰਨਣ ਦੇ ਲਈ ਹੀ ਸਾਰਾ ਕੁਛ ਤਾਂ ਹੋ ਰਿਹਾ। ਉਹ ਬਰਾਬਰ ਕਰਨਾ ਚਾਹੁੰਦੇ ਨੇ ਕਿ ਪੰਜਾਬ ਦੀ ਔਰਤ ਵੀ ਉੱਦਾਂ ਦੀ ਹੋ ਜਾਵੇ, ਇਹ ਕੋਸ਼ਿਸ਼ਾਂ ਤਾਂ ਇਹੀ ਨੇ। ਸੋ ਸੰਤ ਭਿੰਡਰਾਂ ਵਾਲਿਆਂ ਨੇ ਇਹ ਪਛਾਣੀ ਗੱਲ ਕਿ ਇਹ ਕੁਛ ਹੋਇਆ, ਉਹਨਾਂ ਨੇ ਅਧਿਐਨ ਕੀਤਾ ਪਿਛਲੀਆਂ ਲੀਡਰਸ਼ਿਪ ਨੇ ਕੀ ਕੀਤਾ, ਸਿੱਖ ਲੀਡਰਸ਼ਿਪ ਨੇ ਵੀ ਹੁਣ ਇੱਦਾਂ ਨਹੀਂ ਹੋਊਗਾ। ਸੰਤ ਕਰਤਾਰ ਸਿੰਘ ਨੇ ਉਹਨਾਂ ਨੂੰ ਥਾਪੜਾ ਦਿੱਤਾ ਹੋਇਆ ਸੀ, ਉਹਨਾਂ ਦੀ ਜਿਹੜੀ ਰਹੱਸਮਈ ਅਕਾਲ ਚਲਾਉਣਾ ਜਿਹੜਾ ਹੋਇਆ ਸੜਕ ਹਾਦਸੇ 'ਚ,
ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦਾ, ਮੈਂ ਤਾਂ ਉਸਨੂੰ ਇੱਕ ਕਤਲ ਹੀ ਮੰਨਦਾ, ਕਿਉਂਕਿ ਕੋਈ ਅੱਜ ਵੀ ਤੁਸੀਂ ਦੇਖਦੇ ਹੋ ਅਤੇ ਉਹ ਚੈਲੇਂਜ ਸੀ ਇੰਦਰਾ ਗਾਂਧੀ ਨੂੰ ਸੰਤ ਕਰਤਾਰ ਸਿੰਘ। ਅਤੇ ਜਦੋਂ ਵੀ ਸਰਕਾਰਾਂ ਨੂੰ ਸਟੇਟਸ ਨੂੰ ਕਦੇ ਕੋਈ ਚੈਲੇਂਜ ਲੱਗਦਾ ਉਹ ਫਿਰ ਰਹੱਸਮਈ ਤਰੀਕੇ ਦੇ ਨਾਲ ਆਗੂਆਂ ਦਾ ਕਤਲ ਕਰਵਾਇਆ ਜਾਂਦਾ ਹੁੰਦਾ ਜੀ, ਕਰਦੇ ਨੇ, ਉਹ ਅਸੀਂ ਦੇਖ ਚੁੱਕੇ ਹਾਂ, ਹੁਣ ਵੀ ਚੱਲ ਰਹੇ ਨੇ। ਸੋ ਉਹ ਮੋਰਚੇ 'ਚ ਡਟ ਗਏ ਉਹ, ਪਰ ਉੱਥੇ ਤੱਕ ਅਸੀਂ ਦੇਖਦੇ ਹਾਂ ਕਿ ਉਹ ਇੱਕ ਸਮਾਂ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਸੰਘਰਸ਼ ਦਾ ਸੰਤ ਭਿੰਡਰਾਂ ਵਾਲਿਆਂ ਤੱਕ ਦਾ ਸਮਾਂ ਜੀ, ਸਿੱਖ ਸੰਘਰਸ਼ ਦਾ ਸੰਤ ਭਿੰਡਰਾਂ ਵਾਲਿਆਂ ਤੋਂ ਬਾਅਦ ਦਾ ਸਮਾਂ ਜੀ, ਉੱਥੇ ਅਸੀਂ ਲਕੀਰ ਖਿੱਚ ਸਕਦੇ ਹਾਂ ਜੂਨ 6 ਜੂਨ 1984 ਤੱਕ ਜੀ, ਠੀਕ ਹੈ ਨਾ। ਇੱਕ ਹੀ ਦੱਸੋ ਵੀ ਜਦੋਂ ਸੰਤਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਸਿੱਖਾਂ ਨੇ ਬਹੁਤ ਉਹਨਾਂ ਨੂੰ ਇੱਕ 11 ਸੀਟਾਂ ਜਿਹੜਾ ਲੋਕ ਸਭਾ ਦੀਆਂ ਜਿੰਨੀਆਂ ਸੀਟਾਂ ਨੇ ਉਹਦੇ ਵਿੱਚੋਂ 11 ਸੀਟਾਂ ਇੱਕ ਅਕਾਲੀ ਦਲ ਮਾਨ ਸਾਹਿਬ ਲੈ ਜਾਂਦੇ ਆ। ਅਸੀਂ ਉਸ ਦਾ ਵੀ ਪੂਰਾ ਲਾਹਾ ਭਰਪੂਰ ਲਾਹਾ ਲੈ ਨਹੀਂ ਸਕੇ ਜਾਂ ਸਾਨੂੰ ਉਹਦਾ ਲੈ ਸਕਦੇ ਹੀ ਨਹੀਂ ਸੀਗੇ ਵੀ ਸਿਸਟਮ ਇਸ ਤਰ੍ਹਾਂ ਦਾ ਕ੍ਰੀਏਟ ਕੀਤਾ ਗਿਆ ਸੀਗਾ। ਕਿਉਂਕਿ ਆਮ ਕਰਕੇ ਜਦੋਂ ਗੱਲ ਹੁੰਦੀ ਹੈ ਨਾ ਮਾਨ ਸਾਹਿਬ ਦੇ ਕੁਛ ਜਿਹੜੇ ਵਿਰੋਧੀ ਆ ਇਹ ਗੱਲ ਕਹਿ ਦਿੰਦੇ ਵੀ ਇਹਨਾਂ ਨੂੰ ਤਾਂ ਰਾਜ ਨਹੀਂ ਕਰਨਾ ਆਉਂਦਾ ਜੀ, ਇੱਕ ਵਾਰੀ ਇਹਨਾਂ ਨੂੰ ਸਿੱਖਾਂ ਨੇ 11 ਸੀਟਾਂ ਦਿੱਤੀਆਂ ਸੀ। ਦੇਖੋ ਦੋ ਆਇਆ ਸੀ ਚੋਣਾਂ ਦੇ, ਦੋ ਬਾਈਕਾਟ ਹੁੰਦੇ ਆ ਜੀ, ਇੱਕ 1985 ਦਾ ਜੀ, ਇੱਕ 1992 ਦਾ ਜੀ। 1985 'ਚ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ 'ਚ ਸੰਤ ਭਿੰਡਰਾਂਵਾਲਿਆਂ ਦੇ ਪਿਤਾ ਅਕਾਲੀ ਦਲ ਯੂਨਾਈਟਿਡ ਅਕਾਲੀ ਦਲ ਬਣ ਗਿਆ। ਸਿਮਰਨਜੀਤ ਸਿੰਘ ਮਾਨ ਨੂੰ ਜੇਲ੍ਹ 'ਚ ਬੈਠਿਆਂ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ, ਬਾਬਾ ਜੋਗਿੰਦਰ ਸਿੰਘ ਐਕਟਿੰਗ ਪ੍ਰਧਾਨ ਸਨ ਜੀ। ਨਾਲ ਦੀ ਨਾਲ ਇਲੈਕਸ਼ਨ ਦਾ ਐਲਾਨ ਹੋਇਆ, ਪੰਜਾਬ ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਲੌਂਗੋਵਾਲ ਨੂੰ ਸੋਧਾ ਲਾ ਦਿੱਤਾ ਗਿਆ ਸੀ ਉਦੋਂ ਤੱਕ ਤਾਂ, ਅਤੇ ਜਰਨੈਲ ਸਿੰਘ ਹਲਵਾਰਾ, ਗਿਆਨ ਸਿੰਘ ਲੀਲ, ਹੋਰ ਸਾਰੇ ਡਾਕਟਰ ਗੁਰਮੇਲ ਸਿੰਘ, ਹੋਰ 3-4 ਸਿੰਘ ਸਨ ਉਹਦੇ 'ਚ। ਸੋ ਇਹ ਉੱਥੇ ਤੱਕ ਅਕਾਲੀ ਦਲ 6 ਜੂਨ 1984 ਤੱਕ, ਜਦੋਂ ਤੱਕ ਸੰਤ ਜਰਨੈਲ ਸਿੰਘ ਹੈਗੇ ਨੇ ਸਰੀਰਕ ਰੂਪ 'ਚ, ਉੱਥੇ ਤੱਕ ਅਕਾਲੀ ਦਲ ਠੀਕ ਵਰਕ ਕਰ ਰਿਹਾ, ਜਾਂ ਉਹਨਾਂ ਨੇ ਮਜਬੂਰ ਕੀਤਾ ਹੋਇਆ ਸੀ ਵੀ ਠੀਕ ਰਹੋ ਨਹੀਂ ਤਾਂ ਮੈਂ ਹੈਗਾ। ਬਿਲਕੁਲ, ਕਿਉਂਕਿ ਜਨਵਰੀ ਸੁਰਿੰਦਰ ਸਿੰਘ ਸੋਢੀ ਦੇ ਕਤਲ ਤੋਂ ਪਹਿਲਾਂ ਤੱਕ ਅਕਾਲੀ ਦਲ ਮੈਂ ਕਹਿੰਦਾ ਕਿ ਠੀਕ ਵਰਕ ਕੀਤਾ, ਚਾਹੇ ਉਹ ਲੌਂਗੋਵਾਲ ਨਾਲ ਵਿਚਾਰਧਾਰਕ ਮਤਭੇਦ ਨੇ, ਪਰ ਉੱਥੇ ਤੱਕ ਠੀਕ ਰਿਹਾ। ਉਸ ਤੋਂ ਬਾਅਦ ਲੌਂਗੋਵਾਲ ਦੀ ਸੁਰ ਬਦਲਦੀ ਹੈ, ਅਤੇ ਲੌਂਗੋਵਾਲ ਸਿੱਖ ਸੰਘਰਸ਼ ਨੂੰ, ਖਾਸ ਕਰਕੇ ਹਥਿਆਰਬੰਦ ਲਹਿਰ ਨੂੰ ਸਿੱਖੀ ਸਿਧਾਂਤਾਂ 'ਤੇ ਉਲਟ ਕਰਾਰ ਦਿੰਦਾ। ਇੰਦਰਾ ਗਾਂਧੀ ਨਾਲ ਗੁਪਤ ਮੀਟਿੰਗਾਂ ਹੁੰਦੀਆਂ ਨੇ ਅਕਾਲੀ ਵਰਕਿੰਗ ਕਮੇਟੀ ਦੀਆਂ, ਲੌਂਗੋਵਾਲ ਦੀ ਮੈਂ ਕਹਾਂਗਾ ਥਾਪੜੇ ਦੇ ਨਾਲ ਉਹਦੇ ਨਾਲ ਗੁਪਤ ਮੀਟਿੰਗਾਂ ਹੁੰਦੀਆਂ ਨੇ। ਪ੍ਰਣਬ ਮੁਖਰਜੀ, ਪੀ ਚਿਦੰਬਰਮ, ਪੀ ਸੀ ਸੇਠੀ ਉਹਦੇ 'ਚ ਸ਼ਾਮਲ ਹੁੰਦੇ ਰਹੇ ਨੇ, ਸੀਨੀਅਰ ਲੀਡਰ ਕਾਂਗਰਸ ਦੇ, ਅਤੇ ਉਹਦੇ 'ਚ ਵਾਰ ਵਾਰ ਇਹੀ ਗੱਲਾਂ ਹੁੰਦੀਆਂ ਰਹੀਆਂ ਨੇ ਕਿ ਸੰਤ ਭਿੰਡਰਾਂਵਾਲਿਆਂ ਨੂੰ ਕਿਵੇਂ ਨਾ ਕਿਵੇਂ ਖਤਮ ਕਰੋ, ਸੰਤ ਭਿੰਡਰਾਂਵਾਲਿਆਂ ਨੂੰ ਇੱਕ ਪਾਸੇ ਕਰੋ ਕਿਤੇ ਨਾ ਕਿਤੇ। ਭਾਰਤ ਦਾ ਜਿਹੜਾ ਡੀਪ ਸਟੇਟ ਸਿਸਟਮ ਹੈ ਉਹ ਇਹ ਚਾਹੁੰਦਾ ਸੀ ਕਿ ਅਸੀਂ ਡਾਇਰੈਕਟ ਹਮਲਾ ਨਾ ਕਰੀਏ, ਤਿਆਰ ਤਾਂ ਉਹ ਪਹਿਲਾਂ ਹੀ ਸੀ, ਹਮ ਸਿੱਖਾਂ ਨੂੰ ਤਾਂ ਕੁੱਟਣਾ ਸੀ, ਉਹਨਾਂ ਨੇ ਮਾਰਨਾ ਸੀ, ਜੈਨੋਸਾਈਡ ਤਾਂ ਪਲੈਂਡ ਸੀ, ਪਰ ਉਹਨਾਂ ਨੇ ਉਹ ਜਿਹੜੇ ਲੋਕ ਸੀ ਆਪਣੇ ਵਰਗੇ ਦਿਸਦੇ ਸੀ ਉਹਨਾਂ ਨੂੰ ਖਰੀਦਿਆ, ਉਹਨਾਂ ਨੂੰ ਤਿਆਰ ਕੀਤਾ, ਫਿਰ ਭਰਾ ਮਾਰੂ ਜੰਗ ਕਰਵਾਈ। ਹਾਂ ਹਾਂ ਬਿਲਕੁਲ ਬਿਲਕੁਲ, ਭਰਾ ਮਾਰੂ ਜੰਗ ਕਰਵਾਉਣ ਦਾ ਇਹ ਪਲੈਨ ਤਾਂ ਦਰਬਾਰ ਸਾਹਿਬ ਦੇ ਅੰਦਰ ਹੀ ਹੋ ਗਿਆ ਸੀ ਜਦੋਂ ਇੱਕ ਟਰੱਕ ਹਥਿਆਰਾਂ ਦਾ ਉੱਥੇ ਭੇਜਿਆ, ਠੀਕ ਹੈ ਨਾ ਜੀ, ਜਨਰਲ ਭੁੱਲਰ ਉਹਦੇ 'ਚ ਇਨਵੋਲਵ ਸੀ, ਜਨਰਲ ਭੁੱਲਰ ਬਾਅਦ 'ਚ ਅਮਰੀਕਾ ਵੀ ਆਇਆ ਜੀ। ਜੂਨ ਮਹੀਨੇ ਦੇ ਵਿੱਚ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਇੱਥੇ ਭੇਜਿਆ ਗਿਆ। ਸੋ ਵੱਖ ਵੱਖ ਥਾਵਾਂ ਦੇ ਉੱਤੇ ਉਹ ਸੰਤਾਂ ਦੀ ਚਿੱਠੀ ਦਿਖਾਉਂਦਾ ਸੀ ਕਿ ਸੰਤ ਭਿੰਡਰਾਂਵਾਲਿਆਂ ਨੇ ਮੈਨੂੰ ਭੇਜਿਆ। ਅੱਛਾ ਜੀ, ਉਹ ਵਿਅਕਤੀ ਇਨਵੋਲਵ ਹੈ ਜਿਹੜਾ ਉੱਥੇ ਹਥਿਆਰਾਂ ਦਾ ਟਰੱਕ ਗਿਆ ਜੀ, ਅਤੇ ਉਹ ਟਰੱਕ ਪਹਿਲਾਂ CRP ਨੇ ਫੜਿਆ, ਅਤੇ ਫਿਰ ਗੁਰਤੇਜ ਸਿੰਘ IAS ਹੈ ਨੇ ਹੁਣ ਵੀ ਹੈਗੇ ਆ, ਬਿਲਕੁਲ ਉਹ ਚੀਫ ਸੈਕਟਰੀ ਸੀ ਉਦੋਂ, ਠੀਕ ਹੈ ਨਾ, ਅਤੇ ਉਹ ਸੰਤਾਂ ਦੇ PA ਮੇਰੇ ਖਿਆਲ ਕਾਫੀ ਕਲੋਜ਼ ਵੀ, ਉਹਨਾਂ ਨੂੰ ਪਤਾ ਲੱਗਾ ਜੀ, ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਫਿਰ ਸੰਤਾਂ ਨੂੰ ਇਨਫੋਰਮੇਸ਼ਨ ਦਿੱਤੀ ਕਿ ਉਹ ਸੰਤਾਂ ਦੇ ਸ਼ਰਧਾਲੂ ਸੀ ਸੰਤ ਭਿੰਡਰਾਂਵਾਲਿਆਂ ਦੇ ਜੀ, ਉਹਨਾਂ ਨੇ ਕਿਤੇ ਨਾ ਕਿਤੇ ਖਬਰ ਭੇਜੀ ਸੰਤਾਂ ਨੂੰ ਕਿ ਉਹ ਹਥਿਆਰਾਂ ਦਾ ਟਰੱਕ ਇੱਦਾਂ ਦਾ ਆਇਆ ਹੋਇਆ। ਉਹ ਟਰੱਕ ਸੀ ਬੀਬੀ ਅਮਰਜੀਤ ਕੌਰ ਲਈ, ਅਖੰਡ ਕੀਰਤਨੀ ਜਥੇ ਲਈ, ਤਾਂ ਕਿ ਇਹ ਅੰਦਰ ਆਪਸ ਦੇ ਵਿੱਚ ਲੜਨ, ਕਿਉਂਕਿ ਵਿਰੋਧ ਸੀ ਆਪਸ ਦੇ ਵਿੱਚ, ਇਹ ਵਿਰੋਧ ਸੀ ਆਪਸ ਦੇ ਵਿੱਚ ਜੀ। ਸੋ ਉਹ ਜਦੋਂ ਪਤਾ ਲੱਗਾ ਤਾਂ ਉਹ ਜਿਹੜਾ ਟਰੱਕ ਸੀ ਉਹ ਸੰਤਾਂ ਨੇ ਫੋਨ ਕਰਕੇ ਉੱਥੋਂ
ਛਡਵਾ ਲਿਆ ਟਰੱਕ ਕੋਤਵਾਲੀ ਦੇ ਵਿੱਚੋਂ, ਕਿਉਂਕਿ ਉੱਥੇ ਸੰਤਾਂ ਦੀ ਦਹਿਸ਼ਤ ਬੜੀ ਸੀ ਉਸ ਵੇਲੇ, ਡਰ ਸੀ, ਚੜ੍ਹਦੀ ਕਲਾ ਸੀ ਪੂਰੀ, ਸਰਕਾਰ ਚੱਲਦੀ ਸੀ ਬਰਾਬਰ ਦੀ, ਖਾਲਸਾ ਸਰਕਾਰ ਸੀ, ਪੈਰਲ ਸਰਕਾਰ ਸੀ, ਹਾਂ ਬਿਲਕੁਲ। ਸੋ ਟਰੱਕ ਆਇਆ, ਲੱਭੂ ਭਈਆ ਲੈ ਕੇ ਆਇਆ, ਲੱਭੂ ਭਈਆ ਜਿਹੜੇ ਸਾਡੇ ਜਾਣਦੇ ਨੇ, ਉਹ ਸਿੰਘ ਬਣਿਆ ਹੋਇਆ ਸੀ ਉੱਥੇ, ਅਤੇ ਲੱਭੂ ਭਈਆ ਕਹਿੰਦੇ ਸੀ ਉਹਨੂੰ ਬੰਦੇ ਨੂੰ, ਅਤੇ ਉਹ ਲੈ ਕੇ ਆਇਆ ਟਰੱਕ ਉਹ, ਅਤੇ ਉਹ ਸਾਰੇ ਹਥਿਆਰ ਫਿਰ ਉੱਥੇ ਵਰਤੇ ਗਏ, ਠੀਕ ਹੈ ਨਾ। ਉਹ ਹਥਿਆਰ ਭਰਾ ਮਾਰੂ ਜੰਗ ਲਈ ਸੀ, ਵਿਰੋਧੀ ਪਾਰਟੀ ਲਈ ਸੀ, ਸਰਕਾਰ ਦੀ ਪਲੈਨ ਸੀ ਕਿ ਅਸੀਂ ਅੰਦਰ ਹੀ ਲੜਾ ਕੇ ਅੰਦਰ ਹੀ ਇਹਨਾਂ ਦਾ ਕੰਮ ਖਤਮ ਹੋ ਜਾਵੇ, ਖਤਮ ਕਰ ਦਿੱਤਾ ਜਾਵੇ। ਅਤੇ ਇਹਦੇ ਨਾਲ ਕੀ ਆ, ਸਿੱਖਾਂ ਦੀ ਦਰਬਾਰ ਸਾਹਿਬ ਤੋਂ ਸ਼ਰਧਾ ਵੀ ਘਟੂਗੀ, ਸਿੱਖ ਜਿਹੜੇ ਹੈ ਨੇ ਜਿਹੜੀ ਖਾਲਸਾਈ ਸਪਿਰਿਟ ਆ ਉਹ ਤੋਂ ਨਫ਼ਰਤ ਵੀ ਕਰਨ ਲੱਗਣਗੇ ਕਿ ਤਾਂ ਜੀ ਮਤਲਬ ਦੇਖੋ ਕਿੰਨਾ ਖੂਨ ਖਰਾਬਾ ਕਰਦੇ ਨੇ, ਇਹ ਤਾਂ ਸਾਡੇ ਗੁਰੂ ਧਾਮਾਂ ਨੂੰ ਨਹੀਂ ਬਖਸ਼ਦੇ, ਗਾਂਹ ਲਈ ਉਹ ਕਿਸੇ ਹਥਿਆਰ ਵਾਲੇ ਬੰਦੇ ਨੂੰ ਅੰਦਰ ਨਾ ਵੜਨ ਦਿੰਦੇ। ਇਹ ਸਾਰੀਆਂ ਚੀਜ਼ਾਂ ਸਾਡੇ ਇਤਿਹਾਸ ਦਾ ਹਿੱਸਾ ਕਿਉਂ ਨਹੀਂ ਬਣ ਸਕੀਆਂ? ਰਿਟਨ ਡਾਕੂਮੈਂਟੇਸ਼ਨ ਦੇ ਵਿੱਚ, ਸਾਡੇ ਲਿਟਰੇਚਰ ਦੇ ਵਿੱਚ, ਸਾਡੇ ਘਰਾਂ ਦੇ ਵਿੱਚ, ਸਾਡੀਆਂ ਲਾਇਬ੍ਰੇਰੀਆਂ ਤੱਕ ਕਿਉਂ ਨਹੀਂ ਪਹੁੰਚ ਸਕੀਆਂ? ਬਹੁਤੀਆਂ ਗੱਲਾਂ ਪੁਰਾਣੇ ਜਿਹੜੇ ਸਿੰਘ ਨੇ ਉਹਨਾਂ ਨੂੰ ਪਤਾ, ਪੀੜ੍ਹੀ ਦਰ ਪੀੜ੍ਹੀ ਤਾਂ ਆ ਰਹੀਆਂ ਨੇ ਗੱਲੀ, ਕਾਫੀ ਸਿੰਘ ਨੇ ਉਹਨਾਂ ਨੂੰ ਪਤਾ, ਅਤੇ ਉਹਨਾਂ ਨੂੰ ਚਾਹੀਦਾ ਕਿ ਇਸ ਨੂੰ ਲਿਖਤੀ ਰੂਪ ਦੇਣ, ਜਾਂ ਉਹ ਮਤਲਬ ਪੋਡਕਾਸਟ ਦੇ ਵਿੱਚ ਕਈ ਵਾਰੀ ਗਲਤੀ ਹੋ ਜਾਂਦੀ ਹੈ, ਵੀਡੀਓ ਬਣਾਉਣ 'ਚ ਗਲਤੀ ਹੋ ਜਾਂਦੀ ਹੈ, ਜੇ ਉਹ ਨਹੀਂ ਲਿਖ ਸਕਦੇ ਕਿਸੇ ਲਿਖਾਰੀ ਨੂੰ ਲੈ ਕੇ ਉਹ ਲਿਖਵਾਉਣ ਇਹ ਗੱਲਾਂ, ਬੋਲ ਬੋਲ ਕੇ ਦੱਸਣ। ਸੋ ਇਹ ਚਾਹੀਦਾ ਇਹਦੇ ਬਾਰੇ ਚਾਹੀਦਾ, ਹਾਂ। ਸੋ ਬਹੁਤ ਸਾਡੇ ਸਿੰਘ ਨੇ ਜਿਹੜੇ ਉਹ ਹੁਣ ਸਾਡੇ ਇਤਿਹਾਸਕਾਰ ਨੇ ਮੌਜੂਦਾ, ਉਹਨਾਂ ਨੇ ਕੰਮ ਕੀਤਾ ਹੋਇਆ, ਪਿਛਲੇ 10 ਸਾਲ ਤੋਂ ਲੱਗੇ ਹੋਏ ਨੇ। ਮੈਂ ਇੰਤਜ਼ਾਰ ਕਰ ਰਿਹਾ ਕਿ ਉਹ ਸਾਰਾ ਕੁਛ ਬਾਹਰ ਉਹ ਛਾਪ ਕੇ ਕਦੋਂ ਆਏਗਾ। ਮੈਨੂੰ ਲੱਗਦਾ ਤਕਰੀਬਨ ਇਹ ਤਿਆਰੀ ਵਰਕ ਪਹਿਲਾਂ ਹੀ ਹੋ ਰਿਹਾ, ਪਰ ਜਿਹੜੇ ਬੰਦੇ ਸ਼ਾਮਿਲ ਰਹੇ ਨੇ ਉਹਦੇ 'ਚ, ਜਿਨ੍ਹਾਂ 'ਚੋਂ ਬਹੁਤ ਸਾਰੇ ਜਿਉਂਦੇ ਨੇ, ਉਹਨਾਂ ਨੂੰ ਚਾਹੀਦਾ ਉਹ ਆਪਣੀ ਜਾਣਕਾਰੀ ਅੱਗੇ ਦੇਣ। ਹੁਣ ਜਦੋਂ ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਡਾਕੂਮੈਂਟਰੀ ਆਡੀਓ ਬਣਾਈ ਹੈ, ਉਹ ਜਦੋਂ ਪ੍ਰੋਗਰਾਮ ਕਰਦਾ ਸੀ, ਮੈਂ ਬਹੁਤ ਸਾਰੇ ਸਿੰਘ ਸੀ ਜਿਹੜੇ ਉਹ ਮੈਨੂੰ ਫੋਨ ਕੀਤਾ, ਉਹਨਾਂ ਨੇ ਮਿਲੇ ਮੈਨੂੰ, ਇਹੋ ਜਿਹੀਆਂ ਗੱਲਾਂ ਦੱਸੀਆਂ। ਕਈ ਸਿੰਘ ਜਿਹੜੇ ਮੋਰਚਿਆਂ ਦੇ ਵਿੱਚ, ਜਿਨ੍ਹਾਂ ਦੀਆਂ ਫੋਟੋਆਂ ਨੇ ਉਸ ਵੇਲੇ ਇੰਡੀਅਨ ਐਕਸਪ੍ਰੈਸ ਦੇ ਜਿਹੜੇ ਪ੍ਰੈਸ ਫੋਟੋਗ੍ਰਾਫਰ ਸੀ, ਉਹਨਾਂ ਨੇ ਖਿੱਚ ਕੇ ਭੇਜੀਆਂ ਜਾਂ ਹੋਰ, ਉਹਨਾਂ ਨੇ ਦੱਸਿਆ ਵੀ ਅਸੀਂ ਇਸ ਸਿੰਘ ਦੇ ਸਪੁੱਤਰ ਹਾਂ ਜਿਹੜਾ ਆਹ ਮੋਰਚੇ 'ਤੇ ਖੜ੍ਹਾ, ਵੀ ਅਸੀਂ ਉਸ ਦੇ ਸਕੇ ਸੰਬੰਧੀ ਹਾਂ, ਉਹਨਾਂ ਨੇ ਰਿਸ਼ਤਾ ਦੱਸਿਆ। ਸੋ ਮੈਨੂੰ ਲੱਗਦਾ ਵੀ 40-45 ਸਿੰਘਾਂ ਦੇ ਰਿਸ਼ਤੇਦਾਰਾਂ ਨੇ ਮੈਨੂੰ ਨਿੱਜੀ ਤੌਰ 'ਤੇ ਫੋਨ ਕੀਤਾ ਅਤੇ ਦੱਸਿਆ, ਤਜ਼ਰਬੇ ਦੱਸੇ ਕਿ ਅਸੀਂ 3 ਜੂਨ ਨੂੰ ਬਾਹਰ ਆ ਗਏ ਸੀ, ਸਾਨੂੰ ਭੇਜਤਾ ਸੀ ਉਹਨਾਂ ਨੇ, ਅਸੀਂ 4 ਜੂਨ ਨੂੰ ਬਾਹਰ ਆ ਗਏ ਸੀ, ਉਸ ਵੇਲੇ ਇੱਦਾਂ ਦਾ ਮਾਹੌਲ ਸੀ ਉੱਥੇ, ਇੰਨੀਆਂ ਗੋਲੀਆਂ ਚੱਲ ਚੁੱਕੀਆਂ ਸੀ, ਇੰਨੇ ਜਿਹੜੇ ਖੋਲ ਸੀ ਗੋਲੀਆਂ ਦੇ, ਮਤਲਬ ਕਮਰਿਆਂ 'ਚ ਜਿਹੜੇ ਖੋਲ ਸੀ ਨਾ, ਜਿਵੇਂ ਕਣਕ ਦੇ ਦਾਣੇ ਡੁੱਲੇ ਹੁੰਦੇ ਆ, ਵੀ ਇੰਨਾ ਗੋਲੀ ਸਿੱਕਾ ਤਾਂ ਅੰਦਰ ਮੌਜੂਦ ਸੀ, ਚੱਲ ਚੁੱਕਿਆ ਸੀ। ਇਹ ਸਾਰਾ ਕੁਝ ਜਿਹੜਾ ਸੰਘਰਸ਼ ਹੁੰਦਾ ਵਰਤਦੀ ਹੈ ਕਲਾ, ਭਾਣਾ ਵਾਪਰਦਾ ਸਾਡੇ ਨਾਲ ਇਹ ਦਰਬਾਰ ਸਾਹਿਬ ਦੇ ਅੰਦਰ, ਅਤੇ ਉੱਥੇ ਹੁਣ ਤੱਕ ਜਿਹੜਾ ਪੂਰਾ ਪ੍ਰੋਗਰਾਮਿੰਗ ਹੈ ਉਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਪ੍ਰਬੰਧਕ ਕਮੇਟੀ ਵੱਲੋਂ ਅਜਿਹਾ ਕੋਈ ਕਾਰਜ ਕਿਉਂ ਨਹੀਂ ਕੀਤਾ ਗਿਆ ਵੀ ਜਿਹੜੇ, ਕਿਉਂਕਿ ਡਿਊਟੀ ਤਾਂ ਉਹਦੀ ਬਣਦੀ ਹੈ ਇੱਕ ਖਾਸ ਸਿੱਖਾਂ ਦੀ ਜਿਹੜੀ ਗੱਲਬਾਤ ਹੈ ਪੂਰੇ ਵਰਲਡ ਲੈਵਲ ਤੱਕ ਲੈ ਕੇ ਜਾਣ ਦੀ, ਵੀ ਸਾਡੇ ਨਾਲ ਆਹ ਕੁਝ ਹੋ ਰਿਹਾ ਅਤੇ ਆਹ ਕੁਝ ਹੋਇਆ ਅਤੇ ਅਸੀਂ ਅੱਜ ਤੱਕ ਇਸ ਦੇ ਉੱਤੇ ਵਰਕਆਊਟ ਕਿਉਂ ਨਹੀਂ ਕਰ ਸਕੇ? ਕਿ ਅਸੀਂ ਇਕੱਲਾ ਇਸ ਗੱਲ ਸਾਰੀ ਗੱਲ ਦੀ ਜ਼ਿੰਮੇਵਾਰੀ ਕੇਵਲ ਬਾਦਲ 'ਤੇ ਸੁੱਟ ਸਕਦੇ ਵੀ ਇਹਦੇ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨਹੀਂ ਹੈਗੀ, ਨਹੀਂ ਫਿਰ ਹੋ ਰਿਹਾ ਕਿਹਦੀ? ਇਹ ਭਾਰਤ ਸਰਕਾਰ ਦੀ ਹੈ, ਇਹ ਇਹ ਤੁਸੀਂ ਅੱਜ ਮੰਨ ਲਓ, ਮੈਂ ਤਾਂ ਕਹਿੰਦਾ ਮੰਨ ਲਓ, ਠੀਕ ਹੈ ਨਾ। ਜੇ ਸਿੱਖਾਂ ਤੁਸੀਂ ਕਿਸ ਆਧਾਰ ਤੇ ਕਹਿੰਦੇ ਹੋ? ਨਹੀਂ ਚਲੋ, ਮੋਟੀਆਂ ਮੋਟੀਆਂ ਗੱਲਾਂ ਨੇ, ਹੈ ਨਾ। ਹਾਂਜੀ, ਜੇ ਸਿੱਖਾਂ ਦੀ ਹੁੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਾਂ ਜਿਹੜੀਆਂ ਦਰਬਾਰ ਸਾਹਿਬ 'ਤੇ ਗੋਲੀਆਂ ਦੇ ਨਿਸ਼ਾਨ ਲੱਗੇ ਸੀ, ਉਹ ਸਾਫ਼ ਨਾ ਹੁੰਦੇ ਕਦੇ ਵੀ। ਉਹ ਅਨਭੋਲ ਗਲਤੀਆਂ ਵੀ ਹੋ ਸਕਦੀਆਂ, ਅਨਭੋਲ ਕਿਵੇਂ ਹੋ ਸਕਦੀਆਂ ਨੇ ਜੀ? ਜੱਲਿਆਂ ਵਾਲੇ ਬਾਗ ਦੇ ਤਾਂ ਹੁਣ ਤੱਕ ਰੱਖੇ ਨੇ ਉਹਨਾਂ ਨੇ, ਉਹ ਕਲਿੱਪ ਜੇ ਲਾ ਲਾ ਕੇ ਲੋਹੇ ਦੇ, ਠੀਕ ਹੈ ਨਾ। ਜੱਲਿਆਂ ਵਾਲੇ ਬਾਗ ਤੋਂ ਤਾਂ ਇਹ ਕਿੱਡਾ ਵੱਡਾ ਸੱਕ ਆ ਇਹ, ਤੁਸੀਂ ਉਸ ਨੂੰ ਵੀ ਸਾਜਿਸ਼ ਮੰਨਦੇ ਹੋ? ਸਾਜਿਸ਼ ਤਹਿਤ ਹੀ ਸਾਰਾ ਕੁਝ ਹੋਇਆ। ਸਾਜਿਸ਼ ਤਾਂ ਉਹ ਹੁੰਦੀ ਹੈ ਨਾ ਜਿਹਦੇ ਬਾਰੇ ਪਤਾ ਨਾ ਹੋਵੇ, ਤੁਸੀਂ ਸ਼ੱਕ ਦੇ ਘੇਰੇ 'ਚ ਲੈ ਲਓ ਗੱਲ ਨੂੰ ਵੀ ਹਾਂ ਇੱਦਾਂ ਹੋ ਸਕਦਾ ਵੀ ਯਾਰ ਸਾਜਿਸ਼ ਆ, ਇਹ ਤਾਂ ਯਕੀਨ ਨਾਲ ਕਿਹਾ ਜਾ ਸਕਦਾ, ਭਰੋਸੇ ਨਾਲ ਕਿਹਾ ਜਾ ਸਕਦਾ, ਸਾਰਿਆਂ ਨੂੰ ਪਤਾ ਕੀ ਮਿਟਾਏ ਨਹੀਂ ਮਿਟਾਏ ਨੇ, ਠੀਕ ਹੈ ਨਾ। ਸੋ ਇਹ ਗੱਲਾਂ ਨੇ, ਮਸਲਾ ਹੋਰ ਬਹੁਤ ਗੱਲਾਂ ਨੇ ਜੀ, ਤੋਂ ਸ਼੍ਰੋਮਣੀ ਕਮੇਟੀ ਦੇ ਉੱਤੇ ਯਕੀਨ ਹੁੰਦਾ ਕਿ ਨਹੀਂ ਸਾਡੀ ਨਹੀਂ ਹੈਗੀ, ਭਾਰਤ ਸਰਕਾਰ ਦੀ ਹੈ, ਇਹ ਸਭ ਦੇ ਸਾਹਮਣੇ। ਕੋਈ ਵੀ ਸਿੱਖ ਵਿਰੋਧੀ ਕਾਰਜ ਦੇ ਵਿੱਚ ਉਹ ਸਟੇਟਮੈਂਟ ਉਹਦੇ ਹੱਕ ਦੇ ਵਿੱਚ ਦਿੰਦੇ ਨੇ, ਹੈ ਨਾ।
ਜਦੋਂ ਸਿੱਖ ਸੰਘਰਸ਼ ਦੇ ਵਿੱਚ ਸਿੱਖਾਂ ਦਾ ਨੁਕਸਾਨ ਹੁੰਦਾ, ਕੋਈ ਸਿੰਘ ਸ਼ਹੀਦ ਹੁੰਦਾ, ਛੋਟੀ ਜਿਹੀ ਗੱਲ ਆ, ਭਾਈ ਹਰਦੀਪ ਸਿੰਘ ਨਿੱਜਰ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕੋਈ ਬਿਆਨ ਨਹੀਂ ਆਇਆ, ਨਾ ਭਾਈ ਅਵਤਾਰ ਸਿੰਘ ਖੰਡਾ ਬਾਰੇ ਆਇਆ। ਠੀਕ ਹੈ ਨਾ, ਆਉਣਾ ਆਉਣਾ ਚਾਹੀਦਾ ਸੀ। ਕੌਮਾਂਤਰੀ ਪੱਧਰ ਦਾ ਲੀਡਰ ਸਿੱਖਾਂ ਦਾ ਮਾਰਿਆ ਭਾਰਤ ਨੇ, ਕੈਨੇਡਾ ਆ ਕੇ ਮਾਰਿਆ, ਕੌਮਾਂਤਰੀ ਪੱਧਰ ਦਾ ਨੌਜਵਾਨ ਲੀਡਰ ਮਾਰਿਆ ਸਿੱਖਾਂ ਦਾ, ਇੰਗਲੈਂਡ ਜਾ ਕੇ ਮਾਰਿਆ, ਭਾਈ ਪਰਮਜੀਤ ਸਿੰਘ ਪੰਜਵੜ ਨੂੰ ਪਾਕਿਸਤਾਨ 'ਚ ਮਾਰਿਆ, ਕਿਸੇ ਲੀਡਰ ਦਾ ਬਿਆਨ ਨਹੀਂ ਆਇਆ। ਮੈਂ ਕਹਿੰਦਾ ਸੁਖਬੀਰ ਬਾਦਲ ਇਹ ਕਲੇਮ ਹੀ ਨਹੀਂ ਕਰ ਸਕਦਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਬਾਦਲ ਦਲ ਦਾ ਪ੍ਰਧਾਨ ਆ, ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਹੀਂ ਹੈ। ਸੋ ਇਹ ਹੁਣ ਭਗਵੰਤ ਮਾਨ ਦੀ ਗੱਲ ਕਰ ਲਓ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਓ, ਇਹ ਗੱਲ ਨਹੀਂ ਕਿ ਸੁਖਬੀਰ ਸਿੰਘ ਬਾਦਲ ਦਾ ਕਸੂਰ ਆ ਜਾਂ ਉਹਦੇ ਪਿਓ ਦਾ ਕਸੂਰ ਆ ਇਹਦੇ 'ਚ। ਇਹ ਚੱਕਰ ਵੀ ਹੋਇਆ, ਇਹ ਚੱਕਰ ਵੀ ਹੋਇਆ। ਹੁਣ ਬਾਦਲ ਨੂੰ ਚੇਂਜ ਕਰਨਾ ਸੀ ਉਹਨਾਂ ਨੇ, ਵੀ ਸਿੱਖ ਬੋਰ ਹੋ ਜਾਣਗੇ, ਅੱਕ ਜਾਣਗੇ, ਵੀ ਕੋਈ ਨਵਾਂ ਚੀਜ਼ ਸ਼ੋਸ਼ਾ ਛੱਡੋ ਇਹਨਾਂ ਨੂੰ। ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਆਏ, ਉਹ ਫੇਲ ਫੇਲ ਨਹੀਂ, ਉਹ ਫੇਲ ਹੋਇਆ ਨਹੀਂ, ਮਤਲਬ ਉਨਾ ਕੁ ਹੀ ਕੰਮ ਲੈ ਜਿੰਨੀ ਕੁ ਸਾਡੇ ਲੋਕਾਂ 'ਚ ਸੱਤਿਆ ਹੈਗੀ ਹੈ, ਵੀ ਇਸ ਤੋਂ ਬਾਅਦ ਇਹ ਬਰਦਾਸ਼ਤ ਨਹੀਂ ਕਰਨਗੇ, ਹੈ ਨਾ। ਇਸ ਨੂੰ ਡਬਲ ਨਹੀਂ ਸੀ ਉਹਦਾ ਚਾਹੁੰਦੇ ਹੈਗੇ ਪੰਜਾਬ ਦੇ ਲੋਕ। ਸੋ ਫਿਰ ਉਹਨਾਂ ਨੇ ਕਿਹਾ ਕਿ ਉਹ ਨਵੀਂ ਚੀਜ਼ ਛੱਡੀਏ, ਮਤਲਬ ਤੁਸੀਂ ਗਿਰਾਵਟ ਵੀ ਦੇਖੋ ਸਿਆਸਤ ਦੇ ਵਿੱਚ, ਜਿਵੇਂ ਜਿਵੇਂ ਉੱਧਰ ਗਿਰਾਵਟ ਆਉਂਦੀ ਹੈ ਸਾਡੀ ਸੋਚ ਸ਼ਕਤੀ 'ਤੇ, ਸਾਡੇ ਸੰਘਰਸ਼ ਦੇ ਉੱਤੇ, ਉੱਧਰੋਂ ਐਸ ਜੀ ਪੀ ਸੀ 'ਚ ਵੀ ਗਿਰਾਵਟ, ਸਾਰੇ ਪਾਸੇ ਹੀ ਗਿਰਾਵਟ ਆ, ਲਗਾਤਾਰ ਗਿਰਾਵਟ ਆ। ਬਾਦਲ ਸੀ, ਬਾਦਲ ਤੋਂ ਬਾਅਦ ਬਾਦਲ 'ਤੇ ਦੋਸ਼ ਲੱਗਿਆ ਕਿ ਝੂਠੇ ਪੁਲਿਸ ਮੁਕਾਬਲੇ ਵਾਲਿਆਂ ਅਫਸਰਾਂ ਨੂੰ ਪ੍ਰਮੋਸ਼ਨਾਂ ਦਿੱਤੀਆਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਠੀਕ ਹੈ ਨਾ। ਅਤੇ ਉਹਦੇ ਨਾਲ ਦੇ ਜਿਹੜੇ ਲੀਡਰ ਸੀ, ਗੁਰਚਰਨ ਸਿੰਘ ਟੌੜਾ ਸੀ, ਕੁਲਦੀਪ ਸਿੰਘ ਵਡਾਲਾ ਸੀ, ਸੁਖਜਿੰਦਰ ਸਿੰਘ ਸੀ, ਹੌਲੀ ਹੌਲੀ ਜਗਦੇਵ ਸਿੰਘ ਤਲਵੰਡੀ ਸੀ, ਹੌਲੀ ਹੌਲੀ ਕਿਵੇਂ ਖਤਮ ਹੋਏ, ਇਹ ਤਾਂ ਹੁਣ ਸਾਡੇ ਸਾਹਮਣੇ ਹੀ ਹੋਇਆ ਨਾ ਸਾਰਾ ਕੁਛ। ਪਰ ਮਤਲਬ ਕੈਪਟਨ ਅਮਰਿੰਦਰ ਸਿੰਘ ਨੂੰ ਲਿਆਂਦਾ, ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਇੱਕ ਕਰੈਕਟਰਲੈਸ ਬੰਦੇ ਨੂੰ ਤੁਹਾਡਾ ਮੁੱਖ ਮੰਤਰੀ ਬਣਾਤਾ ਉਹਨਾਂ ਨੇ। ਤੁਸੀਂ ਉੱਚੇ ਕਿਰਦਾਰ ਦੀ ਗੱਲ ਕਰਦੇ ਹੋ ਪੰਜਾਬੀਆਂ ਨੂੰ, ਡੀਪ ਸਟੇਟ ਕਹਿੰਦਾ ਵੀ ਤੁਸੀਂ ਉੱਚੇ ਕਿਰਦਾਰ ਵਾਲੇ ਬੰਦੇ ਹੋ, ਤੁਸੀਂ ਅਣਖਾਂ ਵਾਲੇ ਹੋ ਲੋਕ, ਕੈਪਟਨ ਅਮਰਿੰਦਰ ਸਿੰਘ ਤੁਹਾਡਾ ਮੁੱਖ ਮੰਤਰੀ ਹੋਊਗਾ, ਠੀਕ ਹੈ ਨਾ। ਉਹ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਆਇਆ ਵੀ ਯਾਰ ਕਰੈਕਟਰਲੈਸ ਬੰਦਾ ਸਾਡੇ 'ਤੇ ਰਾਜ ਕਰ ਰਿਹਾ। ਲੋਕ ਉਹਦੇ ਨਾਲ ਫੋਟੋ ਖਿਚਾਉਣ ਲਈ ਤਰਲੋ ਮੱਛੀ ਹੁੰਦੇ ਦੇਖੇ ਅਸੀਂ, ਲੋਕ ਉਹਨੂੰ ਬੁਲਾਉਣ ਲਈ ਜਾਓ ਰਾਜਾ ਸਾਹਿਬ ਰਾਜਾ ਸਾਹਿਬ, ਹੈ ਨਾ। ਸੋ ਉਹ ਸਿਸਟਮ ਕਹਿੰਦਾ ਰੁਕੋ, ਤੈਨੂੰ ਅਗਲਾ ਵੀ ਦਿਖਾਉਂਦੇ, ਗਿਰਾਵਟ ਹੋ ਰਹੀ ਹੈ ਨਾ। ਦੇਖੋ ਉਹ ਕਹਿੰਦਾ ਵੀ ਜਿਹੜਾ ਇੱਕ ਮਸ਼ਕਰਾ ਨਾ ਵਿਆਹਾਂ 'ਚ, ਵਿਆਹ ਸ਼ਾਦੀਆਂ ਦੇ ਵਿੱਚ ਲੋਕਾਂ ਦਾ ਮਨ ਪਰਚਾਵਾ ਕਰਦਾ, ਠੀਕ ਹੈ ਨਾ, ਜਿਹਨੂੰ ਤੁਸੀਂ 2 ਰੁਪਏ 5 ਰੁਪਏ ਮਤਲਬ ਬੇਲ ਕਰਾਉਂਦੇ ਹੋ ਜਿਹਦੇ ਤੋਂ, ਹੈ ਨਾ, ਵੀ ਉਹ ਮੁੱਖ ਮੰਤਰੀ ਬਣਾਊਗਾ ਤੁਹਾਡਾ। ਨਹੀਂ ਪਰ ਇਹ ਦੇਖੋ, ਚੁਣਿਆ ਤਾਂ ਪੰਜਾਬੀਆਂ ਨਹੀਂ ਹੈ, ਕੋਈ ਬਾਹਰੀ ਸਟੇਟ ਦੇ ਆ ਕੇ ਵੋਟਾਂ ਤਾਂ ਨਹੀਂ ਪਾਈਆਂ, ਜਾਂ ਫਿਰ ਤੁਸੀਂ ਇਸ ਸਿਸਟਮ ਨੂੰ ਇਹ ਗਲਤ ਮੰਨਦੇ ਹੋ ਜਿਹੜੀਆਂ ਵੋਟਾਂ ਪੈਂਦੀਆਂ ਸਭ ਲੋਕ। ਨਹੀਂ ਇਹ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਪਤਾ ਕਿ EVM ਹੈ ਜਿਹੜੀ ਇੱਕ ਬਹੁਤ ਵੱਡਾ ਧੋਖਾ, ਇਹ ਪਤਾ ਸਾਰਿਆਂ ਨੂੰ। ਅਤੇ ਜਿਹੜਾ ਵੀ ਵਿਅਕਤੀ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਅਡਵਾਨੀ ਨੇ ਕੀਤੀ ਸੀ ਗੱਲ ਇਹਦੇ 'ਤੇ ਸਭ ਤੋਂ ਪਹਿਲਾਂ, ਠੀਕ ਹੈ ਨਾ ਜੀ, ਉਹ ਲੱਭਦੇ ਨਹੀਂ ਕਿੱਥੇ ਆ, ਸੁਬਰਾਮਨੀਅਮ ਸਵਾਮੀ ਨੇ ਕੀਤੀ। ਸੁਬਰਾਮਨੀਅਮ ਸਵਾਮੀ ਦੀ ਪਾਰਟੀ ਸਰਕਾਰ 'ਚ ਸੀਨੀਅਰ ਲੀਡਰ ਆ ਉਹ, BJP ਦਾ, RSS ਦਾ ਵੀ ਸੀਨੀਅਰ ਲੀਡਰ ਆ ਉਹ, ਠੀਕ ਹੈ ਨਾ। ਸੋ ਤੁਸੀਂ ਦੇਖੋ ਨਾ ਉਹਨਾਂ ਦਾ ਹਾਲ ਕੀ ਕਰਦੇ ਨੇ ਫਿਰ ਉਹ। ਸੁਬਰਾਮਨੀਅਮ ਸਵਾਮੀ ਦੀ ਇੱਕ ਸੰਤ ਜਰਨੈਲ ਸਿੰਘ ਭਿੰਡਰ ਵਾਲਿਆਂ ਨਾਲ ਫੋਟੋ ਹੈ ਜੀ, ਇੱਕ ਪਾਸੇ ਬੈਠਾ, ਵਿੱਚ ਅਜੀਤ ਡੋਵਲ ਬੈਠਾ, ਬੱਚਾ ਚੁੱਕਿਆ ਹੋਇਆ ਉਹਨਾਂ ਨੇ। ਉਹ ਸੰਤਾਂ ਦੀ ਜਿਹੜੀ ਫੋਰਸ ਸੀ, ਜਿਹੜੀ ਕਹਾਂਗੇ ਇੰਟੈਲੀਜੈਂਸ ਬਿਊਰੋ ਸੀ ਸੰਤ ਭਿੰਡਰ ਵਾਲਿਆਂ ਦਾ, ਸਿੱਖਾਂ ਦਾ, ਸਿੱਖ ਏਜੰਸੀ ਸੀ ਜਿਹੜੀ, ਉਹਨਾਂ ਨੇ ਇੱਕ ਬੰਦਾ ਫੜ ਲਿਆ ਰਾਹ ਦਾ ਉੱਥੇ, ਥਰਡ ਏਜੰਸੀ ਦਾ, ਰਾਹ ਤੋਂ ਬੰਦੇ ਲੈ ਕੇ ਚੁਣ ਕੇ ਬਣਾਈ ਸੀ ਜਿਹੜੀ। ਉਹ ਬੰਦਾ ਸੁਬਰਾਮਨੀਅਮ ਸਵਾਮੀ ਦਾ ਰਿਸ਼ਤੇਦਾਰ ਸੀ, ਉਹਨੂੰ ਛਡਾਉਣ ਗਏ ਸੀ, ਛੱਡਤਾ ਸੀ। ਸੋ ਮਤਲਬ ਉਹ ਸੰਤਾਂ ਨੂੰ ਚੰਗਾ ਕਹਿੰਦਾ ਹੁਣ, ਹੈ ਨਾ, ਸੁਬਰਾਮਨੀਅਮ ਸਵਾਮੀ, ਅਤੇ ਉਹ ਕਹਿੰਦਾ ਵੀ ਉਹ ਤਾਂ ਰੀਅਲ ਸੰਤ ਸੀ, ਉਹਨੇ ਤਾਂ ਨਜ਼ਾਰਾ ਦੇਖਿਆ ਹੋਇਆ ਸੀ ਨਾ ਵੀ ਸੰਤਾਂ ਦੀ ਏਜੰਸੀ ਦਾ। ਸੋ ਉਹ ਮੰਨਦਾ ਲੋਹਾ, ਕੋਈ ਪੱਤਰਕਾਰ ਸੁਣਦਾ ਇਹ ਗੱਲਬਾਤ, ਜਦੋਂ ਸੁਬਰਾਮਨੀਅਮ ਸਵਾਮੀ ਨੂੰ ਮਿਲੇ ਤਾਂ ਪੁੱਛੇ ਸਵਾਲ ਕਰੇ, ਉਹ ਉਦੋਂ ਗੁਰੂ ਨਾਨਕ ਨਿਵਾਸ 'ਚ ਕੀ ਕਰਨ ਗਿਆ ਸੀ, ਠੀਕ ਹੈ ਨਾ। ਅਤੇ ਇਹ ਗੱਲਾਂ ਨੇ ਵੀ ਸਟੇਟ ਦੇ ਲੋਕਾਂ ਨੂੰ ਜਿਹੜੇ ਅਣਖ ਦੇ ਨਾਲ ਸਿਰ ਉੱਚਾ ਕਰਕੇ ਤੁਰਨ ਵਾਲੇ ਨੇ,
ਵੀ ਉਹਨਾਂ ਨੂੰ ਉੱਦਾਂ ਦੀਆਂ ਛਕੁੰਦਰਾਂ ਜਿਹੜੀਆਂ ਹੈਗੀਆਂ ਨੇ ਜਾਂ ਜਿਹੜੇ ਉੱਦਾਂ ਦੇ ਨਮੂਨੇ ਨੇ ਉਹਨਾਂ ਦੇ ਸਿਰ 'ਤੇ ਬਿਠਾਇਆ ਜਾਵੇ, ਹੌਲੀ ਹੌਲੀ ਆਦਤ ਪੈ ਜੂਗੀ ਅਤੇ ਫਿਰ ਹਰ ਦੁਖੀ ਤਿੱਕੀ ਬੰਦਾ ਜਿਹੜਾ ਕਿਸੇ ਵੀ ਤਰ੍ਹਾਂ ਦੇ ਕਰੈਕਟਰ ਦਾ ਬੰਦਾ ਹੈ, ਆਪਣੇ ਕਿਰਦਾਰ ਤੋਂ ਗਿਰਿਆ ਹੋਇਆ, ਉਹ ਸੋਚੂਗਾ ਸਿਆਸਤ 'ਚ ਆਉਣ ਬਾਰੇ, ਇਹ ਰੋਲ ਘਚੋਲਾ ਪੈ ਜੂਗਾ। ਅਤੇ ਉੱਧਰ ਨਸ਼ਾ ਜਿਹੜਾ ਹੈ ਐਡੇ ਵੱਡੇ ਵੱਡੇ ਪੱਧਰ ਦੇ ਉੱਤੇ, ਨਸ਼ਾ ਜਿਹੜਾ ਹੈ ਤੁਹਾਡਾ ਡੀ ਐੱਨ ਏ ਚੇਂਜ ਕਰ ਦਿੰਦਾ। ਜਿਹੜਾ ਸਾਡਾ ਪੰਜਾਬੀਆਂ ਦਾ ਕਿਰਦਾਰ ਹੈ ਜੀ, ਉਹ ਦੁਨੀਆ ਲੋਹਾ ਮੰਨਦੀ ਹੈ, ਉਹਦੇ 'ਤੇ ਮੁਗਲਾਂ ਨੇ ਲੋਹਾ ਮੰਨਿਆ, ਗੋਰਿਆਂ ਨੇ ਲੋਹਾ ਮੰਨਿਆ, ਹਿੰਦੂਆਂ ਨੂੰ ਪਤਾ ਕਿ ਸਾਡਾ ਕਿਰਦਾਰ ਕੀ ਹੈ। ਸੋ ਉਹਦੇ 'ਚ ਕੀ ਹੈ, ਜਦੋਂ ਬੰਦਾ ਨਸ਼ਾ ਕਰਨ ਲੱਗ ਜਾਂਦਾ ਨਾ, ਸਭ ਤੋਂ ਪਹਿਲਾਂ ਕਿਰਦਾਰ ਤੋਂ ਡਿੱਗਦਾ, ਅਤੇ ਉਹਨੂੰ ਪੈਸੇ ਦੀ ਲੋੜ ਪੈਂਦੀ ਹੈ, ਅਤੇ ਉਹ ਸਭ ਤੋਂ ਪਹਿਲਾਂ ਆਪਣੇ ਘਰ ਹੀ ਚੋਰੀ ਕਰਦਾ। ਅਤੇ ਜਿਹੜਾ ਸਿਰ ਉੱਚਾ ਕਰਕੇ ਮੁੱਛ ਖੜੀ ਕਰਕੇ ਤੁਰਨ ਵਾਲਾ ਬੰਦਾ, ਅੱਖ ਜਿਹਦੀ ਅੱਗ ਵਾਂਗੂ ਚਮਕਦੀ ਹੈ, ਸੂਰਜ ਵਾਂਗੂ ਚਮਕਦੀ ਹੈ, ਉਹ ਬੰਦਾ ਨਸ਼ਾ ਨਸ਼ੇ 'ਤੇ ਜਦੋਂ ਲੱਗ ਜਾਂਦਾ, ਸਭ ਤੋਂ ਪਹਿਲਾਂ ਆਪਣੇ ਘਰ ਚੋਰੀ ਕਰਦਾ। ਉਹ ਦੇਖੋ ਤੁਸੀਂ, ਆਪਣੀ ਮਾਂ ਦੀਆਂ ਉਹ ਚੀਜ਼ਾਂ ਤੱਕ ਵੇਚ ਦਿੰਦਾ ਜਿਹੜੀ ਮਾਂ ਨੇ ਉਹਨੂੰ ਜੰਮਿਆ ਪਾਲਿਆ ਹੁੰਦਾ, ਹੈ ਨਾ, ਅਤੇ ਫਿਰ ਇੱਧਰ ਉੱਧਰ ਸਾਰਾ ਕੁਛ। ਅਤੇ ਉਹ ਇਸ ਤਰੀਕੇ ਦਾ ਬਣਾ ਦਿੰਦੇ ਨੇ ਜਿਹੜੇ ਅੱਜ ਕੱਲ੍ਹ ਦੇ ਨਸ਼ੇ ਨੇ ਉਸ ਵਿਅਕਤੀ ਨੂੰ, ਕਿ ਉਹ ਆਪਣੇ ਨੇੜੇ ਤੋਂ ਨੇੜੇ ਅਤੇ ਖੂਨ ਦੇ ਰਿਸ਼ਤੇ ਅਤੇ ਸਾਕ ਸੰਬੰਧੀ ਦਾ ਕਤਲ ਵੀ ਕਰ ਸਕਦਾ, ਹੋਏ ਵੀ ਨੇ ਪੰਜਾਬ 'ਚ, ਕਿਤੇ ਵੀ ਨੇ। ਨਹੀਂ ਤੁਸੀਂ ਇਹ ਗੱਲ, ਇਹ ਡੀ ਐੱਨ ਏ ਚੇਂਜ ਹੋ ਗਿਆ, ਹੈ ਨਾ, ਉਹ ਡੀ ਐੱਨ ਏ ਉਹ ਗੁਰਬਾਣੀ ਦੁਬਾਰਾ ਵਾਪਸ ਠੀਕ ਕਰ ਸਕਦੀ ਹੈ, ਪਰ ਉੱਥੇ ਇੱਕ ਸਫ਼ਰ ਆ, ਉਹ ਸਫ਼ਰ 'ਤੇ ਚੱਲਣਾ ਪੈਣਾ ਸਾਨੂੰ। ਪਰ ਇਹ ਇੱਕ ਸੋਚੀ ਸਮਝੀ ਸਾਜਿਸ਼ ਤੋਂ ਬਾਅਦ ਇਹਨੂੰ ਮਤਲਬ ਅਮਲੀ ਰੂਪ ਦਿੱਤਾ ਗਿਆ, ਇਹ ਸਾਰੀ ਜਿਹੜੀ ਸਕੀਮ ਸੀ ਡੀਪ ਸਟੇਟ ਦੀ, ਠੀਕ ਹੈ ਨਾ। ਹੁਣ ਬਾਰਡਰ ਤਾਂ ਲੱਗਦਾ ਗੁਜਰਾਤ ਦਾ ਵੀ ਹੈ, ਰਾਜਸਥਾਨ ਦਾ ਵੀ ਬਾਰਡਰ ਲੱਗਦਾ ਪਾਕਿਸਤਾਨ ਨੂੰ, ਉੱਥੇ ਨਸ਼ਾ ਹੈ ਨਹੀਂ ਇੰਨਾ, ਜੰਮੂ ਕਸ਼ਮੀਰ 'ਚ ਨਹੀਂ ਹੈਗਾ, ਪੰਜਾਬ 'ਚ ਕੀ ਹੋ। ਪਰ ਇਹ ਵੀ ਹੋ ਸਕਦਾ ਪੰਜਾਬ ਦੇ ਲੋਕ ਖੁਸ਼ਹਾਲ ਹੈ, ਪੈਸਾ ਹੈਗਾ ਅਤੇ ਉਹ ਪਤਾ ਵੀ ਇਹ ਖਰੀਦ ਸਕਦੇ, ਵਰਤ ਸਕਦੇ। ਹਾਂ, ਉਹ ਪਲੈਨਿੰਗ ਨਾਲ ਹੁੰਦਾ ਸਾਰਾ ਕੁਛ। ਹੁਣ ਚੰਡੀਗੜ੍ਹ ਏਅਰਪੋਰਟ ਬਣਾਇਆ ਗਿਆ, ਹੁਣ ਉੱਥੇ ਕੌਮਾਂਤਰੀ ਏਅਰਪੋਰਟ, ਉੱਥੇ ਉਡਾਣਾਂ ਉਤਰ ਰਹੀਆਂ ਥੋੜ੍ਹੀਆਂ, ਜਾ ਥੋੜ੍ਹੀ ਉੱਡ ਥੋੜ੍ਹੀ ਰਹੇ ਨੇ ਜਹਾਜ਼, ਉੱਥੋਂ ਕੋਈ ਅਮਰੀਕਾ ਕੈਨੇਡਾ ਨੂੰ ਥੋੜ੍ਹਾ ਜਾਂਦੇ ਨੇ ਜਹਾਜ਼, ਸਿੰਗਾਪੁਰ ਤੱਕ ਨਹੀਂ ਫਲਾਈਟ ਹੈਗੇ, ਪਤਾ ਵਾ, ਠੀਕ ਹੈ। ਸਾਰਾ ਜਿਹੜਾ ਸਾਰਾ ਦਾ ਬਿਜ਼ਨਸ ਹੈ, ਉਹ ਉੱਥੇ ਜ਼ਮੀਨਾਂ ਮਹਿੰਗੀਆਂ ਕਰਨੀਆਂ ਸੀ ਕਿਸਾਨਾਂ ਦੀਆਂ ਪਹਿਲਾਂ। ਏਅਰਪੋਰਟ ਦਾ ਐਲਾਨ ਕਿਹਨੇ ਕੀਤਾ, ਕਿਹਦੇ ਕੋਲੋਂ ਕਰਵਾਇਆ, ਉਹਨਾਂ ਨੇ ਸੁਖਬੀਰ ਸਿੰਘ ਬਾਦਲ ਕੋਲੋਂ ਕਰਵਾਇਆ, ਫਿਰ ਨਵਾਂ ਚੰਡੀਗੜ੍ਹ ਵਸਾਇਆ, ਸਾਰੇ ਗਰੀਬ ਕਿਸਾਨ ਸੀ ਉੱਥੇ, ਉੱਥੇ ਤਾਂ ਪਾਣੀ ਨਹੀਂ ਹੈਗਾ, ਜ਼ਮੀਨ ਥੱਲੇ ਬੜੀ ਸਸਤੀ ਜ਼ਮੀਨ ਸੀ ਉੱਥੇ ਤਾਂ, ਉਹ ਜਦੋਂ 5-5 ਕਰੋੜ ਦਾ ਕਿੱਦਾਂ ਹੋ ਗਿਆ ਹੋਇਆ ਉੱਥੇ। ਫਿਰ ਉਹ ਚੱਪਲਾਂ ਪਾ ਕੇ ਤੁਰੇ ਫਿਰਦੇ ਸੀ ਉਹ ਕਿਸਾਨ ਸੀ ਜਿਹੜੇ ਉੱਥੋਂ ਦੀ ਜ਼ਮੀਨ ਦੇ ਮਾਲਕ ਸੀ, ਠੀਕ ਹੈ ਨਾ। ਇੱਕ ਕਿਸਾਨ ਮੈਂ ਜਾਣਦਾ ਉੱਥੋਂ ਦੇ ਕਿਸਾਨ ਨੂੰ, ਅਤੇ ਗੁਰਭਾਗ ਸਿੰਘ ਉਹਦਾ ਨਾਮ ਹੈ ਜੀ, ਅਤੇ ਵਿਚਾਰਾ ਪਤਾ ਨਹੀਂ ਜਿਉਂਦਾ ਹੋਊਗਾ ਕਿ ਨਹੀਂ। ਉਹ ਜਦੋਂ ਮੈਂ ਡੇ ਐਂਡ ਨਾਈਟ 'ਚ ਹੁੰਦਾ ਸੀ ਉਹਨੂੰ ਮਿਲਿਆ ਮੈਂ ਇੱਕ ਦੋ ਵਾਰੀ, ਅਤੇ ਉਦੋਂ ਚੰਡੀਗੜ੍ਹ ਨਵਾਂ ਚੰਡੀਗੜ੍ਹ ਬਣਿਆ, ਹੈ ਨਾ, ਅਤੇ ਉਦੋਂ 2 ਸਾਲ ਬਾਅਦ ਫਿਰ ਮਿਲਿਆ। ਉਹਦੀ ਪਤਾ ਨਹੀਂ ਕਿੰਨੇ ਕਰੋੜ ਦੀ ਜ਼ਮੀਨ ਵਿਕੀ ਸੀ, 6 ਮੁੰਡੇ ਸੀ ਉਹਦੇ, ਇੱਕ ਕੁੜੀ ਸੀ, ਅਤੇ ਉਹ ਮੈਨੂੰ ਪਤਾ ਲੱਗਿਆ ਜੀ ਉਹਨੇ ਗੱਡੀ ਗੁੱਡੀ ਵੀ ਲੈ ਲਈ ਸੀ। ਫਿਰ ਮੈਂ ਦੇਖਿਆ ਉਹਨੂੰ 2 ਸਾਲ ਬਾਅਦ, ਉਹਦੇ ਚੱਪਲਾਂ ਫੇਰ ਪਾਈਆਂ ਹੋਈਆਂ। ਮੈਂ ਪੁੱਛਿਆ ਉਹਨੂੰ, ਮੈਂ ਕਿਹਾ ਵੀ ਇਹ ਕੀ ਗੱਲ ਮਤਲਬ ਗੁਰਭਾਗ ਸਿੰਘ, ਉਹ ਕਹਿੰਦਾ ਵੀ ਜਿੱਥੋਂ ਪੈਸਾ ਹੋਇਆ ਸੀ ਉਹੀ ਲੈ ਗਏ, ਜਿਹਨਾਂ ਨੇ ਦਿੱਤਾ ਸੀ ਉਹੀ ਲੈ ਗਏ। ਮੈਂ ਕਿਹਾ ਕਿਵੇਂ, ਕਹਿੰਦਾ ਬਸ ਪੁੱਛਣਾ, ਕਹਿੰਦਾ ਵੀ ਉਹ ਜਿਹੜਾ ਕੋਈ ਚਿੱਟਾ ਚੁੱਟਾ ਕਹਿੰਦੇ ਨੇ, ਹੈ ਨਾ, ਕਹਿੰਦਾ 6 ਚੋਂ 2 ਮੁੰਡੇ ਰਹਿ ਗਏ ਮੇਰੇ ਕੋਲ, ਉਹ ਵੀ ਪਤਾ ਨਹੀਂ ਕਿੰਨਾ ਚਿਰ ਕੱਢਣਗੇ, 4 ਮੁੰਡੇ ਤਾਂ ਨਸ਼ਾ ਖਾ ਗਏ, ਹੈ ਨਾ। ਸੋ ਉਹ ਦੇਖਦੇ ਨੇ ਜਿਹੜਾ ਮਾਫੀਆ ਨਾ, ਆਪ ਹੀ ਸਿੱਟਦੇ ਪੈਸਾ ਵੀ ਉਹਨਾਂ ਨੇ, ਆਪ ਹੀ ਡਰੱਗ ਮਾਫੀਆ ਰੇਕੀ ਕਰਦਾ ਵੀ ਕਿੱਥੇ ਦੇ ਲੋਕ ਖੁਸ਼ਹਾਲ ਨੇ ਜ਼ਿਆਦਾ, ਪੈਸਾ ਕਿੱਥੇ ਹੈ, ਜ਼ਮੀਨਾਂ ਕਿੱਥੇ ਮਹਿੰਗੀਆਂ ਹੋ ਰਹੀਆਂ, ਆਪੇ ਮਹਿੰਗੀਆਂ ਕਰਵਾਉਂਦੇ ਨੇ ਇਹ, ਅਤੇ ਆਪੇ ਹੀ ਮਤਲਬ। ਜਿਵੇਂ ਪੰਜਾਬ ਦੇ ਵਿੱਚ ਅੱਜ ਕੱਲ੍ਹ ਇੱਕ ਹੋਰ ਵੀ ਚੱਲਦਾ ਪਿਆ, ਧਾਰਨਾ ਚੱਲਦੀ ਹੈ ਵੀ ਉਹ ਬਹੁਤ ਵੱਡੇ ਜਿਹੜੇ GT ਰੋਡ ਵਗੈਰਾ ਕੱਢੇ ਜਾ ਰਹੇ ਆ, ਆਲੇ ਦੁਆਲੇ ਦੀਆਂ ਜ਼ਮੀਨਾਂ ਕਰੋੜਾਂ ਤੱਕ ਦੀਆਂ ਵਿਕਦੀਆਂ ਨੇ, ਤੁਸੀਂ ਫਿਰ ਉਹ ਜਿਹੜੇ ਕਿਸਾਨ ਭਰਾ ਹੈਗੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀਆਂ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੇ ਤੌਰ ਦੇ ਉੱਤੇ ਤੁਸੀਂ ਗੱਲ ਦੇਖ ਰਹੇ ਹੋ, ਇਹ ਡਿਵੈਲਪਮੈਂਟ ਨਹੀਂ, ਇਹ ਪੰਜਾਬ ਦੀ ਬਰਬਾਦੀ ਹੈ ਇਹ, ਕਿਉਂਕਿ ਜਦੋਂ ਅਸੀਂ ਇਕਨੋਮਿਕ ਜ਼ੋਨ ਦੇਖਦੇ ਹਾਂ ਇੰਡੀਆ ਦੇ ਵਿੱਚ ਜਿਹੜੇ ਬਣੇ ਨੇ,
ਉਹ 99% ਤਾਂ ਬਾਕੀ ਭਾਰਤ ਦੇ ਵਿੱਚ ਇਨਵੈਸਟਮੈਂਟ ਹੋਈ ਆ, ਹੋ ਰਹੀ ਆ, ਸੜਕਾਂ 'ਤੇ ਸਾਰਾ ਕੁਛ, ਹੈ ਨਾ, ਅਤੇ ਪੰਜਾਬ ਦੇ ਵਿੱਚ ਤਾਂ 1% ਵੀ ਨਹੀਂ ਹੈਗੀ ਇਨਵੈਸਟਮੈਂਟ ਕੋਈ ਵੀ ਸਰਕਾਰੀ ਸਕੀਮ ਜਾਂ ਉਸ ਜਿਹੜੇ ਜ਼ੋਨ ਕ੍ਰੀਏਟ ਕੀਤੇ ਨੇ ਇਹਨਾਂ ਨੇ ਉਹਨਾਂ ਦੇ ਅਧੀਨ ਕੋਈ ਵੀ ਸਕੀਮ ਨਹੀਂ ਹੈਗੀ ਇੱਦਾਂ ਦੀ। ਹਾਲਾਂਕਿ ਜਿਹੜੀ ਗੁਰਾਇਆ ਸੀ ਇੰਡਸਟਰੀ ਖੇਤੀ ਸੰਦਾਂ ਦੀ, ਲੁਧਿਆਣੇ ਸੀ ਜਿਹੜੀ ਕੱਪੜਾ ਉਦਯੋਗ ਸੀ, ਜਾਂ ਜਿਹੜੇ ਦੂਜੇ ਹੋਰ ਸਾਈਕਲ ਇੰਡਸਟਰੀ ਜਾਂ ਹੋਰ ਜਿਹੜੀ ਲੋਹੇ ਦੀ ਇੰਡਸਟਰੀ ਸੀ, ਗੋਬਿੰਦਗੜ੍ਹ ਦੀ ਇੰਡਸਟਰੀ, ਬਟਾਲੇ ਦੀ ਇੰਡਸਟਰੀ, ਉਹ ਤਾਂ 3-4% ਰਹਿ ਗਈ, ਬਾਕੀ ਤਾਂ ਸ਼ਿਫਟ ਹੋ ਚੁੱਕੀ ਆ ਉੱਥੋਂ, ਉਹ ਸਾਰੀ ਸ਼ਿਫਟ ਹੋ ਚੁੱਕੀ ਆ, ਬਲਕਿ ਉੱਥੋਂ ਇੰਡਸਟਰੀ ਚਲੀ ਗਈ ਇੱਥੇ ਲਿਆਉਣ ਦੀ ਬਜਾਏ। ਅਤੇ ਉਹ ਸਾਰਾ ਕੁਛ ਜਾਂ ਪਾਣੀ ਦਾ ਉਜਾੜਾ ਜਾਂ ਹੋਰ ਉਹਦੇ 'ਚ ਉਹਦੇ ਪਿੱਛੇ ਹੋਏ ਜਿਹੜੀਆਂ ਜਿਹੜੇ ਕਾਰਨ ਨੇ ਉਹ ਅਸੀਂ ਸਾਰੇ ਲੱਭ ਸਕਦੇ ਹਾਂ, ਦੇਖ ਸਕਦੇ ਹਾਂ। ਜਿਹੜੇ ਇਹ ਸਾਨੂੰ ਵੱਡੀਆਂ ਵੱਡੀਆਂ ਸੜਕਾਂ, ਵੱਡੇ ਵੱਡੇ GT ਰੋਡ ਖੋਲ੍ਹ ਕੇ ਸਾਡੇ ਸਬਜ਼ ਬਾਗ ਦਿਖਾਏ ਜਾ ਰਹੇ ਤੁਹਾਡੇ ਮੁਤਾਬਕ, ਵੀ ਆਹ ਬਹੁਤ ਪੈਸਾ ਮਿਲ ਰਿਹਾ ਸਾਡੇ ਕਿਸਾਨ ਭਰਾ ਉਸ ਦੇ ਵਿੱਚ ਉਸ ਟ੍ਰੈਪ ਦੇ ਵਿੱਚ ਫਸਦੇ ਪਏ ਆ। ਜਿਹੜੀਆਂ ਸੜਕਾਂ ਨੇ ਨਾ ਉਹ ਤੁਹਾਡੀ ਫੌਜੀ ਤਾਕਤ ਦੀ ਲੋੜ ਨੇ, ਪਰ ਉਹ ਜਿਹੜੀ ਜੰਗ ਲੱਗਣ ਦੀ ਸੰਭਾਵਨਾ ਨਾ, ਸੜਕਾਂ ਤਾਂ ਸਿਰਫ ਉਸ ਕਰਕੇ ਬਣਾਈਆਂ ਜਾ ਰਹੀਆਂ ਨੇ। ਸੜਕਾਂ ਨੂੰ ਤੁਸੀਂ ਐਂ ਨਾ ਦੇਖੋ ਕਿ ਇੱਥੋਂ ਮਾਲ ਜਾਊਗਾ ਸੀ ਪੈਕ ਨੂੰ ਜਾਂ ਫਲਾਣੀ ਥਾਂ ਨੂੰ ਜਾਊਗਾ ਜਾਂ ਮਤਲਬ ਸਾਡੇ ਰੂਟਸ ਉੱਧਰ ਜੁੜਨਗੇ, ਇਹ ਤਾਂ ਉਹਨਾਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਬਣਾਈਆਂ ਜਾ ਰਹੀਆਂ ਨੇ। ਅਤੇ ਇਹ ਗੱਲ ਪੰਜਾਬੀ ਨੇ ਜਿਹੜੇ ਜਾਂ ਜਿਹੜੇ ਉਹਨਾਂ ਜੀਓ ਪੋਲੀਟਿਕਸ 'ਤੇ ਨੇੜਿਓਂ ਨਿਗਾਹ ਰੱਖਦੇ ਨੇ ਉਹ ਚੰਗੀ ਤਰ੍ਹਾਂ ਸਮਝਦੇ ਨੇ ਇਹ ਗੱਲ, ਉਹ ਗੱਲ ਕਰ ਰਹੇ ਨੇ। ਕੀ ਸੁਝਾਅ ਦੇਣਗੇ? ਇਹਨੂੰ ਪੜ੍ਹਨਾ ਚਾਹੀਦਾ, ਇਹਦੇ 'ਤੇ ਡਿਬੇਟਸ ਹੋਣੀਆਂ ਚਾਹੀਦੀਆਂ, ਇਹਦੇ 'ਤੇ ਗੱਲ ਹੋਣੀ ਚਾਹੀਦੀ ਆ। ਪਰ ਕਿੰਨੇ ਪੋਡਕਾਸਟ, ਕਿੰਨੇ ਇੰਟਰਵਿਊ ਹੋ ਰਹੀਆਂ, ਇਸ ਗੱਲ ਇਸ ਵਿੱਚ ਦੀ ਤਾਂ ਗੱਲ ਹੀ ਕੋਈ ਨਹੀਂ ਹੋ ਰਹੀ। ਨਹੀਂ, ਗੱਲ ਨਹੀਂ ਹੋ ਰਹੀ ਹੈਗੀ। ਇਹ ਤਾਂ ਗੱਲ ਸਪਸ਼ਟ ਆ ਕਿ ਪੰਜਾਬ ਨੂੰ ਉਹਨਾਂ ਨੇ ਘਸਿਆਰੇ ਬਣਾਇਆ ਜਾ ਰਿਹਾ, ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬੀਆਂ ਨੂੰ ਘਸਿਆਰੇ ਬਣਾਇਆ ਜਾਵੇ, ਚਾਹੇ ਉਹ ਪੋਲੀਟਿਕਸ ਦੇ ਰਾਹੀਂ, ਚਾਹੇ ਧਰਮ ਦੇ ਵਿੱਚ ਕੁਛ ਭੇਖੀ ਲੋਕ ਵੜ ਕੇ, ਚਾਹੇ ਨਸ਼ਿਆਂ ਦੇ ਰਾਹੀਂ, ਇਹ ਸਾਰਾ ਕੁਝ ਤਰੀਕਾ ਇੱਕੋ ਹੀ ਹੈ ਵੀ ਪੰਜਾਬੀ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਘਸਿਆਰੇ ਬਣਾ ਲਓ। 1991 'ਚ ਜਿਹੜੀ ਮਰਦਮਸ਼ੁਮਾਰੀ ਹੁੰਦੀ ਹੈ, ਜਨਗਣਨਾ ਹੁੰਦੀ ਹੈ, ਉਹਦੇ 'ਚ ਪੰਜਾਬ ਦੇ ਜਿਹੜੇ ਨੌਜਵਾਨ ਨੇ ਮਤਲਬ 14 ਸਾਲ ਤੋਂ ਲੈ ਕੇ 24 ਸਾਲ ਤੱਕ ਦੇ, ਉਹਨਾਂ ਦੀ ਗਿਣਤੀ ਕੋਈ 42-45 ਲੱਖ ਦੇ ਨੇੜੇ ਤੇੜੇ ਆ। ਪੱਕਾ ਨਹੀਂ ਮੇਰੇ ਕੋਲ ਅੰਕੜਾ, ਮੈਂ ਭੁੱਲਦਾ, ਐਵੇਂ ਗਲਤ ਬੋਲਿਆ ਜਾਊਗਾ, ਵੀ ਇੰਨੇ ਕੁ ਲੱਖ ਦੇ ਨੇੜੇ ਤੇੜੇ ਆ। ਜਿਹੜੀ 2001 ਦੇ ਵਿੱਚ ਜਨਗਣਨਾ ਹੁੰਦੀ ਹੈ, ਉਹਦੇ 'ਚ ਉਹ 7-8 ਲੱਖ ਘੱਟ ਜਾਂਦੇ ਨੇ ਨੌਜਵਾਨ। ਹਾਂਜੀ ਹਾਂਜੀ, ਉਹਨਾਂ ਦੀ ਗਿਣਤੀ ਘੱਟ ਜਾਂਦੀ ਹੈ ਸਿੱਖ ਨੌਜਵਾਨਾਂ ਦੀ, ਸਿਰਫ ਸਿੱਖ ਨੌਜਵਾਨਾਂ ਦੀ, ਪੰਜਾਬ ਦੇ ਨੌਜਵਾਨਾਂ ਦੀ ਨਹੀਂ, ਸਿੱਖ ਨੌਜਵਾਨ। 2011 ਦੇ ਵਿੱਚ ਉਹ ਗਿਣਤੀ ਹੋਰ ਘੱਟ ਜਾਂਦੀ ਹੈ। ਅੱਛਾ, ਇਹ ਲਗਾਤਾਰ ਘੱਟਦੀ ਆ ਰਹੀ ਹੈ। 2011 'ਚ ਤਾਂ 28 ਲੱਖ ਦੇ ਨੇੜੇ ਤੇੜੇ ਰਹਿ ਜਾਂਦੀ ਹੈ ਸਿੱਖ ਨੌਜਵਾਨ। ਹਾਂਜੀ, ਦਸਤਾਰਧਾਰੀ ਜਿਹਦੇ ਨਾਮ ਨਾਲ ਸਿੰਘ ਲੱਗਦਾ, ਸਿੱਖਾਂ ਦੇ ਘਰ ਜਨਮੇ ਜੀ, ਠੀਕ ਹੈ ਨਾ। ਅਤੇ ਹੁਣ 2024 ਚੱਲ ਰਿਹਾ, ਜਿਹੜੀ 2021 ਦੇ ਅੰਕੜੇ ਨੇ ਮੈਨੂੰ ਪਤਾ ਨਹੀਂ ਹੈ, ਮਤਲਬ ਤੁਸੀਂ ਆਈਡੀਆ ਲਾਓ। ਅਤੇ ਦੂਜੇ ਪਾਸੇ ਜਿਹੜੀ 1993-94 ਤੋਂ ਇੱਕ ਹੋਰ ਸਕੀਮ ਚੱਲੀ ਸੀ, 5 ਐਕਸਪ੍ਰੈਸ ਗੱਡੀਆਂ ਆਉਂਦੀਆਂ ਨੇ ਈਸਟ ਸਾਈਡ ਤੋਂ ਜੀ, ਛੱਤੀਸਗੜ੍ਹ ਐਕਸਪ੍ਰੈਸ, ਸਿਆਲਦਾ ਐਕਸਪ੍ਰੈਸ, ਟਾਟਾ ਮੂਰੇ, ਗਰੀਬ ਰੱਥ ਅਤੇ ਸੱਚਖੰਡ ਐਕਸਪ੍ਰੈਸ। ਉਹ 5 ਗੱਡੀਆਂ ਦੇ ਵਿੱਚ ਰੋਜ਼ 3,000-3,000 ਬੰਦਾ ਆਉਂਦਾ ਪ੍ਰਵਾਸੀ, 15,000 ਬੰਦਾ। ਅਤੇ ਉਹ 15,000 ਬੰਦਾ ਉਹ ਹੁੰਦਾ ਜਿਹਦੀ ਜੇਬ ਦੇ ਵਿੱਚ ਕੋਈ ਪੈਸਾ ਨਹੀਂ ਹੁੰਦਾ, ਉੱਥੋਂ ਜਨਰਲ ਡੱਬੇ ਦੀ ਟਿਕਟ ਲੈ ਕੇ ਬੈਠਦੇ ਨੇ ਉੱਥੇ ਗੱਡੀ ਦੇ ਵਿੱਚ। ਅਤੇ ਉਹ 15,000 ਦੇ ਵਿੱਚੋਂ 50% ਬੰਦਾ, ਮੈਂ ਇੱਕ ਮੋਟਾ ਜਿਹਾ ਅੰਦਾਜ਼ਾ ਲਾਇਆ, ਪੱਕੇ ਤੌਰ ਦੇ ਉੱਤੇ ਪੰਜਾਬ ਰਹਿ ਜਾਂਦਾ। ਅਤੇ 1995 ਤੋਂ ਵੀ ਲਾਈਏ ਜੇ, ਵੀ ਜੇ 7,500 ਤਾਂ ਮੋਟਾ ਜਿਹਾ ਅੰਦਾਜ਼ਾ ਬਣਦਾ, ਚਲੋ 5,000 ਵੀ ਲਾਈਏ ਰੋਜ਼ ਦਾ ਬੰਦਾ, 1995 ਤੋਂ ਇੱਕ ਦਿਨ ਦਾ 5,000 ਬੰਦਾ ਪੱਕੇ ਤੌਰ ਦੇ ਉੱਤੇ ਪੰਜਾਬ ਰਹਿੰਦਾ, ਤਾਂ ਹੁਣ ਤੱਕ ਤੁਸੀਂ ਲਾ ਲਓ ਵੀ 30 ਸਾਲਾਂ ਦੇ ਵਿੱਚ ਉਹ ਆਬਾਦੀ ਕਿੰਨੀ ਹੋਊ। ਇੱਕ ਮੋਟੇ ਜਿਹੇ ਅੰਦਾਜ਼ੇ ਦੇ ਮੁਤਾਬਕ ਜਸਵੰਤ ਸਿੰਘ ਕਮਲ ਨੇ 2008 ਦੇ ਵਿੱਚ ਪੰਜਾਬ ਦੇ ਵਿੱਚ ਬਈਆਂ ਦੀ ਗਿਣਤੀ 55 ਲੱਖ ਦੱਸੀ ਸੀ।
ਠੀਕ ਹੈ ਨਾ, ਨਸ਼ਾ ਅਸੀਂ ਦੇਖ ਰਹੇ ਹਾਂ ਜਾਂ ਸਿੱਖਾਂ ਦੀ ਜਿਹੜੀ ਮਾਈਗ੍ਰੇਸ਼ਨ ਆ ਉਹਨੂੰ ਅਸੀਂ ਦੇਖ ਰਹੇ ਹਾਂ, ਪ੍ਰਵਾਸ ਨੂੰ ਦੇਖ ਰਹੇ ਹਾਂ, ਇਹ ਵੀ ਨਾਲ ਦੇਖ ਰਿਹਾ। ਪਰ ਇਹਦੇ ਬਾਵਜੂਦ ਮੈਂ ਪੋਜ਼ਿਟਿਵ ਹਾਂ ਇੱਕ ਗੱਲ ਤੋਂ। ਉਹ ਕਿਹੜੀ ਗੱਲ? ਕੋਵਿਡ 'ਚ ਅਸੀਂ ਦੇਖਿਆ ਹੈ ਨਾ ਵੀ ਸਿੱਖਾਂ ਦੀ ਤਾਂ ਗੱਲ ਹੀ ਕੁਛ ਹੋਰ ਹੈ, ਉਹ ਤਾਂ ਦੁਸ਼ਮਣ ਦੇ ਮੂੰਹ 'ਚ ਵੀ ਰੋਟੀ ਪਾਉਣ ਨੂੰ ਜਾਂਦੇ ਨੇ ਧੱਕੇ ਨਾਲ, ਵੀ ਤੂੰ ਖਾ ਖਾਂਦਾ ਕਿਉਂ ਨਹੀਂ, ਫੇਰ ਡਾਂਗ ਮਾਰੀ ਮੇਰੇ, ਬਾਅਦ 'ਚ ਗੱਲ ਕਰਾਂਗੇ, ਹਾਂ ਬਾਅਦ 'ਚ ਗੱਲ ਕਰਾਂਗੇ। ਅਤੇ ਪਰ ਜਿਹੜਾ ਦੂਜਾ ਬੰਦਾ ਨਾ, ਅਸੀਂ ਦੇਖੋ ਵੀ ਕੋਵਿਡ 'ਚ ਜਦੋਂ ਸਾਰਾ ਕੁਛ ਬੰਦ ਹੋਇਆ, ਬੰਬੇ ਤੋਂ ਜਾਂ ਹੋਰ ਸਟੇਟਾਂ ਤੋਂ, ਮਤਲਬ ਕਰੋੜਾਂ ਦੀ ਗਿਣਤੀ ਦੇ ਵਿੱਚ ਬਈਆਂ ਨੇ ਇੰਤਜ਼ਾਰ ਨਹੀਂ ਕੀਤਾ ਕਿਸੇ ਦਾ, ਨੰਗੇ ਜਿਹਨੂੰ ਚੱਪਲ ਮਿਲੀ ਠੀਕ ਆ, ਜਿਹਨੂੰ ਚੱਪਲ ਨਹੀਂ ਮਿਲੀ ਨੰਗੇ ਪੈਰ ਹੀ ਚੱਲ ਪਿਆ ਉਹ ਕਹਿੰਦੇ ਵੀ ਹਮ ਤੋਂ ਆਪਣੇ ਦੇਸ਼ ਜਾਏਂਗੇ। ਸੋ ਇਹਦੇ 'ਚ ਮੈਂ ਬੜਾ ਪੋਜ਼ਿਟਿਵ ਹਾਂ ਕਿ ਜਦੋਂ ਜੇ ਆਜ਼ਾਦੀ ਮਿਲਦੀ ਆ ਸਿੱਖਾਂ ਨੂੰ, ਇਹ ਤਾਂ ਮੈਨੂੰ ਲੱਗਦਾ ਘੰਟੇ 'ਚ ਪੰਜਾਬ ਛੱਡ ਜਾਣਗੇ। ਆਪਣਾ ਮਨ ਮਜ਼ਬੂਤ ਕਰਨ ਦੀ ਲੋੜ ਹੈ, ਘਰ ਤਾਂ ਆਪਣਾ ਬਣ ਜੂਗਾ, ਮਨ 'ਚ ਅਸੀਂ ਘਰ ਬਣਾ ਲਿਆ ਨਾ ਅਸੀਂ ਫਿਜ਼ੀਕਲ ਘਰ ਵੀ ਲੈ ਲਵਾਂਗੇ। ਸੋ ਮਤਲਬ ਜਿਹੜੀ 1993 ਦੀ ਇੱਕ ਸਮਾਂ ਸੀਮਾ ਮਿੱਥ ਲੈਣੀ ਚਾਹੀਦੀ ਹੈ ਕਿ ਜੋ 1993 ਦੇ ਵਿੱਚ ਭਾਵੇਂ ਪ੍ਰਵਾਸੀ ਜਿਹੜੇ ਉਸ ਤੋਂ ਪਹਿਲਾਂ ਇੱਥੇ ਸੀ, ਕਿਉਂਕਿ ਉਹਨਾਂ ਨੇ ਵੀ ਸੰਤਾਪ ਝੱਲਿਆ, ਉਹਨਾਂ ਦੀ ਵੀ ਕੁੱਟ ਬਹੁਤ ਪਈ, ਵੀ ਉਹ ਇੱਥੇ ਰਹਿਣੇ ਚਾਹੀਦੇ ਨੇ, ਉਹ ਸਾਡੇ ਭਰਾ ਨੇ, ਉਹ ਨਾਲ ਹੀ ਰਹਿਣ। ਕਿਉਂਕਿ 1993 ਤੋਂ ਬਾਅਦ ਜਿਹੜਾ ਪ੍ਰਵਾਸ ਹੁੰਦਾ ਉਹਨਾਂ ਲੋਕਾਂ ਦਾ ਪੰਜਾਬ 'ਚ ਸਿੱਖਾਂ ਨੂੰ ਘੱਟ ਗਿਣਤੀ ਕਰਨ ਲਈ, ਉਹਨੂੰ ਮੈਂ ਇੱਕ ਪਲੈਨ ਮੰਨਦਾ, ਉਹਨੂੰ ਰੱਦ ਕਰਾਂਗੇ ਅਸੀਂ, ਉਹਨੂੰ ਅਸੀਂ ਰੱਦ ਕਰਾਂਗੇ ਬਿਲਕੁਲ। ਅਤੇ ਜਿਹੜਾ 1966 ਵਾਲਾ ਪੰਜਾਬ ਹੈ ਉਹਨੂੰ ਅਸੀਂ ਮੁੱਖ ਪੰਜਾਬ ਮੰਨਾਂਗੇ, ਪੰਜਾਬ ਦੀ ਆਜ਼ਾਦੀ 1966 ਵਾਲਾ ਪੰਜਾਬ। ਅਤੇ ਹਾਲਾਂਕਿ ਜਿਹੜਾ ਨਕਸ਼ਾ 6 for Justice ਨੇ ਰਿਲੀਜ਼ ਕੀਤਾ, ਉਹਦੇ 'ਚ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿਹੜੀਆਂ ਮੁੱਢਲੀਆਂ ਜਿੱਤਾਂ ਸਨ, ਜਿੱਥੇ ਜਿੱਥੇ ਉਹਨੇ ਰਾਜ ਕੀਤਾ, ਸਹਾਰਨਪੁਰ ਹੋਰ, ਉਹ ਵੀ ਦਰਸਾਇਆ ਹੋਇਆ। ਹਾਂ, ਉਹਦੇ ਤੋਂ ਵੀ ਪਾਸਾ ਨਹੀਂ ਖਿਜਾਉਣਾ ਚਾਹੀਦਾ, ਬਲਕਿ ਜਿਹੜੀ ਰਾਏ ਸਿੰਘਾਂ ਦੀ ਦਿੱਲੀ ਹੈ ਉਹ ਸਿੱਖਾਂ ਦੀ ਜ਼ਮੀਨ ਹੈ, ਇਹ ਲਿਖਤੀ ਰੂਪ ਦੇ ਵਿੱਚ ਹੈ, ਇਹ ਰਕਾਬਗੰਜ ਵਾਲੀ ਪੂਰੀ ਲਾਈਨ ਸਿੱਧੀ, ਅਤੇ ਉੱਥੇ ਤੱਕ ਸਿੱਖਾਂ ਦਾ ਹੱਕ ਹੈ, ਅਤੇ ਸਾਨੂੰ ਤਾਂ ਪੂਰੀ ਦਿੱਲੀ ਚਾਹੀਦੀ ਹੈ, ਠੀਕ ਹੈ ਨਾ, ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ। ਤੁਸੀਂ ਤਾਂ ਸਪੋਕਸਮੈਨ ਦੇ ਤੌਰ ਦੇ ਉੱਤੇ ਜਦੋਂ ਇਹ ਗੱਲ ਕਰ ਰਹੇ ਹੋ, ਇਹਦਾ ਖਾਕਾ ਵਗੈਰਾ, ਵਾਈਟ ਪੇਪਰ ਵਗੈਰਾ ਕੁਛ ਇਸ ਤਰ੍ਹਾਂ ਦਾ ਤਿਆਰ ਕੀਤਾ ਹੋਇਆ ਵੀ ਸਾਰਾ ਕੁਝ ਇਸ ਤਰ੍ਹਾਂ ਹੋਊਗਾ? ਦੇਖੋ, ਅਸੀਂ ਆਮ ਕਰਕੇ ਸਵਾਲ ਹੁੰਦਾ ਵੀ ਤੁਸੀਂ ਇਹ ਦੱਸੋ ਵੀ ਤੁਹਾਡਾ ਇਸ ਦੇ ਪ੍ਰਤੀ ਕੋਈ ਰਿਟਰਨ, ਸਾਰਾ ਕੁਛ ਬਣਾਇਆ ਹੋਇਆ ਨਕਸ਼ਾ ਵੀ ਹੈ ਕਿ ਸਿਰਫ ਅਤੇ ਸਿਰਫ ਮੀਡੀਆ ਦੇ ਵਿੱਚ ਹੀ ਹੈ? ਇਹਦੇ ਬਾਰੇ ਜ਼ਰੂਰ ਦੱਸੋ। ਦੇਖੋ, ਜਦੋਂ ਅਸੀਂ ਜਦੋਂ ਮੈਂ ਇਹ ਗੱਲ ਕਹਿਤੀ ਨਾ ਕਿ ਅਸੀਂ ਰਾਜ ਕਰਨ ਲਈ ਤਿਆਰ ਹਾਂ, ਆਪਣੇ ਭੂ ਖੇਤਰ ਦਾ ਅਸੀਂ ਕਬਜ਼ਾ ਲੈਣ ਲਈ ਤਿਆਰ ਹਾਂ, ਬੜੇ ਬਾਖੂਬ ਤਰੀਕੇ ਨਾਲ ਰਾਜ ਕਰਨ ਲਈ ਤਿਆਰ ਹਾਂ, ਇਹਦਾ ਮਤਲਬ ਕੋਈ ਤਾਂ ਗੱਲ ਹੋਊਗੀ, ਤਿਆਰ ਆ ਸਾਰਾ ਕੁਛ। ਅਤੇ ਕਰੀਬ ਹਾਲੇ ਅਸੀਂ 28 ਮੁਲਕਾਂ ਦੇ ਵਿੱਚ ਆਪਣਾ ਆਧਾਰ ਬਣਾ ਲਿਆ, ਬਾਕੀ ਵੀ ਚੱਲ ਰਿਹਾ। 28 ਮੁਲਕਾਂ 'ਚ ਜਿੱਥੇ ਸਾਡੇ ਯੋਧਿਆਂ ਦੀ ਵੱਡੀ ਗਿਣਤੀ ਆ ਉੱਥੇ ਅਸੀਂ ਆਪਣਾ ਆਧਾਰ ਬਣਾ ਲਿਆ। ਪਰ ਤੁਸੀਂ, ਤੁਹਾਨੂੰ ਨਹੀਂ ਲੱਗਦਾ ਵੀ ਖਾਸ ਕਰਕੇ ਜਿੱਥੇ ਇਹ ਹੋਣਾ ਸਾਰਾ ਕੁਝ ਹੈ ਨਾ, ਵੀ ਉੱਥੋਂ ਦੇ ਜਿਹੜੇ ਬਸ਼ਿੰਦੇ ਨੇ ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਲਿਆ ਜਾਵੇ, ਉਹਨਾਂ ਨੂੰ ਘੱਟੋ ਘੱਟ ਦਿਖਾ ਦਿੱਤਾ ਜਾਵੇ ਵੀ ਆਹ ਕੁਝ ਹੋਣਾ ਸਾਰਾ ਕੁਝ, ਕਿਉਂਕਿ ਉਹ ਉਹਨਾਂ ਦੇ ਮਨਾਂ ਦੇ ਅੰਦਰ ਹਜੇ ਵੀ ਇੱਕ ਡਰ ਤਾਂ ਹੈ, ਪਤਾ ਨਹੀਂ ਹੋਏਗਾ। ਨਹੀਂ, ਦੇਖੋ ਗੱਲ ਇਹ ਸਪਸ਼ਟ ਹੈ ਵੀ ਬਹੁਤ ਸਾਰੇ ਜਿਹੜੇ ਲੋਕਾਂ ਨੇ ਸਟੇਟਮੈਂਟਸ ਦਿੱਤੀਆਂ ਨੇ ਜੀ, ਭਾਵੇਂ ਉਹ ਟਰੂਡੋ ਦੇ ਖਿਲਾਫ਼ ਦਿੱਤੀਆਂ ਨੇ, ਭਾਵੇਂ ਬਾਈਡਨ ਦੇ ਖਿਲਾਫ਼ ਦਿੱਤੀਆਂ ਨੇ, ਭਾਈ ਨੇਚਰ ਦੇ ਕਤਲ ਤੋਂ ਬਾਅਦ ਇਹ ਲਕੀਰਾਂ ਖਿੱਚੀਆਂ ਜਾਂਦੀਆਂ ਨੇ, ਹੈ ਨਾ, ਉਹ ਤੈਅ ਕਰੀ ਜਾਂਦੇ ਨੇ ਵੀ ਅਸੀਂ ਭਾਰਤ ਦੇ ਵਿੱਚ ਰਾਜਸੀ ਸ਼ਰਨ ਲੈ ਕੇ ਕਿੱਥੇ ਰਹਿਣਾ, ਉਹ ਤੈਅ ਕਰੀ ਜਾਂਦੇ ਨੇ ਸਾਰਾ ਕੁਛ ਕਿ ਅਸੀਂ। ਦੇਖੋ, ਇੱਕ ਵੱਡੀ ਗੱਲ ਦੱਸਾਂ ਮੈਂ, ਇਹ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਘੱਟ ਪਤਾ, ਸਿੱਖਾਂ ਨੂੰ ਬਲਦੇਵ ਸਿੰਘ ਬਾਰੇ ਸਾਰਿਆਂ ਨੂੰ ਪਤਾ ਹੋਊਗਾ, ਬਲਦੇਵ ਸਿੰਘ ਦੇ ਕਿੱਥੇ ਕਿੱਥੇ ਕਾਰਖਾਨੇ ਸੀ, ਕਿੱਥੇ ਕਿੱਥੇ ਜ਼ਮੀਨਾਂ ਜਾਇਦਾਦਾਂ ਸਨ, ਠੀਕ ਹੈ ਨਾ ਜੀ, 1947 'ਚ ਜੋ ਉਹਨੇ ਗੱਲਬਾਤ ਕੀਤੀ, ਸੋ ਨਿਰਸੰਦੇਹ ਉਹਨੇ ਉਹਨੂੰ ਆਪਣੀ ਜਾਇਦਾਦ ਪਿਆਰੀ ਸੀ। ਹੁਣ ਦੇ ਜਿਹੜੇ ਅਕਾਲੀ
ਸੋ ਕਾਲਡ ਅਕਾਲੀ ਦਲ ਦੇ ਲੀਡਰ ਨੇ, ਇੱਕ ਪਰਿਵਾਰ ਦੀ ਪਾਰਟੀ ਹੈ, ਉਹਨਾਂ ਦੀ ਮੋਟੀ ਮੋਟੀ ਜਾਇਦਾਦ ਮੈਂ ਤੁਹਾਨੂੰ ਦੱਸਦਾ ਵੀ ਪੌਂਟੀ ਚੱਢਾ ਦੇ ਨਾਲ ਪਰਮਜੀਤ ਸਿੰਘ ਸਰਨਾ ਅਤੇ ਇਹ ਸਾਰੇ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਿਲ ਆ ਉਹਨਾਂ 'ਚ, ਇਹਨਾਂ ਦਾ ਸੂਰਜ ਕੁੰਡ ਹੈ ਉੱਥੇ ਨੋਇਡਾ ਦੇ ਨਾਲ ਅੱਗੇ ਜਾ ਕੇ ਪੈਂਦਾ। ਉੱਥੇ ਬਹੁਤ ਵੱਡਾ ਪ੍ਰੋਜੈਕਟ ਸੀ ਇਹਨਾਂ ਦਾ, ਜ਼ਮੀਨ ਦਾ ਬਹੁਤ ਕਰੋੜੀ, ਅਤੇ ਉਹ ਇੱਕ ਨਹੀਂ ਹੈ, ਉਹੋ ਜਿਹੇ ਮੈਨੂੰ ਲੱਗਦਾ ਵੀ ਇਹਨਾਂ ਦੇ 27-28 ਪ੍ਰੋਜੈਕਟ ਨੇ ਸਾਂਝੇ, ਅਤੇ ਇਹ ਉਹ ਸਾਰੇ ਕੁਨਵੇ ਦੇ ਉਹ ਪ੍ਰੋਜੈਕਟ। ਹਾਂ, ਉਹ ਪ੍ਰੋਜੈਕਟਾਂ ਨੂੰ ਕਿਵੇਂ ਛੱਡ ਦੇਣਗੇ, ਛੱਡ ਹੀ ਨਹੀਂ ਸਕਦੇ ਇਹ। ਜੇ ਉਹ ਪ੍ਰੋਜੈਕਟ ਨਾ ਹੁੰਦੇ ਫਿਰ ਤਾਂ ਇਹਨਾਂ ਨੇ ਨਿੱਜਰ ਦੀ ਜਿਹੜੀ ਸ਼ਹਾਦਤ ਹੁੰਦੀ ਆ ਉਹਦੇ ਫੁੱਲ ਚੜ੍ਹਾਉਣੇ ਸੀ, ਉਹ ਸ਼ਹਾਦਤ ਨੂੰ ਸਮਰਪਿਤ ਹੁੰਦੇ, ਫਿਰ ਉਹਨੂੰ ਨਤਮਸਤਕ ਹੁੰਦੇ ਉਸ ਸ਼ਹਾਦਤ ਨੂੰ। ਭਾਈ ਅਵਤਾਰ ਸਿੰਘ ਖੰਡਾ ਦੇ ਜਿਹੜਾ ਕਤਲ ਹੋਇਆ ਉਹਦੇ ਨਿਖੇਧੀ ਕਰਦੇ, ਇਹ ਉਹਦੀ ਜਾਂਚ ਦੀ ਮੰਗ ਕਰਦੇ, ਫਿਰ ਇੱਦਾਂ ਦੀਆਂ ਗੱਲ ਸਟੇਟਮੈਂਟਾਂ ਆਉਣੀਆਂ ਸੀ ਅਲੱਗ ਅਲੱਗ ਤਰੀਕੇ ਨਾਲ। ਸੋ ਇਹ ਉਸੇ ਕਰਕੇ ਤਾਂ ਨਹੀਂ ਆ ਰਹੀਆਂ। ਸੂਰਜਪੁਰ ਹੁਣ ਜਾ ਕੇ ਪੁੱਛ ਲਓ ਜਿਹਨੂੰ ਮਰਜ਼ੀ ਉੱਥੇ, ਹੈ ਨਾ, ਕਿਹਦੇ ਪ੍ਰੋਜੈਕਟ ਨੇ। ਇਹ ਸਾਰਾ ਮਸਲਾ ਅਧਿਐਨ ਕਰਨਾ ਚਾਹੀਦਾ, ਇਹਦੇ 'ਤੇ ਖੋਜ ਪੜਤਾਲ ਹੋਣੀ ਚਾਹੀਦੀ ਹੈ। ਹੁਣ ਨਨਕਾਣਾ ਸਾਹਿਬ ਦਾ ਸਾਕਾ ਹੁੰਦਾ, ਨਰੈਣੂ ਮਹਾਨ ਤੋਂ ਉੱਥੋਂ ਦਾ ਖਲਨਾਇਕ ਆ ਸਭ ਤੋਂ ਵੱਡਾ, ਉਹਨੂੰ ਉਹਦਾ ਕੇਸ ਕੌਣ ਲੜਦਾ, ਉਹਦਾ ਕੇਸ ਕੌਣ ਲੜਦਾ, ਅਤੇ ਉਸਨੂੰ 1947 ਦੇ ਵਿੱਚ ਉੱਥੋਂ ਜੇਲ੍ਹ ਤੋਂ ਰਿਹਾਅ ਕਰਾ ਕੇ ਉੱਤਰਾਖੰਡ ਦੇ ਵਿੱਚ ਕੌਣ ਲੈ ਕੇ ਆਉਂਦਾ, ਉੱਤਰ ਪ੍ਰਦੇਸ਼ ਦੇ ਵਿੱਚ, ਅਤੇ ਉੱਥੇ ਉਹਨੂੰ ਮੁਰੱਬਾ ਮਿਲਦਾ ਜ਼ਮੀਨ ਦਾ। ਇਹ ਇੱਕ ਵੀਡੀਓ ਵੀ ਵਾਇਰਲ ਹੁੰਦੀ ਹੈ ਪਿਛਲੇ ਦਿਨ, ਉਹਦੇ ਵਿੱਚ ਇੱਕ ਪ੍ਰਚਾਰਕ ਵੱਲੋਂ ਦੱਸਿਆ ਜਾਂਦਾ। ਹੁਣ ਉਸ ਥਾਂ 'ਤੇ ਉਸ 1975 'ਚ ਨਰਾਇਣ ਦੀ ਮੌਤ ਹੁੰਦੀ ਹੈ, ਨਰਾਇਣ ਦਾਸ ਦੀ। ਇਹ ਉਹ ਗੁਪਤੀ ਰੂਪ 'ਚ ਇੰਨਾ ਚਿਰ ਜਿਉਂਦਾ ਰਹਿੰਦਾ, ਇੰਨਾ ਚਿਰ ਕਿਸੇ ਨੂੰ ਪਤਾ ਤੱਕ ਨਹੀਂ ਲੱਗਿਆ। ਅਤੇ ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਹੀਦਾਂ ਨੂੰ ਅਸੀਂ ਉਸ ਤਰੀਕੇ ਨਾਲ ਯਾਦ ਕਰਦੇ ਹਾਂ, ਸਿੱਖ ਇਤਿਹਾਸ ਦੇ ਵਿੱਚ ਉਹ ਬੜਾ ਵੱਡਾ ਕਤਲੇਆਮ ਖੂਨੀ ਕਾਂਡ ਲਿਖਿਆ ਗਿਆ, ਲਾਲ ਅੱਖਰਾਂ ਨਾਲ ਲਿਖਿਆ ਹੋਇਆ ਇਤਿਹਾਸ ਆ ਉਹ। ਅਤੇ ਉਹਦੀ ਜ਼ਮੀਨ ਦੇ ਵਿੱਚ ਮਜੀਠੀਆ ਪਰਿਵਾਰ ਦੀਆਂ ਫੈਕਟਰੀਆਂ ਨੇ ਸ਼ਰਾਬ ਦੀਆਂ, ਜਿਹੜਾ ਸਭ ਤੋਂ ਵੱਡਾ ਖਲਨਾਇਕ। ਹੁਣ ਸੁਖਬੀਰ ਸਿੰਘ ਦੀ ਭੂਆ ਉਸ ਉੱਥੇ ਕੋਠੀ ਆ ਉਹਦੀ, ਉਹ ਮੈਨੂੰ ਨਹੀਂ ਪਤਾ ਉਦੋਂ ਜਿਉਂਦੀ ਸੀ, ਮਰ ਗਈ ਕਿ ਹੈਗੀ ਆ ਹੁਣ। ਉਹ ਨਰਾਇਣ ਦਾਸ ਨਾਲ ਉਹਦਾ ਰਿਸ਼ਤਾ ਕੀ ਹੈ, ਹੈ ਨਾ, ਇਹ ਸਿੱਖ ਪਤਾ ਕਰ ਲੈਣਾ ਪਈ, ਹੁਣ ਮੇਰੇ ਮੂੰਹੋਂ ਨਾ ਕਹਾਉਣ ਸਾਰਾ ਕੁਛ। ਫਿਰ ਇਹ ਸਾਰਾ ਕੁਝ ਇਹਦੇ ਲਈ ਜਿਹੜਾ ਤੁਸੀਂ ਕਹਿ ਰਹੇ ਹੋ ਤੁਹਾਡੀ ਸਿੱਖ ਫਰੀਡਮ ਮੂਵਮੈਂਟ ਹੈਗੀ ਹੈ, ਇਸ ਉੱਤੇ ਵਰਕਆਊਟ ਵੀ ਹੋਏਗਾ ਵੀ ਜਿਹੜੇ ਜਿਹੜੇ ਖਲਨਾਇਕ ਨੇ ਦੇਖੋ ਸਿੱਖੀ ਦੇ, ਹੁਣ ਤੋਂ ਜਿਹੜੇ ਸਿੱਖ ਸੰਘਰਸ਼ ਦੇ ਦੌਰਾਨ ਜਿਨ੍ਹਾਂ ਨੇ ਖਲਨਾਇਕ ਦੀ ਭੂਮਿਕਾ ਨਿਭਾਈ ਹੈਗੀ ਹੈ, ਉਹਨਾਂ ਨੂੰ ਐਨ ਸਿੱਧੇ ਰੂਪ ਦੇ ਵਿੱਚ ਲੋਕਾਂ ਤੱਕ ਦੱਸਿਆ ਜਾਏਗਾ ਵੀ ਇਹਨਾਂ ਨੇ ਆਹ ਆਹ ਨੁਕਸਾਨ ਕੌਮ ਦਾ ਕੀਤਾ, ਕੌਮ ਦਾ ਘਾਤ ਇੱਥੇ ਇੱਥੇ ਕੀਤਾ। ਸਾਡੇ ਵਿੰਗ ਨੇ ਵੱਖ ਵੱਖ, ਉਹਦੇ 'ਚ ਅਸੀਂ ਵੱਖ ਵੱਖ ਵਰਗਾਂ ਦੇ ਉੱਤੇ ਵੱਖ ਵੱਖ ਮਾਧ, ਸਾਡਾ ਮੁੱਖ ਕੰਮ ਹੈ ਆਜ਼ਾਦੀ 'ਤੇ ਕੰਮ ਕਰਨਾ। ਸਾਡੇ ਉਹ ਵਿੰਗ ਨੇ ਉਹ ਸਾਨੂੰ ਖਬਰ ਨਹੀਂ ਕਰਦੇ ਹੈਗੇ, ਉਹ ਨਾ ਅਸੀਂ ਉਹਨਾਂ ਨੂੰ ਪੁੱਛੀਏ ਤੁਸੀਂ ਕੰਮ ਕੀ ਕਰਦੇ ਹੋ, ਤੁਹਾਡਾ ਕੰਮ, ਤੁਹਾਡੀ ਡਿਊਟੀ ਸਿਰਫ ਇਸ ਉੱਤੇ ਹੀ ਹੈ। ਹਾਂ, ਉਹ ਉਹਨਾਂ ਦਾ ਕੰਮ ਹੈ ਇਹ, ਠੀਕ ਹੈ ਨਾ, ਕਿ ਮੌਜੂਦਾ ਸੋਸ਼ਲ ਮੀਡੀਆ ਦੇ ਉੱਤੇ ਸਿੱਖ ਵਿਰੋਧੀ ਪ੍ਰਚਾਰ ਕੌਣ ਕਰ ਰਹੇ ਨੇ, ਮੌਜੂਦਾ ਦੌਰ ਦੇ ਵਿੱਚ ਸਿੱਖ ਜਦੋ ਜਹਿਦ ਨੂੰ ਤਾਰ ਪੀਡੋ ਕੌਣ ਕਰ ਰਹੇ ਨੇ, ਭਾਵੇਂ ਵਿਦੇਸ਼ਾਂ 'ਚ ਨੇ, ਭਾਵੇਂ ਉਹ ਭਾਰਤ 'ਚ ਨੇ, ਭਾਵੇਂ ਉਹ ਪੰਜਾਬ 'ਚ ਨੇ, ਇਹ ਵਰਗੀਕਰਨ ਕੀਤਾ ਹੋਇਆ। ਹੁਣ ਮੈਂ ਇਹਦੇ ਬਾਰੇ ਮੈਂ ਦੱਸ ਨਹੀਂ ਸਕਦਾ, ਮੈਂ ਆਪਣੇ ਬਾਰੇ ਦੱਸ ਸਕਦਾ ਕਿ ਸਿੱਖ ਫਰੀਡਮ ਮੂਵਮੈਂਟ ਦਾ ਜਿਹੜਾ ਮੁੱਖ ਕਾਰਜ ਆ ਉਹ ਫਰੀਡਮ ਮੂਵਮੈਂਟ ਸਿਰਫ, ਅਤੇ ਅਸੀਂ ਫਰੀਡਮ ਲਈ, ਸਿੱਖਾਂ ਦੀ ਫਰੀਡਮ ਦੇ ਲਈ ਉਸ ਮੂਵਮੈਂਟ ਨੂੰ। ਫਿਰ ਤੁਹਾਨੂੰ ਲੱਗਦਾ ਜਿਹੜੀ ਇਹ ਸਿੱਖ ਫਰੀਡਮ ਮੂਵਮੈਂਟ ਹੈ, ਜਿਵੇਂ ਕਿ ਹੁਣੇ ਪਿਛਲੇ ਦਿਨੀ ਕੌਂਕੇ ਸਾਹਿਬ ਦਾ ਕੇਸ ਡਿਸਕਲੋਜ ਹੁੰਦਾ, ਉਸ ਦੇ ਉੱਤੇ ਵੀ ਵਰਕਆਊਟ ਹੋਣਾ ਚਾਹੀਦਾ ਕਾਫੀ, ਉਹ ਜਿਹੜੇ ਉਹਦੇ ਦੋਸ਼ੀ ਲੋਕ ਨੇ ਘੱਟੋ ਘੱਟ ਉਹ ਤਾਂ ਸਾਹਮਣੇ ਜ਼ਾਹਰ ਰੂਪ ਦੇ ਵਿੱਚ ਜਿੰਨੇ ਕੁ ਬਚੇ ਹਜੇ ਵੀ ਹੈਗੇ ਆ ਜਾਂਦੇ ਕੁਛ ਲੋਕ। ਦੇਖੋ, ਸਾਡੀ ਜਿਹੜੀ ਜਥੇਬੰਦੀ ਹੈ ਉਸਨੇ ਤਾਂ ਜਦੋਂ ਕੌਂਕੇ, ਭਾਈ ਕੌਂਕੇ ਦਾ ਜਥੇਦਾਰ ਕੌਂਕੇ ਸਾਹਿਬ ਦਾ ਨੂੰ ਸ਼ਹੀਦ ਕੀਤਾ ਜਾਂਦਾ ਉਦੋਂ ਹੀ ਸਾਰਾ ਕੁਛ ਪਤਾ ਸੀ, ਅਤੇ ਉਦੋਂ ਹੀ ਤੈਅ ਕਰ ਦਿੱਤਾ ਗਿਆ ਸੀ ਜਿੰਨੇ ਵੀ ਦੋਸ਼ੀ ਨੇ ਉਹਨਾਂ ਦਾ ਲੇਖਾ ਜੋਖਾ ਹੈ ਸਾਰਾ। ਪਰ ਸਮਾਂ ਬੜਾ ਬਲਵਾਨ ਹੁੰਦਾ, ਕਦੇ ਸਿੰਘ ਚੜ੍ਹਾਈ 'ਚ ਹੁੰਦੇ ਨੇ, ਕਦੇ ਸਿੰਘ ਮਸਤ ਵੀ ਹੋ ਜਾਂਦੇ ਨੇ, ਹੁਣ ਜਿਹੜੇ ਤੰਬੂ ਨੇ ਮਸਤਾਨੇ ਹੋਏ ਪਏ ਨੇ ਸਿੰਘਾਂ ਦੇ, ਅਤੇ ਹਾਂ ਸਮਾਂ ਆਏਗਾ।
ਇਹ ਉਸ ਸਮੇਂ ਦੀ ਉਡੀਕ ਦੇ ਵਿੱਚ ਸਾਰਾ ਜਿਹੜਾ ਹੈ ਸਿੱਖ ਆਸਬੰਧ ਹੈ ਵੀ ਸਾਡੀ ਕੌਮ ਦੀ ਚੜ੍ਹਦੀ ਕਲਾ ਹੋਵੇ। ਇਸ ਚੜ੍ਹਦੀ ਕਲਾ ਦੇ ਵਾਸਤੇ ਅਸੀਂ ਅਰਦਾਸ ਦੇ ਵਿੱਚ ਇੱਕ ਜਿਹੜਾ ਸਲੋਗਨ ਵਰਤਦੇ ਹਾਂ, ਰਾਜ ਕਰੇਗਾ ਖਾਲਸਾ, ਅਤੇ ਅਗਲਾ ਸ਼ਬਦ ਹੈ ਆਕੀ ਰਹੇ ਨਾ ਕੋਈ। ਉਹ ਉਹਦੀ ਜਿਹੜੀ ਚੜ੍ਹਦੀ ਕਲਾ ਵਾਸਤੇ ਆਪਾਂ ਤੁਸੀਂ ਸਾਰੇ ਅਰਦਾਸ ਕਰਦੇ ਹਾਂ, ਬਾਬਾ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇ। ਤੁਸੀਂ ਇਸ ਸੈਕਿੰਡ ਮਿੰਟ ਦੇ ਵਿੱਚ ਜਿਹੜਾ ਸਮਾਂ ਬਖਸ਼ਿਸ਼ ਕੀਤਾ, ਤੁਹਾਡਾ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਸ਼ੁਕਰੀਆ, ਤੁਸੀਂ ਜਿਸ ਤਰੀਕੇ ਨਾਲ ਸਵਾਲ ਕੀਤੇ, ਗੱਲਬਾਤ ਕੀਤੀ, ਅਤੇ ਕੁਛ ਗੱਲਾਂ ਜਿਹੜੀਆਂ ਰਹਿ ਗਈਆਂ ਆਪਾਂ ਕਰਾਂਗੇ ਉਹਨਾਂ ਦੇ ਉੱਤੇ ਵਿਚਾਰ, ਕਿਉਂਕਿ ਜਿਹੜੇ ਮੈਂ ਕਹਿੰਦਾ ਕਿ ਸ਼ੰਕੇ ਨੇ ਜਾਂ ਹੋਰ ਨੇ, ਜਾਂ ਨਿੱਜੀ ਸੰਘਰਸ਼ ਦਾ ਜਿਹੜਾ ਯੋਗਦਾਨ ਆ, ਜਾਂ ਮੈਂ ਪੈਦਾ ਕਿੱਥੋਂ ਹੋ ਗਿਆ, ਮੈਂ ਆ ਕਿਵੇਂ ਗਿਆ ਅੱਗੇ, ਜਾਂ ਮੇਰਾ ਕੀ ਯੋਗਦਾਨ ਹੈ, ਮੈਂ ਮਤਲਬ ਲਹਿਰ 'ਚ ਕਿਵੇਂ ਆ ਗਿਆ, ਜਾਂ ਹੋਰ ਇਹਦੇ ਬਾਰੇ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਤੁਹਾਡੇ, ਕਿਉਂਕਿ ਇਹ ਸਾਰਾ ਕੁਛ ਇਹਦੇ ਨਾਲ ਜੁੜਿਆ ਹੋਇਆ। ਅਤੇ ਜੇ ਕਿਸੇ ਦਾ ਕੋਈ ਸਵਾਲ ਹੈਗਾ ਤਾਂ ਉਹ ਜ਼ਰੂਰ ਮਤਲਬ ਅਸੀਂ ਅਗਲੇ ਕਮੈਂਟਸ ਦੇ ਵਿੱਚ ਪਾ ਦਿਓ, ਅਗਲੇ ਪ੍ਰੋਗਰਾਮ 'ਚ ਕਰਾਂਗੇ, ਅਸੀਂ ਉਸ ਸੈਗਮੈਂਟ ਦੇ ਵਿੱਚ ਜ਼ਰੂਰ ਕਵਰ ਕਰਾਂਗੇ। ਤੁਹਾਨੂੰ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਹਾਡੇ ਕਿਸੇ ਪ੍ਰਕਾਰ ਦੇ ਪੋਜ਼ਿਟਿਵ ਨੈਗੇਟਿਵ ਕੁਐਸਚਨ ਹੋਣ ਜ਼ਰੂਰ ਰੱਖਿਆ ਜੀ, ਸਾਨੂੰ ਬੜੀ ਖੁਸ਼ੀ ਹੋਏਗੀ। ਅਸੀਂ ਤੁਹਾਡੀਆਂ ਜੋ ਵੀ ਟਿੱਪਣੀਆਂ ਹੋਣਗੀਆਂ ਅਸੀਂ ਦਿਲੋਂ ਦਾ ਸਤਿਕਾਰ ਕਰਦੇ ਹਾਂ। ਬਹੁਤ ਧੰਨਵਾਦ ਜੀ, ਦੇਖਦੇ ਰਹੋ ਪੰਜਾਬ ਪੋਡਕਾਸਟ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।